बहुत बड़ी गल है कि हालांकि कोई क्रिमिनल बैकग्राउंड नहीं है लेकिन ये डाकू हसीना जिहड़ी जिक्र हो रहा है जिहड़ा फरार चल रही है साडे नाल जिहड़े लुधियाना दे कमिश्नर ने वह मनदीप सिद्धू वह भी जुड़नगे। मनदीप सर इहदे विच एक सवाल जिहड़ा हैगा बार बार हो रहा है कि जिहड़ी डाकू हसीना वह इहदे विच मास्टर माइंड है ते मनजिंदर हैगा क्रिमिनल बैकग्राउंड इहनां दा कोई नहीं है लगातार पुलिस ट्रेस कर रही सी लगातार टैक्निकल पुइंट ते गल्लां हो रही सी लेकिन एक फिल्मी स्टाइल च पूरी वारदात नूं अंजाम दित्ता ते इत्थों फरार हो गया ना। इहदे विच बिल्कुल इह गल कहांगे इक जिहड़ी जिहनूं मनदीप उर्फ मोना जिहड़ी उह लड़की सी उह ते उहदे नाल जिहड़ा कंपनी दे विच इंप्लॉय सी पिछले 4 साल तों मनजिंदर इन्हां ने आपस दे विच प्लान करके इहनूं एग्जीक्यूट कीता पर क्यों प्लान कीता इत्थे सवाल इह पैदा हुंदा इह इस लई प्लान कीता इन्हां ने कहा भी बहुत ही लूज सुरक्षा इंतजाम है कैश नूं इन्हां ने इस ढंग नाल डील करदे आ जिवें बच्चे डील करदे आ ते इन्हां ने इहनूं कहा सौखे ढंग दे नाल लुट्टिया जा सकदा है इन्हां ने पूरी तैयारी करके आपदे वल्लों पूरे एहतियात वरते पर इहदे विच क्रिमिनल बाकियां लई भी लैसन है इन्हां ने कहा दसां ने प्लान कीता भी कोई भी मोबाइल उत्थे लैके नहीं जाना ते जदों मोबाइल नहीं लैके गए गए शातर सी जां इह समझदे सी भी जैद मोबाइल नहीं लैके जांदे पुलिस मोबाइलां तों ट्रेस कर लैंदी है पर इन्हां नूं इह समझना चाहीदा ह्यूमन इंटैलीजेंस है वह बड़ा वड्डा रोल अदा करदे आ साडियां बहुत सारे विंग्स है बड़े स्पैशलाइज्ड बड़े माहर विंग है साडी टीम बड़ी कमिटेड है मोटिवेटेड है इस करके असीं सर प्राइमरी इन्वेस्टिगेशन च की सामने आया कि मनजिंदर है या मनदीप है होर जिहड़े साथी है किन्ने दिनां तों रैकी कर रहे सी प्लानिंग किस तरह हुई और उस तों बाद इन्हां ने की कीता ਇਹ ਲਗਭਗ ਜਨਵਰੀ ਤੋਂ ਮਿਲੇ ਇਹਨਾਂ ਨੇ ਮੁੱਢਲੇ ਤੌਰ ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਾਣੇ ਮੇਨ ਸ਼ਾਮਲ ਹੋਏ ਸੀ ਜਿਹੜਾ ਮਣੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ ਅਤੇ ਮਨਦੀਪ ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ ਫਿਰ ਇੱਕ ਹੋਰ ਗੱਲ ਵੀ ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿਉਂਕਿ ਸਨਿਚਰਵਾਰ ਨੂੰ ਐਤਵਾਰ ਜਿਹੜਾ ਸੈਕਿੰਡ ਸੈਟਰਡੇ ਅਤੇ 4th ਸੈਟਰਡੇ ਬੈਂਕ ਬੰਦ ਹੁੰਦੇ ਹੈ ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ ਜਿਹੜਾ ਜਮ੍ਹਾਂ ਕਰਾਉਣਾ ਹੁੰਦਾ ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ ਫਰਾਈਡੇ ਰਾਤ ਨੂੰ ਅਤੇ ਇਹ ਕੰਪਨੀ ਕੋਲੇ ਜਿਹੜਾ ਕੈਸ਼ ਵੱਡੀ ਮਾਤਰਾ ਦੇ ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀਗਾ ਕਿਉਂਕਿ ਘਰ ਦਾ ਭੇਤੀ ਸੀ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਅਦਾ ਸਰ ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ ਪੂਰਾ ਪਲੈਨਿੰਗ ਕੀਤੀ ਸੀ ਨਹੀਂ ਕੁਝ ਨੌਜਵਾਨ ਹੁੰਦੇ ਆ ਮਿਹਨਤ ਕਰਕੇ ਤਰੱਕੀ ਕਰਕੇ ਅਮੀਰ ਹੁੰਦੇ ਆ ਅਤੇ ਕੁਝ ਨੌਜਵਾਨ ਆ ਜਿਹੜੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ ਵੀ ਐਕਿਊਜ਼ ਫੜ ਲਿਆ ਗਿਆ ਸਰ ਇਹਨਾਂ ਦੀ ਮੋਟਰ ਸੋਪਰੈਂਡੀ ਕੀ ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇਖੀ ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ ਕਿਸ ਤਰ੍ਹਾਂ ਨਹੀਂ ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ ਅਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ ਅਤੇ ਹੁਣ ਕਿਉਂਕਿ ਥੋੜ੍ਹਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਅਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ ਪਰ ਸ਼ੰਕੇ ਬਹੁਤ ਖੜੇ ਹੋ ਇੱਕ ਸਵਾਲ ਹੋਰ ਹੈ ਸਰ ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ 11 ਕਰੋੜ ਦੀ ਗੱਲ ਕੀਤੀ 70 ਲੱਖ ਦੀ ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ ਇਹ ਸਧਾਰਨ ਤੌਰ ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਪਰ ਹਾਂ ਜਿਵੇਂ ਤੁਸੀਂ ਦੱਸਿਆ ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ ਉਹ ਕੁਐਸਚਨ ਅਰਾਈਜ਼ ਹੋਣ ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ ਅਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ ਉਹ ਉਹਨਾਂ ਦੇ 2 ਜਿਹੜੇ ਭੱਜੇ ਆ ਮਨਜਿੰਦਰ ਜਿਹੜੀ ਮਨਦੀਪ ਜਿਹੜੀ ਲੜਕੀ ਹੈ ਮੋਨਾ ਉਹਦਾ ਅਸੀਂ LOC ਜਾਰੀ ਕਰਾਤਾ ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ ਉਦੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ ਸਰ ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ ਇਹ ਵਾਲੀ ਇਹ ਹਸਬੰਡ ਹੈ ਇਹਦਾ ਕੀ ਰੋਲ ਹੈ ਇਹਦੇ ਵਿੱਚ ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ ਨਾਲ ਸੀ ਤੇ ਇਹਨੂੰ ਸਾਰਾ ਪਤਾ ਸੀਗਾ ਨਹੀਂ ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ ਜਿਹੜੀ ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ ਹਾਂ ਸੁੰਦਰੀ ਹਾਂ ਜਿਹੜੀ ਉਹਨੂੰ ਉਹਦੇ ਵਿੱਚ ਹੈ ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਹਸਬੰਡ ਵਾਈਫ ਦੀਆਂ ਤਸਵੀਰਾਂ ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ ਕਾਰ ਦੇ ਬੋਨਟ ਦੇ ਉੱਤੇ ਇੱਕ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ ਰੀਲ ਜਿਹੜੀ ਬਣਾਈ ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ ਉਹ ਪੈਸਿਆਂ ਦੀ ਹੁਣ ਸਟੋਰੀ ਠੀਕ ਹੈ ਤੇ ਬਿਲਕੁਲ ਮਨਦੀਪ ਸਿੱਧੂ ਨੇ ਕਮਿਸ਼ਨਰ ਨੇ ਉਹਨਾਂ ਨੇ
एक एक पॉइंट से गल की है कि किस तरह यह सारी चीजा का जो खुलासा होया, किस तरह यह पुलिस इन्हों तक पहुंची है, और एक जी मनदीप दसी जा रही है, ये मास्टरमाइंड जिहड़ा मनजिंदर है उहदे नाल मिलके इन्हें ही पूरा प्लान किया, पूरी प्लैनिंग की, और जनवरी तो ही जिदा गगन सर ने दसिया कि जनवरी तो ही लगातार इन्हां दी जिहड़ी हैगी प्लैनिंग चल रही थी, क्योंकि मनजिंदर बहुत सारी चीज़ां इहदे बारे जाणदा सीगा। मनजिंदर यह भी जाणदा सी कि इहदे विच किस तरह जिहड़ा हैगा प्लैनिंग हो सकती है, किस तरह उन्हां दी कमजोरी है, लूप पोल्स की ने, जिहड़ी कंपनी हैगी है उहदा लूप पोल की है, यह सारी एक एक पॉइंट ते जांदा सीगा मनजिंदर, ते इसे दा फायदा चुकिया गया, इसे दा फायदा चुकिया गया, और इस वड्डी लूट की वारदात की जिहड़ी साजिश है उगड़ी गई, और उस तो बाद लूट की वारदात नूं जिहड़ा हैगा अंजाम दिता गया। दे विच एक होर अहम गल सर ने जिहड़ी दसी है, जिहड़ी एक अहम गल जिहड़ी दसी है कि शुक्रवार ही क्यों चुनिया गया सीगा इस पूरी लूट की वारदात नूं अंजाम देने वास्ते, क्योंकि उन्हां नूं पता सीगा कि सैटरडे संडे जिहड़ा लास्ट सैटरडे संडे होंदा है उहदे विच कैश जिहड़ा हैगा उभर जांदा है, क्योंकि सैटरडे संडे जिहड़ा ऑफ होंदा है, इस करके एटीएम या बैंक च पैसा नहीं पहुंचदा, कैश वैना च ही पैसा होंदा है, जिहड़े भी ऑफिस है उत्थे ही पैसा होंदा है, और यह वड्डी इन्हां दी जिहड़ी हैगी प्लैनिंग सी, और लगातार एक 20-25 दिन पहला मिले सीगे, और मिलन तो बाद डेट जिहड़ी है फाइनल कीती गई सी कि इस दिन इस पूरी वारदात नूं अंजाम दित्ता जाएगा। एक गड्डी क्रूज गड्डी दसी जा रही है, मनजिंदर दी गड्डी दसी जा रही है, ते दो बाइकां ते सवार होके सारे उत्थे पहुंचे सी, ते कैश वैन कौन लैके गया सीगा, कैश वैन लैके गया सीगा मनजिंदर। लेकिन इहदे विच बहुत गगन अहम हो जाती है ये स्टोरी, ये दोवां दी स्टोरी, ये डाकू हसीना मनदीप कौर ते इहदा जिहड़ा हसबेंड है, इहदे विच बहुत अहम एक कड़ी हो जाती है कि आखिर यह दोवें हसबेंड वाइफ ने मिलकर मनजिंदर नाल ये पूरी वारदात की प्लैनिंग की, पहला रैकी हुई, रैकी करन तो बाद पूरी प्लैनिंग चलती रही, और 10 लोगों की टीम यानी कि यह जिहड़े डाकू सीगे, 10 जिहड़े करोड़पति जिहड़े लुटेरे सीगे, उन्होंने किस तरह इस पूरी वारदात को अंजाम देने तो बाद पूरा जिहड़ा हैगा यह पूरी लुट की वारदात को अंजाम दिता। हालांकि पुलिस के 6वें जिहड़ा एक्यूज जिहड़ा दस्या जा रहा नरिंदर सिंह इहदे विच काबू किया गया, जिहड़ा 6वां एक्यूज है, हुणे जिहड़ी जानकारी पुलिस ने साझा की है। लेकिन एक वड्डी लुट जिहड़ी हैगी है बहुत एक फिल्मी स्टाइल दे नाल इस पूरी वारदात नूं अंजाम दिता, जिदा सर ने भी दस्या कि ये पूरा जिहड़ा हैगा कम टाइम च किन्ना जिहड़ा करोड़पति बनन दी जिहड़ी ख्वाही सीगी या फिर सपना सीगा उहनां दा, और यही कारण सीगा कि उन्होंने पूरी लुट की वारदात नूं अंजाम दिता। 5 करोड़ की इहदे विच रिकवरी गगन हो चुकी है 5 करोड़ की। लेकिन दूजा सवाल एक होर खड़ा होंदा है, जिहड़ी भी कंपनी ने फिगर दिती है, जिहड़ी भी कंपनी ने फिगर दिती है, जिहड़ी सीएमएस है, हालांकि लूप होल्स कई ने, उहदे चाहे सीसीटीवी की गल होवे, चाहे अंदर दे चेस सिस्टम की गल होवे, चाहे उन्हां दे एमरजेंसी गेट की गल होवे, कई लूप होल्स उत्थे मिले हैं। लेकिन दूजे पासे जिहड़ी फिगर दिती गई है कंपनी दे जिहड़े मैनेजमेंट वल्लों, उत्थे भी किते ना किते जिहड़ा हैगा शक जरूर लग रहा है, जिहदे करके एक एसआईटी जिहड़ी हैगी 5 मैंबरी एसआईटी जिहड़ी है स्पैशल इन्वेस्टिगेशन टीम उहदे विच बनाई गई है, जो कि हुण पूरे जिहड़े कंपनी दे मैनेजमेंट्स हैं जिहड़े लोग ने उहनां नाल गल्लबात करूगी कि आखिर फिगर किन्नी सीगी, क्योंकि तीन बैग एक बैग च 3 करोड़, दूजे बैग च 3 करोड़, तीजे बैग च DVR भी सी, इन्हों का जिहड़ा समान लैके आए थे, जिहड़ा भी इन्हों का समान सीगा उहदे विच ओ ते बाकी पैसा, यानी कि 3 बैग लैके गए ने, तो फिर 8 करोड़ उन्ना जिहड़ा 8.5 करोड़ करीब जिहड़ा हैगा उन्हां दी जिहड़ी कर रहे हैं, आखिर किन्ने पैसे सीगे, ये बहुत बड़ा सवाल इहदे विच हैगा, इस करके पुलिस हुण लगातार इहदे विच इन्वेस्टिगेशन कर रही है। बहुत वड्डी गल है कि हालांकि कोई क्रिमिनल बैकग्राउंड नहीं है, लेकिन ये डाकू हसीना जिहड़ी जिक्र हो रहा है, जिहड़ा फरार चल रही है, साडे नाल जिहड़े लुधियाना दे कमिश्नर ने वह मनदीप सिद्धू वह भी जुड़नगे। मनदीप सर, इहदे विच एक सवाल जिहड़ा हैगा बार बार हो रहा है कि जिहड़ी डाकू हसीना है वह इहदे विच मास्टर माइंड है, मनजिंदर हैगा, क्रिमिनल बैकग्राउंड इन्हां दा कोई नहीं है, लगातार पुलिस ट्रेस कर रही थी, लगातार टेक्निकल पॉइंट ते गल्लां हो रही थी, लेकिन एक फिल्मी स्टाइल च पूरी वारदात नूं अंजाम दिता ते इत्थों फरार हो गया ना। इहदे विच बिल्कुल इह गल कहांगे, एक जिहड़ी जिहनूं मनदीप उर्फ मोना जिहड़ी उह लड़की सी, उह ते उहदे नाल जिहड़ा कंपनी दे विच इंप्लॉय सी पिछले 4 साल तों मनजिंदर, इन्हां ने आपस दे विच प्लैन करके इहनूं एग्जीक्यूट कीता। पर क्यों प्लैन कीता, इत्थे सवाल इह पैदा हुंदा, इह इस लई प्लैन कीता, इन्हां ने कहा भी बहुत ही लूज सुरक्षा इंतजाम है, कैश नूं इन्हां ने इस ढंग नाल डील करदे आ जिवें बच्चे डील करदे आ, ते इन्हां ने इहनूं कहा सौखे ढंग दे नाल लुट्टिया जा सकदा, इन्हां ने पूरी तैयारी करके आपदे वल्लों पूरे एहतियात वरते, पर इहदे विच क्रिमिनल बाकियां लई भी लैसन है। इन्हां ने कहा दसां ने प्लैन कीता भी कोई भी मोबाइल उत्थे लैके नहीं जाना, ते जदों मोबाइल नहीं लैके गए गए, शातर सी जां इह समझदे सी भी जैद मोबाइल नहीं लैके जांदे, पुलिस मोबाइलां तों ट्रेस कर लैंदी है,
पर इन्हां नूं इह समझना चाहिए ह्यूमन इंटैलीजेंस है वह बड़ा वड्डा रोल अदा करदे आ। साडियां बहुत सारे विंग्स है, बड़े स्पैशलाइज्ड बड़े माहर विंग है, साडी टीम बड़ी कमिटेड है, मोटिवेटेड है। इस करके सर प्राइमरी इन्वेस्टिगेशन च की सामने आया कि मनजिंदर है या मनदीप है, होर जिहड़े साथी है, किन्ने दिनां तों रैकी कर रहे सी, प्लानिंग किस तरह हुई और उस तों बाद इन्हां ने की कीता? ਇਹ ਲਗਭਗ ਜਨਵਰੀ ਤੋਂ ਮਿਲੇ, ਇਹਨਾਂ ਨੇ ਮੁੱਢਲੇ ਤੌਰ ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ। ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ, ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਣੇ ਮੇਨ ਸ਼ਾਮਲ ਹੋਏ ਸੀ, ਜਿਹੜਾ ਮਨੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ ਅਤੇ ਮਨਦੀਪ, ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ। ਫਿਰ ਇੱਕ ਹੋਰ ਗੱਲ ਵੀ, ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਕਿਉਂਕਿ ਸਨਿਚਰਵਾਰ ਨੂੰ ਐਤਵਾਰ ਜਿਹੜਾ ਸੈਕਿੰਡ ਸੈਟਰਡੇ ਅਤੇ 4th ਸੈਟਰਡੇ ਬੈਂਕ ਬੰਦ ਹੁੰਦੇ ਹੈ, ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ, ਜਿਹੜਾ ਜਮ੍ਹਾਂ ਕਰਾਉਣਾ ਹੁੰਦਾ। ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ ਫਰਾਈਡੇ ਰਾਤ ਨੂੰ, ਅਤੇ ਇਹ ਕੰਪਨੀ ਕੋਲ ਜਿਹੜਾ ਕੈਸ਼ ਵੱਡੀ ਮਾਤਰਾ ਦੇ, ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀ, ਕਿਉਂਕਿ ਘਰ ਦਾ ਭੇਤੀ ਸੀ ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਅਦਾ। ਸਰ ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ ਸੀ? ਨਹੀਂ, ਕੁਛ ਨੌਜਵਾਨ ਹੁੰਦੇ ਆ ਮਿਹਨਤ ਕਰਕੇ ਤਰੱਕੀ ਕਰਕੇ ਅਮੀਰ ਹੁੰਦੇ ਆ, ਅਤੇ ਕੁਛ ਨੌਜਵਾਨ ਆ ਜਿਹੜੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ ਇਹਨਾਂ ਦੀ ਮੋਟਰ ਸੋਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ, ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਅਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਅਤੇ ਹੁਣ ਕਿਉਂਕਿ ਥੋੜ੍ਹਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਅਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ, 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ। ਪਰ ਹਾਂ, ਜਿਵੇਂ ਤੁਸੀਂ ਦੱਸਿਆ, ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ, ਉਹ ਕੁਐਸਚਨ ਅਰਾਈਜ਼ ਹੋਣ 'ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ, ਅਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ 2 ਜਿਹੜੇ ਭੱਜੇ ਆ, ਮਨਜਿੰਦਰ ਜਿਹੜੀ ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ, ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਦੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ, ਤੇ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ, ਜਿਹੜੀ ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਜਿਹੜੀ ਉਹਨੂੰ ਉਹਦੇ ਵਿੱਚ ਹੈ, ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ, ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ, ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ, ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ, ਕਾਰ ਦੇ ਬੋਨਟ ਦੇ ਉੱਤੇ ਇੱਕ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ, ਰੀਲ ਜਿਹੜੀ ਬਣਾਈ, ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ, ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ, ਉਹ ਪੈਸਿਆਂ ਦੀ ਹੁਣੇ ਸਟੋਰੀ। ਠੀਕ ਹੈ, ਤੇ ਬਿਲਕੁਲ ਮਨਦੀਪ ਸਿੱਧੂ ਨੇ, ਕਮਿਸ਼ਨਰ ਨੇ, ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ, ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ, ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ, ਇਹਦੇ ਵਿੱਚ ਮਾਸਟਰਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ, ਪੂਰੀ ਪਲੈਨਿੰਗ ਕੀਤੀ, ਔਰ ਜਨਵਰੀ ਤੋਂ ਹੀ, ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ, ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ। ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ, ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ, ਲੂਪ ਪੋਲਸ ਕੀ ਨੇ, ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ, ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ, ਤੇ ਇਸੇ ਦਾ ਫਾਇਦਾ ਚੁੱਕਿਆ ਗਿਆ, ਇਸੇ ਦਾ ਫਾਇਦਾ ਚੁੱਕਿਆ ਗਿਆ, ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜਿਸ਼ ਹੈ ਉਹ ਗੜੀ ਗਈ, ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ, ਜਿਹੜੀ ਇੱਕ ਅਹਿਮ ਗੱਲ ਜਿਹੜੀ ਦੱਸੀ ਹੈ ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ
ਹੈਗਾ ਲਾਸਟ ਸੈਟਰਡੇ ਸੰਡੇ ਹੁੰਦਾ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਹ ਵਰ ਜਾਂਦਾ ਕਿਉਂਕਿ ਸੈਟਰਡੇ ਸੰਡੇ ਜਿਹੜਾ ਆਫ ਹੁੰਦਾ ਇਸ ਕਰਕੇ ਏਟੀਐਮ ਜਾਂ ਬੈਂਕ 'ਚ ਪੈਸਾ ਨਹੀਂ ਪਹੁੰਚਦਾ ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਪਲੈਨਿੰਗ ਸੀ ਔਰ ਲਗਾਤਾਰ 20-25 ਦਿਨ ਪਹਿਲਾਂ ਮਿਲੇ ਸੀਗੇ ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ ਇੱਕ ਗੱਡੀ ਕਰੂਜ਼ ਗੱਡੀ ਦੱਸੀ ਜਾ ਰਹੀ ਹੈ ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ ਤੇ ਦੋ ਬਾਈਕਾਂ ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ ਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ ਇਹ ਦੋਵਾਂ ਦੀ ਸਟੋਰੀ ਇਹ ਡਾਕੂ ਹਸੀਨਾ ਮਨਦੀਪ ਕੌਰ ਤੇ ਇਹਦਾ ਜਿਹੜਾ ਹਸਬੈਂਡ ਹੈ ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੈਂਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ ਪਹਿਲਾਂ ਰੈਕੀ ਹੋਈ ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ ਔਰ 10 ਲੋਕਾਂ ਦੀ ਟੀਮ ਯਾਨੀ ਕਿ ਇਹ ਜਿਹੜੇ ਡਾਕੂ ਸੀਗੇ 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹਾਲਾਂਕਿ ਪੁਲਿਸ ਦੇ 6ਵੇਂ ਜਿਹੜਾ ਐਕਿਊਜ਼ ਜਿਹੜਾ ਦੱਸਿਆ ਜਾ ਰਿਹਾ ਨਰਿੰਦਰ ਸਿੰਘ ਇਹਦੇ ਵਿੱਚ ਕਾਬੂ ਕੀਤਾ ਗਿਆ ਜਿਹੜਾ 6ਵਾਂ ਐਕਿਊਜ਼ ਹੈ ਹੁਣੇ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ ਲੇਕਿਨ ਇੱਕ ਵੱਡੀ ਲੁੱਟ ਜਿਹੜੀ ਹੈਗੀ ਹੈ ਬਹੁਤ ਇੱਕ ਫਿਲਮੀ ਸਟਾਈਲ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਿੱਦਾਂ ਸਰ ਨੇ ਵੀ ਦੱਸਿਆ ਕਿ ਇਹ ਪੂਰਾ ਜਿਹੜਾ ਹੈਗਾ ਕਮ ਟਾਈਮ 'ਚ ਕਿੰਨਾ ਜਿਹੜਾ ਕਰੋੜਪਤੀ ਬਣਨ ਦੀ ਜਿਹੜੀ ਖੁਆਈ ਸੀਗੀ ਜਾਂ ਫਿਰ ਸੁਪਨਾ ਸੀਗਾ ਉਹਨਾਂ ਦਾ ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ 5 ਕਰੋੜ ਦੀ ਇਹਦੇ ਵਿੱਚ ਰਿਕਵਰੀ ਗਗਨ ਹੋ ਚੁੱਕੀ ਹੈ 5 ਕਰੋੜ ਦੀ ਲੇਕਿਨ ਦੂਜਾ ਸਵਾਲ ਇੱਕ ਹੋਰ ਖੜਾ ਹੁੰਦਾ ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਜਿਹੜੀ ਸੀਐਮਐਸ ਹੈ ਹਾਲਾਂਕਿ ਲੂਪਹੋਲਸ ਕਈ ਨੇ ਉਹਦੇ ਚਾਹੇ ਸੀਸੀਟੀਵੀ ਦੀ ਗੱਲ ਹੋਵੇ ਚਾਹੇ ਅੰਦਰ ਦੇ ਚੈਸ ਸਿਸਟਮ ਦੀ ਗੱਲ ਹੋਵੇ ਚਾਹੇ ਉਹਨਾਂ ਦੇ ਐਮਰਜੈਂਸੀ ਗੇਟ ਦੀ ਗੱਲ ਹੋਵੇ ਕਈ ਲੂਪਹੋਲਸ ਉੱਥੇ ਮਿਲੇ ਹੈ ਲੇਕਿਨ ਦੂਜੇ ਪਾਸੇ ਜਿਹੜੀ ਫਿਗਰ ਦਿੱਤੀ ਗਈ ਹੈ ਕੰਪਨੀ ਦੇ ਜਿਹੜੇ ਮੈਨੇਜਮੈਂਟ ਵੱਲੋਂ ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੱਕ ਜ਼ਰੂਰ ਲੱਗ ਰਿਹਾ ਹੈ ਜਿਹਦੇ ਕਰਕੇ ਐਸਆਈਟੀ ਜਿਹੜੀ ਹੈਗੀ 5 ਮੈਂਬਰੀ ਐਸਆਈਟੀ ਜਿਹੜੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹਦੇ ਵਿੱਚ ਬਣਾਈ ਗਈ ਹੈ ਜੋ ਕਿ ਹੁਣ ਪੂਰੇ ਜਿਹੜੇ ਕੰਪਨੀ ਦੇ ਮੈਨੇਜਮੈਂਟਸ ਹੈ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰੂਗੀ ਕਿ ਆਖਿਰ ਫਿਗਰ ਕਿੰਨੀ ਸੀਗੀ ਕਿਉਂਕਿ 3 ਬੈਗ ਸੀਗੇ ਇੱਕ ਬੈਗ 'ਚ 3 ਕਰੋੜ ਦੂਜੇ ਬੈਗ 'ਚ 3 ਕਰੋੜ ਅਤੇ ਤੀਜੇ ਬੈਗ 'ਚ DVR ਵੀ ਸੀਗੀ ਇਹਨਾਂ ਦਾ ਜਿਹੜਾ ਸਮਾਨ ਲੈ ਕੇ ਆਏ ਸੀਗੇ ਜਿਹੜਾ ਵੀ ਇਹਨਾਂ ਦਾ ਸਮਾਨ ਸੀਗਾ ਉਹਦੇ ਵਿੱਚ ਉਹ ਅਤੇ ਬਾਕੀ ਪੈਸਾ ਯਾਨੀ ਕਿ 3 ਬੈਗ ਲੈ ਕੇ ਗਏ ਨੇ ਤਾਂ ਫਿਰ 8 ਕਰੋੜ ਉਨਾ ਜਿਹੜਾ 8.5 ਕਰੋੜ ਕਰੀਬ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈ ਆਖਿਰ ਕਿੰਨੇ ਪੈਸੇ ਸੀਗੇ ਇਹ ਬਹੁਤ ਵੱਡਾ ਸਵਾਲ ਇਹਦੇ ਵਿੱਚ ਹੈਗਾ ਇਸ ਕਰਕੇ ਪੁਲਿਸ ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਬਹੁਤ ਵੱਡੀ ਗੱਲ ਹੈ ਕਿ ਹਾਲਾਂਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਲੇਕਿਨ ਇਹ ਡਾਕੂ ਹਸੀਨਾ ਜਿਹੜੀ ਜ਼ਿਕਰ ਹੋ ਰਿਹਾ ਜਿਹੜਾ ਫਰਾਰ ਚੱਲ ਰਹੀ ਹੈ ਸਾਡੇ ਨਾਲ ਜਿਹੜੇ ਲੁਧਿਆਣਾ ਦੇ ਕਮਿਸ਼ਨਰ ਨੇ ਉਹ ਮਨਦੀਪ ਸਿੱਧੂ ਉਹ ਵੀ ਜੁੜਨਗੇ ਮਨਦੀਪ ਸਰ ਇਹਦੇ ਵਿੱਚ ਇੱਕ ਸਵਾਲ ਜਿਹੜਾ ਹੈਗਾ ਬਾਰ ਬਾਰ ਹੋ ਰਿਹਾ ਕਿ ਜਿਹੜੀ ਡਾਕੂ ਹਸੀਨਾ ਉਹ ਇਹਦੇ ਵਿੱਚ ਮਾਸਟਰ ਮਾਈਂਡ ਹੈ ਤੇ ਮਨਜਿੰਦਰ ਹੈਗਾ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਕੋਈ ਨਹੀਂ ਹੈ ਲਗਾਤਾਰ ਪੁਲਿਸ ਟ੍ਰੇਸ ਕਰ ਰਹੀ ਸੀ ਲਗਾਤਾਰ ਟੈਕਨੀਕਲ ਪੁਆਇੰਟ ਤੇ ਗੱਲਾਂ ਹੋ ਰਹੀ ਸੀ ਲੇਕਿਨ ਇੱਕ ਫਿਲਮੀ ਸਟਾਈਲ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਥੋਂ ਫਰਾਰ ਹੋ ਗਿਆ ਨਾ ਇਹਦੇ ਵਿੱਚ ਬਿਲਕੁਲ ਇਹ ਗੱਲ ਕਵਾਂਗੇ ਇੱਕ ਜਿਹੜੀ ਜਿਹਨੂੰ ਮਨਦੀਪ ਔਰ ਫਮੋਨਾ ਜਿਹੜੀ ਉਹ ਲੜਕੀ ਸੀ ਉਹ ਤੇ ਉਹਦੇ ਨਾਲ ਜਿਹੜਾ ਕੰਪਨੀ ਦੇ ਵਿੱਚ ਇੰਪਲਾਈ ਸੀ ਪਿਛਲੇ 4 ਸਾਲ ਤੋਂ ਮਨਜਿੰਦਰ ਇਹਨਾਂ ਨੇ ਆਪਸ ਦੇ ਵਿੱਚ ਪਲਾਨ ਕਰਕੇ ਇਹਨੂੰ ਐਗਜ਼ੀਕਿਊਟ ਕੀਤਾ ਪਰ ਕਿਉਂ ਪਲਾਨ ਕੀਤਾ ਇੱਥੇ ਸਵਾਲ ਇਹ ਪੈਦਾ ਹੁੰਦਾ ਇਹ ਇਸ ਲਈ ਪਲਾਨ ਕੀਤਾ ਇਹਨਾਂ ਨੇ ਕਿਹਾ ਵੀ ਬਹੁਤ ਹੀ ਲੂਜ਼ ਸੁਰੱਖਿਆ ਇੰਤਜ਼ਾਮ ਹੈ ਕੈਸ਼ ਨੂੰ ਇਹਨਾਂ ਨੇ ਇਸ ਢੰਗ ਨਾਲ ਡੀਲ ਕਰਦੇ ਆ ਜਿਵੇਂ ਬੱਚੇ ਡੀਲ ਕਰਦੇ ਆ ਤੇ ਇਹਨਾਂ ਨੇ ਇਹਨੂੰ ਕਿਹਾ ਸੌਖੇ ਢੰਗ ਦੇ ਨਾਲ ਲੁੱਟਿਆ ਜਾ ਸਕਦਾ ਇਹਨਾਂ ਨੇ ਪੂਰੀ ਤਿਆਰੀ ਕਰਕੇ ਆਪਦੇ ਵੱਲੋਂ ਪੂਰੇ ਇਤਿਆਦ ਵਰਤੇ ਪਰ ਇਹਦੇ ਵਿੱਚ ਕ੍ਰਿਮੀਨਲ ਬਾਕੀਆਂ ਲਈ ਵੀ ਲੈਸਨ ਹੈ ਇਹਨਾਂ ਨੇ ਕਿਹਾ ਦਸਾਂ ਨੇ ਪਲਾਨ ਕੀਤਾ ਵੀ ਕੋਈ ਵੀ ਮੋਬਾਈਲ ਉੱਥੇ ਲੈ ਕੇ ਨਹੀਂ ਜਾਣਾ ਤੇ ਜਦੋਂ ਮੋਬਾਈਲ ਨਹੀਂ ਲੈ ਕੇ ਗਏ ਸ਼ਾਤਰ ਸੀ ਜਾਂ ਇਹ ਸਮਝਦੇ ਸੀ ਵੀ ਜਾਇਦ ਮੋਬਾਈਲ ਨਹੀਂ ਲੈ ਕੇ ਜਾਂਦੇ ਪੁਲਿਸ ਮੋਬਾਈਲਾਂ ਤੋਂ ਟਰੇਸ ਕਰ ਲੈਂਦੀ ਹੈ ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹਿਊਮਨ ਇੰਟੈਲੀਜੈਂਸ ਹੈ ਉਹ ਬੜਾ ਵੱਡਾ ਰੋਲ ਅਦਾ ਕਰਦੇ ਆ ਸਾਡੀਆਂ ਬਹੁਤ ਸਾਰੇ ਵਿੰਗਸ ਹੈ ਬੜੇ ਸਪੈਸ਼ਲਾਈਜ਼ਡ ਬੜੇ ਮਾਹਰ ਵਿੰਗ ਹੈ ਸਾਡੀ ਟੀਮ ਬੜੀ ਕਮਿਟਿਡ ਹੈ ਮੋਟੀਵੇਟਿਡ ਹੈ ਇਸ ਕਰਕੇ ਅਸੀਂ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਕਿ ਮਨਜਿੰਦਰ ਹੈ ਜਾਂ ਮਨਦੀਪ ਹੈ ਹੋਰ ਜਿਹੜੇ ਸਾਥੀ ਹੈ ਕਿੰਨੇ ਦਿਨਾਂ ਤੋਂ ਰੈਕੀ ਕਰ ਰਹੇ ਸੀ ਪਲੈਨਿੰਗ ਕਿਸ ਤਰ੍ਹਾਂ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇਹ ਲਗਭਗ ਜਨਵਰੀ ਤੋਂ ਮਿਲੇ ਇਹਨਾਂ ਨੇ ਮੁੱਢਲੇ ਤੌਰ ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਣੇ ਮੇਨ ਸ਼ਾਮਲ ਹੋਏ ਸੀ ਜਿਹੜਾ ਮਣੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ ਅਤੇ ਮਨਦੀਪ ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ ਫਿਰ ਇੱਕ ਹੋਰ ਗੱਲ ਵੀ ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿਉਂਕਿ ਸਨਿਚਰਵਾਰ ਨੂੰ ਐਤਵਾਰ ਜਿਹੜਾ ਸੈਕਿੰਡ ਸੈਟਰਡੇ ਅਤੇ 4th ਸੈਟਰਡੇ ਬੈਂਕ ਬੰਦ ਹੁੰਦੇ ਆ ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ ਜਿਹੜਾ ਜਮ੍ਹਾਂ ਕਰਾਉਣਾ ਹੁੰਦਾ ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ ਫਰਾਈਡੇ ਰਾਤ ਨੂੰ ਅਤੇ ਇਹ ਕੰਪਨੀ ਕੋਲੇ ਜਿਹੜਾ ਕੈਸ਼ ਵੱਡੀ ਮਾਤਰਾ ਦੇ ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀਗਾ ਕਿਉਂਕਿ ਘਰ ਦਾ ਭੇਤੀ ਸੀ
ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਅਦਾ। ਸਰ ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ ਸੀ? ਨਹੀਂ, ਕੁਛ ਨੌਜਵਾਨ ਹੁੰਦੇ ਆ ਮਿਹਨਤ ਕਰਕੇ ਤਰੱਕੀ ਕਰਕੇ ਅਮੀਰ ਹੁੰਦੇ ਆ, ਤੇ ਕੁਛ ਨੌਜਵਾਨ ਆ ਜਿਹੜੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ ਇਹਨਾਂ ਦੀ ਮੋਟਿਵ ਆਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ, ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਤੇ ਹੁਣ ਕਿਉਂਕਿ ਥੋੜਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ, ਪਰ ਹਾਂ ਜਿਵੇਂ ਤੁਸੀਂ ਦੱਸਿਆ ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ। ਉਹ ਕੁਐਸਚਨ ਅਰਾਈਜ਼ ਹੋਣ ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ ਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ ਦੋ ਜਿਹੜੇ ਭੱਜੇ ਆ, ਮਨਜਿੰਦਰ ਜਿਹੜੀ, ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਹ ਤੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਸਰ ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ। ਨਾਲ ਸੀ ਤੇ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ ਜਿਹੜੀ, ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਸੁੰਦਰੀ, ਹਾਂ ਜਿਹੜੀ ਜਿਹੜੀ ਉਹਨੂੰ ਉਹਦੇ ਵਿੱਚ ਹੈ, ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ, ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ, ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ, ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ, ਕਾਰ ਦੇ ਬੋਨਟ ਦੇ ਉੱਤੇ ਇੱਕ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ, ਰੀਲ ਜਿਹੜੀ ਬਣਾਈ, ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ, ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ, ਉਹ ਪੈਸਿਆਂ ਦੀ ਹੁਣ ਸਟੋਰੀ। ਠੀਕ ਹੈ, ਤੇ ਬਿਲਕੁਲ ਮਨਦੀਪ ਸਿੱਧੂ ਨੇ, ਕਮਿਸ਼ਨਰ ਨੇ, ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ, ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ, ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ ਇਹਦੇ ਵਿੱਚ ਮਾਸਟਰਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ, ਪੂਰੀ ਪਲੈਨਿੰਗ ਕੀਤੀ, ਔਰ ਜਨਵਰੀ ਤੋਂ ਹੀ, ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ, ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ। ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ, ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ, ਲੂਪ ਪੋਲਸ ਕੀ ਨੇ, ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ, ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ, ਤੇ ਇਸੇ ਦਾ ਫਾਇਦਾ ਚੁੱਕਿਆ ਗਿਆ, ਇਸੇ ਦਾ ਫਾਇਦਾ ਚੁੱਕਿਆ ਗਿਆ, ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜ਼ਿਸ਼ ਹੈ ਉਹ ਗੜੀ ਗਈ, ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ, ਜਿਹੜੀ ਇੱਕ ਅਹਿਮ ਗੱਲ ਜਿਹੜੀ ਦੱਸੀ ਹੈ ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ ਲਾਸਟ ਸੈਚਰਡੇ ਸੰਡੇ ਹੁੰਦਾ ਹੈ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਹ ਵਰ ਜਾਂਦਾ, ਕਿਉਂਕਿ ਸੈਚਰਡੇ ਸੰਡੇ ਜਿਹੜਾ ਆਫ ਹੁੰਦਾ, ਇਸ ਕਰਕੇ ATM ਜਾਂ ਬੈਂਕ 'ਚ ਪੈਸਾ ਨਹੀਂ ਪਹੁੰਚਦਾ, ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ ਹੈ, ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ ਹੈ, ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਸੀ, ਔਰ ਲਗਾਤਾਰ ਇੱਕ 20-25 ਦਿਨ ਪਹਿਲਾਂ ਮਿਲੇ ਸੀਗੇ, ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ। ਇੱਕ ਗੱਡੀ, ਕਰੂਜ਼ ਗੱਡੀ ਦੱਸੀ ਜਾ ਰਹੀ ਹੈ, ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ, ਤੇ 2 ਬਾਈਕਾਂ ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ, ਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ? ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ। ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ, ਇਹ ਦੋਵਾਂ ਦੀ ਸਟੋਰੀ, ਇਹ ਡਾਕੂ ਹਸੀਨਾ ਮਨਦੀਪ ਕੌਰ ਤੇ ਇਹਦਾ ਜਿਹੜਾ ਹਸਬੰਡ ਹੈ, ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੰਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ। ਪਹਿਲਾਂ ਰੈਕੀ ਹੋਈ, ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ, ਔਰ 10 ਲੋਕਾਂ ਦੀ ਟੀਮ, ਯਾਨੀ ਕਿ ਇਹ ਜਿਹੜੇ ਡਾਕੂ ਸੀਗੇ, 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ, ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਪੁਲਿਸ ਦੇ 6ਵੇਂ ਜਿਹੜਾ ਐਕਿਊਜ਼ ਜਿਹੜਾ ਦੱਸਿਆ ਜਾ ਰਿਹਾ ਨਰਿੰਦਰ ਸਿੰਘ ਇਹਦੇ ਵਿੱਚ ਕਾਬੂ ਕੀਤਾ ਗਿਆ, ਜਿਹੜਾ 6ਵਾਂ ਐਕਿਊਜ਼ ਹੈ ਹੁਣੇ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ। ਲੇਕਿਨ ਇੱਕ ਵੱਡੀ ਲੁੱਟ ਜਿਹੜੀ ਹੈਗੀ ਹੈ, ਬਹੁਤ ਇੱਕ ਫਿਲਮੀ ਸਟਾਈਲ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿੱਦਾਂ ਸਰ ਨੇ ਵੀ ਦੱਸਿਆ ਕਿ
ਇਹ ਪੂਰਾ ਜਿਹੜਾ ਹੈਗਾ ਕੰਮ ਟਾਈਮ 'ਚ ਕਿੰਨਾ ਜਿਹੜਾ ਕਰੋੜਪਤੀ ਬਣਨ ਦੀ ਜਿਹੜੀ ਖੁਆਈ ਸੀਗੀ ਜਾਂ ਫਿਰ ਸਪਨਾ ਸੀਗਾ ਉਹਨਾਂ ਦਾ, ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 5 ਕਰੋੜ ਦੀ ਇਹਦੇ ਵਿੱਚ ਰਿਕਵਰੀ ਗਗਨ ਹੋ ਚੁੱਕੀ ਹੈ 5 ਕਰੋੜ ਦੀ। ਲੇਕਿਨ ਦੂਜਾ ਸਵਾਲ ਇੱਕ ਹੋਰ ਖੜਾ ਹੁੰਦਾ, ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ, ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ, ਜਿਹੜੀ CMS ਹੈ, ਹਾਲਾਂਕਿ ਲੂਪ ਹੋਲਸ ਕਈ ਨੇ ਉਹਦੇ, ਚਾਹੇ CCTV ਦੀ ਗੱਲ ਹੋਵੇ, ਚਾਹੇ ਅੰਦਰ ਦੇ ਚੈਸ ਸਿਸਟਮ ਦੀ ਗੱਲ ਹੋਵੇ, ਚਾਹੇ ਉਹਨਾਂ ਦੇ ਐਮਰਜੈਂਸੀ ਗੇਟ ਦੀ ਗੱਲ ਹੋਵੇ, ਕਈ ਲੂਪ ਹੋਲਸ ਉੱਥੇ ਮਿਲੇ ਹੈ। ਲੇਕਿਨ ਦੂਜੇ ਪਾਸੇ ਜਿਹੜੀ ਫਿਗਰ ਦਿੱਤੀ ਗਈ ਹੈ ਕੰਪਨੀ ਦੇ ਜਿਹੜੇ ਮੈਨੇਜਮੈਂਟ ਵੱਲੋਂ, ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੱਕ ਜ਼ਰੂਰ ਲੱਗ ਰਿਹਾ ਹੈ, ਜਿਹਦੇ ਕਰਕੇ ਇੱਕ SIT ਜਿਹੜੀ ਹੈਗੀ, 5 ਮੈਂਬਰੀ SIT ਜਿਹੜੀ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਦੇ ਵਿੱਚ ਬਣਾਈ ਗਈ ਹੈ, ਜੋ ਕਿ ਹੁਣ ਪੂਰੇ ਜਿਹੜੇ ਕੰਪਨੀ ਦੇ ਮੈਨੇਜਮੈਂਟਸ ਹੈ, ਜਿਹੜੇ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰੂਗੀ ਕਿ ਆਖਿਰ ਫਿਗਰ ਕਿੰਨੀ ਸੀਗੀ, ਕਿਉਂਕਿ ਤਿੰਨ ਬੈਗ ਸੀਗੇ। ਇੱਕ ਬੈਗ 'ਚ 3 ਕਰੋੜ, ਦੂਜੇ ਬੈਗ 'ਚ 3 ਕਰੋੜ, ਅਤੇ ਤੀਜੇ ਬੈਗ 'ਚ DVR ਵੀ ਸੀਗੀ, ਇਹਨਾਂ ਦਾ ਜਿਹੜਾ ਸਮਾਨ ਲੈ ਕੇ ਆਏ ਸੀਗੇ, ਜਿਹੜਾ ਵੀ ਇਹਨਾਂ ਦਾ ਸਮਾਨ ਸੀਗਾ ਉਹਦੇ ਵਿੱਚ ਉਹ, ਅਤੇ ਬਾਕੀ ਪੈਸਾ, ਯਾਨੀ ਕਿ 3 ਬੈਗ ਲੈ ਕੇ ਗਏ ਨੇ। ਤਾਂ ਫਿਰ 8 ਕਰੋੜ ਕਰੀਬ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈ, ਆਖਿਰ ਕਿੰਨੇ ਪੈਸੇ ਸੀਗੇ? ਇਹ ਬਹੁਤ ਵੱਡਾ ਸਵਾਲ ਇਹਦੇ ਵਿੱਚ ਹੈਗਾ, ਇਸ ਕਰਕੇ ਪੁਲਿਸ ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ। ਬਹੁਤ ਵੱਡੀ ਗੱਲ ਹੈ ਕਿ ਹਾਲਾਂਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ, ਲੇਕਿਨ ਇਹ ਡਾਕੂ ਹਸੀਨਾ ਜਿਹੜੀ ਜ਼ਿਕਰ ਹੋ ਰਿਹਾ, ਜਿਹੜਾ ਫਰਾਰ ਚੱਲ ਰਹੀ ਹੈ। ਸਾਡੇ ਨਾਲ ਜਿਹੜੇ ਲੁਧਿਆਣਾ ਦੇ ਕਮਿਸ਼ਨਰ ਨੇ ਉਹ ਮਨਦੀਪ ਸਿੱਧੂ, ਉਹ ਵੀ ਜੁੜਨਗੇ। ਮਨਦੀਪ ਸਰ, ਇਹਦੇ ਵਿੱਚ ਇੱਕ ਸਵਾਲ ਜਿਹੜਾ ਹੈਗਾ ਬਾਰ ਬਾਰ ਹੋ ਰਿਹਾ ਕਿ ਜਿਹੜੀ ਡਾਕੂ ਹਸੀਨਾ ਉਹ ਇਹਦੇ ਵਿੱਚ ਮਾਸਟਰ ਮਾਈਂਡ ਹੈ ਤੇ ਮਨਜਿੰਦਰ ਹੈਗਾ, ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਕੋਈ ਨਹੀਂ ਹੈ। ਲਗਾਤਾਰ ਪੁਲਿਸ ਟ੍ਰੇਸ ਕਰ ਰਹੀ ਸੀ, ਲਗਾਤਾਰ ਟੈਕਨੀਕਲ ਪੁਆਇੰਟ ਤੇ ਗੱਲਾਂ ਹੋ ਰਹੀ ਸੀ, ਲੇਕਿਨ ਇੱਕ ਫਿਲਮੀ ਸਟਾਈਲ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਥੋਂ ਫਰਾਰ ਹੋ ਗਿਆ ਨਾ। ਇਹਦੇ ਵਿੱਚ ਬਿਲਕੁਲ ਇਹ ਗੱਲ ਕਵਾਂਗੇ, ਇੱਕ ਜਿਹੜੀ ਜਿਹਨੂੰ ਮਨਦੀਪ ਉਰਫ ਮੋਨਾ ਜਿਹੜੀ ਉਹ ਲੜਕੀ ਸੀ, ਉਹ ਅਤੇ ਉਹਦੇ ਨਾਲ ਜਿਹੜਾ ਕੰਪਨੀ ਦੇ ਵਿੱਚ ਇੰਪਲਾਈ ਸੀ ਪਿਛਲੇ 4 ਸਾਲ ਤੋਂ ਮਨਜਿੰਦਰ, ਇਹਨਾਂ ਨੇ ਆਪਸ ਦੇ ਵਿੱਚ ਪਲਾਨ ਕਰਕੇ ਇਹਨੂੰ ਐਗਜੀਕਿਊਟ ਕੀਤਾ। ਪਰ ਕਿਉਂ ਪਲਾਨ ਕੀਤਾ, ਇੱਥੇ ਸਵਾਲ ਇਹ ਪੈਦਾ ਹੁੰਦਾ, ਇਹ ਇਸ ਲਈ ਪਲਾਨ ਕੀਤਾ, ਇਹਨਾਂ ਨੇ ਕਿਹਾ ਵੀ ਬਹੁਤ ਹੀ ਲੂਜ਼ ਸੁਰੱਖਿਆ ਇੰਤਜ਼ਾਮ ਹੈ, ਕੈਸ਼ ਨੂੰ ਇਹਨਾਂ ਨੇ ਇਸ ਢੰਗ ਨਾਲ ਡੀਲ ਕਰਦੇ ਆ ਜਿਵੇਂ ਬੱਚੇ ਡੀਲ ਕਰਦੇ ਆ, ਅਤੇ ਇਹਨਾਂ ਨੇ ਇਹਨੂੰ ਕਿਹਾ ਸੌਖੇ ਢੰਗ ਦੇ ਨਾਲ ਲੁੱਟਿਆ ਜਾ ਸਕਦਾ। ਇਹਨਾਂ ਨੇ ਪੂਰੀ ਤਿਆਰੀ ਕਰਕੇ ਆਪਦੇ ਵੱਲੋਂ ਪੂਰੇ ਇਤਿਆਦ ਵਰਤੇ, ਪਰ ਇਹਦੇ ਵਿੱਚ ਕ੍ਰਿਮੀਨਲ ਬਾਕੀਆਂ ਲਈ ਵੀ ਲੈਸਨ ਹੈ। ਇਹਨਾਂ ਨੇ ਕਿਹਾ, ਦਸਾਂ ਨੇ ਪਲਾਨ ਕੀਤਾ ਵੀ ਕੋਈ ਵੀ ਮੋਬਾਈਲ ਉੱਥੇ ਲੈ ਕੇ ਨਹੀਂ ਜਾਣਾ, ਤੇ ਜਦੋਂ ਮੋਬਾਈਲ ਨਹੀਂ ਲੈ ਕੇ ਗਏ ਸ਼ਾਤਰ ਸੀ ਜਾਂ ਇਹ ਸਮਝਦੇ ਸੀ ਵੀ ਜਾਇਦ ਮੋਬਾਈਲ ਨਹੀਂ ਲੈ ਕੇ ਜਾਂਦੇ, ਪੁਲਿਸ ਮੋਬਾਈਲਾਂ ਤੋਂ ਟਰੇਸ ਕਰ ਲੈਂਦੀ ਹੈ। ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ, ਹਿਊਮਨ ਇੰਟੈਲੀਜੈਂਸ ਹੈ ਉਹ ਬੜਾ ਵੱਡਾ ਰੋਲ ਅਦਾ ਕਰਦੇ ਆ। ਸਾਡੀਆਂ ਬਹੁਤ ਸਾਰੇ ਵਿੰਗਸ ਹੈ, ਬੜੇ ਸਪੈਸ਼ਲਾਈਜ਼ਡ, ਬੜੇ ਮਾਹਰ ਵਿੰਗ ਹੈ, ਸਾਡੀ ਟੀਮ ਬੜੀ ਕਮਿਟਡ ਹੈ, ਮੋਟੀਵੇਟਡ ਹੈ, ਇਸ ਕਰਕੇ ਅਸੀਂ। ਸਰ, ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਕਿ ਮਨਜਿੰਦਰ ਹੈ ਜਾਂ ਮਨਦੀਪ ਹੈ, ਹੋਰ ਜਿਹੜੇ ਸਾਥੀ ਹੈ, ਕਿੰਨੇ ਦਿਨਾਂ ਤੋਂ ਰੈਕੀ ਕਰ ਰਹੇ ਸੀ, ਪਲੈਨਿੰਗ ਕਿਸ ਤਰ੍ਹਾਂ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਇਹ ਲਗਭਗ ਜਨਵਰੀ ਤੋਂ ਮਿਲੇ, ਇਹਨਾਂ ਨੇ ਮੁੱਢਲੇ ਤੌਰ 'ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ। ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ, ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ, 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਣੇ ਮੇਨ ਸ਼ਾਮਲ ਹੋਏ ਸੀ, ਜਿਹੜਾ ਮਨੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ, ਅਤੇ ਮਨਦੀਪ, ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ। ਫਿਰ ਇੱਕ ਹੋਰ ਗੱਲ ਵੀ, ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਕਿਉਂਕਿ ਸਨਿਚਰਵਾਰ ਨੂੰ, ਐਤਵਾਰ, ਜਿਹੜਾ ਸੈਕਿੰਡ ਸੈਟਰਡੇ ਅਤੇ 4th Saturday ਬੈਂਕ ਬੰਦ ਹੁੰਦੇ ਹੈ, ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ, ਜਿਹੜਾ ਜਮ੍ਹਾਂ ਕਰਾਉਣਾ ਹੁੰਦਾ। ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ ਫਰਾਈਡੇ ਰਾਤ ਨੂੰ, ਅਤੇ ਇਹ ਕੰਪਨੀ ਕੋਲ ਜਿਹੜਾ ਕੈਸ਼ ਵੱਡੀ ਮਾਤਰਾ ਦੇ, ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀ, ਕਿਉਂਕਿ ਘਰ ਦਾ ਭੇਤੀ ਸੀ ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਹੈ। ਸਰ, ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ ਸੀ? ਨਹੀਂ, ਕੁਛ ਨੌਜਵਾਨ ਹੁੰਦੇ ਆ ਮਿਹਨਤ ਕਰਕੇ, ਤਰੱਕੀ ਕਰਕੇ ਅਮੀਰ ਹੁੰਦੇ ਆ, ਅਤੇ ਕੁਛ ਨੌਜਵਾਨ ਆ ਜਿਹੜੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ, ਇਹਨਾਂ ਦੀ ਮੋਟੋਸ ਆਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇਖੀ, ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ। ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਅਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਅਤੇ ਹੁਣ ਕਿਉਂਕਿ ਥੋੜ੍ਹਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ, ਅਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ, ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ ਗਏ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ, 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ, ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ, ਪਰ ਹਾਂ
ਜਿਵੇਂ ਤੁਸੀਂ ਦੱਸਿਆ ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ, ਉਹ ਕੁਐਸਚਨ ਅਰਾਈਜ਼ ਹੋਣ 'ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ ਅਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ ਦੋ ਜਿਹੜੇ ਭੱਜੇ ਆ, ਮਨਜਿੰਦਰ ਜਿਹੜੀ ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਦੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ, ਨਾਲ ਸੀ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ ਜਿਹੜੀ, ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਜਿਹੜੀ ਉਹਨੂੰ ਉਹਦੇ ਵਿੱਚ ਹੈ, ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ, ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ, ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ, ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ, ਕਾਰ ਦੇ ਬੋਨਟ ਦੇ ਉੱਤੇ ਇੱਕ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ ਰੀਲ ਜਿਹੜੀ ਬਣਾਈ, ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ, ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ, ਉਹ ਪੈਸਿਆਂ ਦੀ ਹੁਣੇ ਸਟੋਰੀ। ਠੀਕ ਹੈ, ਤਾਂ ਬਿਲਕੁਲ ਮਨਦੀਪ ਸਿੱਧੂ ਨੇ, ਕਮਿਸ਼ਨਰ ਨੇ, ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ, ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ, ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ, ਇਹਦੇ ਵਿੱਚ ਮਾਸਟਰ ਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ, ਪੂਰੀ ਪਲੈਨਿੰਗ ਕੀਤੀ, ਔਰ ਜਨਵਰੀ ਤੋਂ ਹੀ, ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ, ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ। ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ, ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ, ਲੂਪ ਪੋਲਸ ਕੀ ਨੇ, ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ, ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ, ਤੇ ਇਸੇ ਦਾ ਫਾਇਦਾ ਚੁੱਕਿਆ ਗਿਆ, ਇਸੇ ਦਾ ਫਾਇਦਾ ਚੁੱਕਿਆ ਗਿਆ, ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜਿਸ਼ ਹੈ ਉਹ ਗੜੀ ਗਈ, ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ, ਜਿਹੜੀ ਇੱਕ ਅਹਿਮ ਗੱਲ ਜਿਹੜੀ ਦੱਸੀ ਹੈ ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ ਲਾਸਟ ਸੈਚਰਡੇ ਸੰਡੇ ਹੁੰਦਾ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਹ ਵਰ ਜਾਂਦਾ, ਕਿਉਂਕਿ ਸੈਚਰਡੇ ਸੰਡੇ ਜਿਹੜਾ ਆਫ ਹੁੰਦਾ, ਇਸ ਕਰਕੇ ATM ਜਾਂ ਬੈਂਕ 'ਚ ਪੈਸਾ ਨਹੀਂ ਪਹੁੰਚਦਾ, ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ, ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ, ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਸੀ, ਔਰ ਲਗਾਤਾਰ ਇੱਕ 20-25 ਦਿਨ ਪਹਿਲਾਂ ਮਿਲੇ ਸੀਗੇ, ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ। ਇੱਕ ਗੱਡੀ ਕਰੂਜ਼ ਗੱਡੀ ਦੱਸੀ ਜਾ ਰਹੀ ਹੈ, ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ, ਅਤੇ ਦੋ ਬਾਈਕਾਂ 'ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ, ਅਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ? ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ। ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ, ਇਹ ਦੋਵਾਂ ਦੀ ਸਟੋਰੀ, ਇਹ ਡਾਕੂ ਹਸੀਨਾ ਮਨਦੀਪ ਕੌਰ ਅਤੇ ਇਹਦਾ ਜਿਹੜਾ ਹਸਬੰਡ ਹੈ, ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੰਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ, ਪਹਿਲਾਂ ਰੈਕੀ ਹੋਈ, ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ, ਔਰ 10 ਲੋਕਾਂ ਦੀ ਟੀਮ, ਯਾਨੀ ਕਿ ਇਹ ਜਿਹੜੇ ਡਾਕੂ ਸੀਗੇ, 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ, ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਪੁਲਿਸ ਦੇ 6ਵੇਂ ਜਿਹੜਾ ਐਕਿਊਜ਼ ਜਿਹੜਾ ਦੱਸਿਆ ਜਾ ਰਿਹਾ ਨਰਿੰਦਰ ਸਿੰਘ ਇਹਦੇ ਵਿੱਚ ਕਾਬੂ ਕੀਤਾ ਗਿਆ, ਜਿਹੜਾ 6ਵਾਂ ਐਕਿਊਜ਼ ਹੈ ਹੁਣੇ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ। ਲੇਕਿਨ ਇੱਕ ਵੱਡੀ ਲੁੱਟ ਜਿਹੜੀ ਹੈਗੀ ਹੈ ਬਹੁਤ ਇੱਕ ਫਿਲਮੀ ਸਟਾਈਲ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿੱਦਾਂ ਸਰ ਨੇ ਵੀ ਦੱਸਿਆ ਕਿ ਇਹ ਪੂਰਾ ਜਿਹੜਾ ਹੈਗਾ ਕਮ ਟਾਈਮ 'ਚ ਕਿੰਨਾ ਜਿਹੜਾ ਕਰੋੜਪਤੀ ਬਣਨ ਦੀ ਜਿਹੜੀ ਖੁਆਈ ਸੀਗੀ ਜਾਂ ਫਿਰ ਸੁਪਨਾ ਸੀਗਾ ਉਹਨਾਂ ਦਾ, ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 5 ਕਰੋੜ ਦੀ ਇਹਦੇ ਵਿੱਚ ਰਿਕਵਰੀ ਗਗਨ ਹੋ ਚੁੱਕੀ ਹੈ 5 ਕਰੋੜ ਦੀ। ਲੇਕਿਨ ਦੂਜਾ ਸਵਾਲ ਇੱਕ ਹੋਰ ਖੜਾ ਹੁੰਦਾ, ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ, ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ, ਜਿਹੜੀ CMS ਹੈ, ਹਾਲਾਂਕਿ ਲੂਪ ਪੋਲਸ ਕਈ ਨੇ ਉਹਦੇ, ਚਾਹੇ CCTV ਦੀ ਗੱਲ ਹੋਵੇ, ਚਾਹੇ ਅੰਦਰ ਦੇ ਚੈਸ ਸਿਸਟਮ ਦੀ ਗੱਲ ਹੋਵੇ, ਚਾਹੇ ਉਹਨਾਂ ਦੇ ਐਮਰਜੈਂਸੀ ਗੇਟ ਦੀ ਗੱਲ ਹੋਵੇ, ਕਈ ਲੂਪ ਪੋਲਸ ਉੱਥੇ ਮਿਲੇ ਹੈ। ਲੇਕਿਨ ਦੂਜੇ ਪਾਸੇ ਜਿਹੜੀ ਫਿਗਰ ਦਿੱਤੀ ਗਈ ਹੈ ਕੰਪਨੀ ਦੇ ਜਿਹੜੇ ਮੈਨੇਜਮੈਂਟ ਵੱਲੋਂ, ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੱਕ ਜ਼ਰੂਰ ਲੱਗ ਰਿਹਾ ਹੈ, ਜਿਹਦੇ ਕਰਕੇ ਇੱਕ SIT ਜਿਹੜੀ ਹੈਗੀ, 5 ਮੈਂਬਰੀ SIT ਜਿਹੜੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹਦੇ ਵਿੱਚ ਬਣਾਈ ਗਈ ਹੈ, ਜੋ ਕਿ ਹੁਣ ਪੂਰੇ ਜਿਹੜੇ ਕੰਪਨੀ ਦੇ ਮੈਨੇਜਮੈਂਟਸ ਹੈ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰੂਗੀ ਕਿ ਆਖਿਰ ਫਿਗਰ ਕਿੰਨੀ ਸੀਗੀ, ਕਿਉਂਕਿ ਤਿੰਨ ਬੈਗ ਸੀਗੇ, ਇੱਕ ਬੈਗ 'ਚ 3 ਕਰੋੜ, ਦੂਜੇ ਬੈਗ 'ਚ 3 ਕਰੋੜ, ਅਤੇ ਤੀਜੇ ਬੈਗ 'ਚ DVR ਵੀ ਸੀਗੀ, ਇਹਨਾਂ ਦਾ ਜਿਹੜਾ ਸਮਾਨ ਲੈ ਕੇ ਆਏ ਸੀਗੇ, ਜਿਹੜਾ ਵੀ ਇਹਨਾਂ ਦਾ ਸਮਾਨ ਸੀਗਾ ਉਹਦੇ ਵਿੱਚ ਉਹ ਅਤੇ ਬਾਕੀ ਪੈਸਾ, ਯਾਨੀ ਕਿ 3 ਬੈਗ ਲੈ ਕੇ ਗਏ ਨੇ, ਤਾਂ ਫਿਰ 8 ਕਰੋੜ ਉਨਾ ਜਿਹੜਾ 8 ਸਾਢੇ 8 ਕਰੋੜ ਕਰੀਬ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈ।
आखिर किन्ने पैसे सीगे, ये बहुत बड़ा सवाल इहदे विच हैगा। इस करके पुलिस हुण लगातार इहदे विच इन्वेस्टिगेशन कर रही है। बहुत बड़ी गल है कि हालांकि कोई क्रिमिनल बैकग्राउंड नहीं है, लेकिन ये डाकू हसीना जिहड़ी जिक्र हो रहा है, जिहड़ा फरार चल रही है। साडे नाल जिहड़े लुधियाना दे कमिश्नर ने ओह मनदीप सिद्धू, ओह भी जुड़नगे। मनदीप सर, इहदे विच इक सवाल जिहड़ा हैगा बार बार हो रहा है कि जिहड़ी डाकू हसीना है ओह ਇਹਦੇ ਵਿੱਚ ਮਾਸਟਰ ਮਾਈਂਡ ਹੈ ਤੇ ਮਨਜਿੰਦਰ ਹੈਗਾ, ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਕੋਈ ਨਹੀਂ ਹੈ। ਲਗਾਤਾਰ ਪੁਲਿਸ ਟ੍ਰੇਸ ਕਰ ਰਹੀ ਸੀ, ਲਗਾਤਾਰ ਟੈਕਨੀਕਲ ਪੁਆਇੰਟ ਤੇ ਗੱਲਾਂ ਹੋ ਰਹੀ ਸੀ, ਲੇਕਿਨ ਇੱਕ ਫਿਲਮੀ ਸਟਾਈਲ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਥੋਂ ਫਰਾਰ ਹੋ ਗਿਆ। ਨਾ ਇਹਦੇ ਵਿੱਚ ਬਿਲਕੁਲ ਇਹ ਗੱਲ ਕਹਾਂਗੇ, ਇੱਕ ਜਿਹੜੀ ਜਿਹਨੂੰ ਮਨਦੀਪ ਉਰਫ ਮੋਨਾ ਜਿਹੜੀ ਉਹ ਲੜਕੀ ਸੀ, ਉਹ ਤੇ ਉਹਦੇ ਨਾਲ ਜਿਹੜਾ ਕੰਪਨੀ ਦੇ ਵਿੱਚ ਇੰਪਲਾਈ ਸੀ ਪਿਛਲੇ 4 ਸਾਲ ਤੋਂ ਮਨਜਿੰਦਰ, ਇਹਨਾਂ ਨੇ ਆਪਸ ਦੇ ਵਿੱਚ ਪਲਾਨ ਕਰਕੇ ਇਹਨੂੰ ਐਗਜ਼ੀਕਿਊਟ ਕੀਤਾ। ਪਰ ਕਿਉਂ ਪਲਾਨ ਕੀਤਾ, ਇੱਥੇ ਸਵਾਲ ਇਹ ਪੈਦਾ ਹੁੰਦਾ, ਇਹ ਇਸ ਲਈ ਪਲਾਨ ਕੀਤਾ, ਇਹਨਾਂ ਨੇ ਕਿਹਾ ਵੀ ਬਹੁਤ ਹੀ ਲੂਜ਼ ਸੁਰੱਖਿਆ ਇੰਤਜ਼ਾਮ ਹੈ, ਕੈਸ਼ ਨੂੰ ਇਹਨਾਂ ਨੇ ਇਸ ਢੰਗ ਨਾਲ ਡੀਲ ਕਰਦੇ ਆ ਜਿਵੇਂ ਬੱਚੇ ਡੀਲ ਕਰਦੇ ਆ, ਅਤੇ ਇਹਨਾਂ ਨੇ ਇਹਨੂੰ ਕਿਹਾ ਸੌਖੇ ਢੰਗ ਦੇ ਨਾਲ ਲੁੱਟਿਆ ਜਾ ਸਕਦਾ। ਇਹਨਾਂ ਨੇ ਪੂਰੀ ਤਿਆਰੀ ਕਰਕੇ ਆਪਦੇ ਵੱਲੋਂ ਪੂਰੇ ਇਤਿਆਦ ਵਰਤੇ, ਪਰ ਇਹਦੇ ਵਿੱਚ ਕ੍ਰਿਮੀਨਲ ਬਾਕੀਆਂ ਲਈ ਵੀ ਲੈਸਨ ਹੈ। ਇਹਨਾਂ ਨੇ ਕਿਹਾ, ਦਸਾਂ ਨੇ ਪਲਾਨ ਕੀਤਾ ਵੀ ਕੋਈ ਵੀ ਮੋਬਾਈਲ ਉੱਥੇ ਲੈ ਕੇ ਨਹੀਂ ਜਾਣਾ, ਤੇ ਜਦੋਂ ਮੋਬਾਈਲ ਨਹੀਂ ਲੈ ਕੇ ਗਏ ਗਏ, ਸ਼ਾਤਰ ਸੀ ਸਰ, ਸ਼ਾਤਰ ਸੀ, ਸ਼ਾਤਰ ਸੀ ਜਾਂ ਇਹ ਸਮਝਦੇ ਸੀ ਵੀ ਜੈਦ ਮੋਬਾਈਲ ਨਹੀਂ ਲੈ ਕੇ ਜਾਂਦੇ, ਪੁਲਿਸ ਮੋਬਾਈਲਾਂ ਤੋਂ ਟਰੇਸ ਕਰ ਲੈਂਦੀ ਹੈ। ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ, ਹਿਊਮਨ ਇੰਟੈਲੀਜੈਂਸ ਹੈ ਉਹ ਬੜਾ ਵੱਡਾ ਰੋਲ ਅਦਾ ਕਰਦੇ ਆ। ਸਾਡੀਆਂ ਬਹੁਤ ਸਾਰੇ ਵਿੰਗਸ ਹੈ, ਬੜੇ ਸਪੈਸ਼ਲਾਈਜ਼ਡ, ਬੜੇ ਮਾਹਰ ਵਿੰਗ ਹੈ, ਸਾਡੀ ਟੀਮ ਬੜੀ ਕਮਿਟਡ ਹੈ, ਮੋਟੀਵੇਟਡ ਹੈ, ਇਸ ਕਰਕੇ ਅਸੀਂ। ਸਰ, ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਕਿ ਮਨਜਿੰਦਰ ਹੈ ਜਾਂ ਮਨਦੀਪ ਹੈ, ਹੋਰ ਜਿਹੜੇ ਸਾਥੀ ਹੈ, ਕਿੰਨੇ ਦਿਨਾਂ ਤੋਂ ਰੈਕੀ ਕਰ ਰਹੇ ਸੀ, ਪਲੈਨਿੰਗ ਕਿਸ ਤਰ੍ਹਾਂ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਇਹ ਲਗਭਗ ਜਨਵਰੀ ਤੋਂ ਮਿਲੇ, ਇਹਨਾਂ ਨੇ ਮੁੱਢਲੇ ਤੌਰ 'ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ। ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ, ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ, 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਾਣੇ ਮੇਨ ਸ਼ਾਮਲ ਹੋਏ ਸੀ, ਜਿਹੜਾ ਮਨੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ, ਅਤੇ ਮਨਦੀਪ, ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ। ਫਿਰ ਇੱਕ ਹੋਰ ਗੱਲ ਵੀ, ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਕਿਉਂਕਿ ਸਨਿਚਰਵਾਰ ਨੂੰ, ਐਤਵਾਰ, ਜਿਹੜਾ ਸੈਕਿੰਡ ਸੈਟਰਡੇ ਅਤੇ 4th ਸੈਟਰਡੇ ਬੈਂਕ ਬੰਦ ਹੁੰਦੇ ਹੈ, ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ, ਜਿਹੜਾ ਜਮ੍ਹਾਂ ਕਰਾਉਣਾ ਹੁੰਦਾ। ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ, ਫਰਾਈਡੇ ਰਾਤ ਨੂੰ, ਅਤੇ ਇਹ ਕੰਪਨੀ ਕੋਲ ਜਿਹੜਾ ਕੈਸ਼ ਵੱਡੀ ਮਾਤਰਾ ਦੇ, ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀ, ਕਿਉਂਕਿ ਘਰ ਦਾ ਭੇਤੀ ਸੀ ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਅਦਾ। ਸਰ, ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ ਸੀ? ਨਹੀਂ, ਕੁਛ ਨੌਜਵਾਨ ਹੁੰਦੇ ਆ ਮਿਹਨਤ ਕਰਕੇ, ਤਰੱਕੀ ਕਰਕੇ ਅਮੀਰ ਹੁੰਦੇ ਆ, ਅਤੇ ਕੁਛ ਨੌਜਵਾਨ ਹੈ ਜਿਹੜੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ, ਇਹਨਾਂ ਦੀ ਮੋਟਰ ਸੋਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ, ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਅਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਅਤੇ ਹੁਣ ਕਿਉਂਕਿ ਥੋੜ੍ਹਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਅਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ, 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ, ਪਰ ਹਾਂ ਜਿਵੇਂ ਤੁਸੀਂ ਦੱਸਿਆ ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ। ਉਹ ਕੁਐਸਚਨ ਅਰਾਈਜ਼ ਹੋਣ ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ, ਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ 2 ਜਿਹੜੇ ਭੱਜੇ ਆ, ਮਨਜਿੰਦਰ, ਜਿਹੜੀ ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ, ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਦੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਸਰ, ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ, ਨਾਲ ਸੀ ਤੇ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ, ਜਿਹੜੀ ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਸੁੰਦਰੀ, ਹਾਂ ਜਿਹੜੀ ਉਹਨੂੰ ਉਹਦੇ
ਦੇ ਵਿੱਚ ਹੈ ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ ਕਾਰ ਦੇ ਬੋਨਟ ਦੇ ਉੱਤੇ ਇੱਕ ਉਹ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ ਰੀਲ ਜਿਹੜੀ ਬਣਾਈ ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ ਉਹ ਪੈਸਿਆਂ ਦੀ ਹੁਣੇ ਸਟੋਰੀ ਠੀਕ ਹੈ ਤੇ ਬਿਲਕੁਲ ਮਨਦੀਪ ਸਿੱਧੂ ਨੇ ਕਮਿਸ਼ਨਰ ਨੇ ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ ਇਹਦੇ ਵਿੱਚ ਮਾਸਟਰ ਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ ਪੂਰੀ ਪਲੈਨਿੰਗ ਕੀਤੀ ਔਰ ਜਨਵਰੀ ਤੋਂ ਹੀ ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ ਲੂਪ ਪੋਲਸ ਕੀ ਨੇ ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ ਤੇ ਇਸੇ ਦਾ ਫਾਇਦਾ ਚੁੱਕਿਆ ਗਿਆ ਇਸੇ ਦਾ ਫਾਇਦਾ ਚੁੱਕਿਆ ਗਿਆ ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜ਼ਿਸ਼ ਹੈ ਉਹ ਗੜੀ ਗਈ ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ ਜਿਹੜੀ ਇੱਕ ਅਹਿਮ ਗੱਲ ਜਿਹੜੀ ਦੱਸੀ ਹੈ ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ ਲਾਸਟ ਸੈਚਰਡੇ ਸੰਡੇ ਹੁੰਦਾ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਹ ਵਰ ਜਾਂਦਾ ਕਿਉਂਕਿ ਸੈਚਰਡੇ ਸੰਡੇ ਜਿਹੜਾ ਆਫ ਹੁੰਦਾ ਇਸ ਕਰਕੇ ਏਟੀਐਮ ਜਾਂ ਬੈਂਕ 'ਚ ਪੈਸਾ ਨਹੀਂ ਪਹੁੰਚਦਾ ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਸੀ ਔਰ ਲਗਾਤਾਰ ਇੱਕ 20-25 ਦਿਨ ਪਹਿਲਾਂ ਮਿਲੇ ਸੀਗੇ ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ ਇੱਕ ਗੱਡੀ ਕਰੂਜ਼ ਗੱਡੀ ਦੱਸੀ ਜਾ ਰਹੀ ਹੈ ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ ਤੇ 2 ਬਾਈਕਾਂ ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ ਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ ਇਹ ਦੋਵਾਂ ਦੀ ਸਟੋਰੀ ਇਹ ਡਾਕੂ ਹਸੀਨਾ ਮਨਦੀਪ ਕੌਰ ਤੇ ਇਹਦਾ ਜਿਹੜਾ ਹਸਬੰਡ ਹੈ ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੰਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ ਪਹਿਲਾਂ ਰੈਕੀ ਹੋਈ ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ ਔਰ 10 ਲੋਕਾਂ ਦੀ ਟੀਮ ਯਾਨੀ ਕਿ ਇਹ ਜਿਹੜੇ ਡਾਕੂ ਸੀਗੇ 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹਾਲਾਂਕਿ ਪੁਲਿਸ ਦੇ 6ਵੇਂ ਜਿਹੜਾ ਐਕਿਊਜ ਜਿਹੜਾ ਦੱਸਿਆ ਜਾ ਰਿਹਾ ਨਰਿੰਦਰ ਸਿੰਘ ਇਹਦੇ ਵਿੱਚ ਕਾਬੂ ਕੀਤਾ ਗਿਆ ਜਿਹੜਾ 6ਵਾਂ ਐਕਿਊਜ ਹੈ ਹੁਣੇ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ ਲੇਕਿਨ ਇੱਕ ਵੱਡੀ ਲੁੱਟ ਜਿਹੜੀ ਹੈਗੀ ਹੈ ਬਹੁਤ ਇੱਕ ਫਿਲਮੀ ਸਟਾਈਲ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਿੱਦਾਂ ਸਰ ਨੇ ਵੀ ਦੱਸਿਆ ਕਿ ਇਹ ਪੂਰਾ ਜਿਹੜਾ ਹੈਗਾ ਕਮ ਟਾਈਮ 'ਚ ਕਿੰਨਾ ਜਿਹੜਾ ਕਰੋੜਪਤੀ ਬਣਨ ਦੀ ਜਿਹੜੀ ਖੁਆਈ ਸੀਗੀ ਜਾਂ ਫਿਰ ਸਪਨਾ ਸੀਗਾ ਉਹਨਾਂ ਦਾ ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ 5 ਕਰੋੜ ਦੀ ਇਹਦੇ ਵਿੱਚ ਰਿਕਵਰੀ ਗਗਨ ਹੋ ਚੁੱਕੀ ਹੈ 5 ਕਰੋੜ ਦੀ ਲੇਕਿਨ ਦੂਜਾ ਸਵਾਲ ਇੱਕ ਹੋਰ ਖੜਾ ਹੁੰਦਾ ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਜਿਹੜੀ ਸੀਐਮਐਸ ਹੈ ਹਾਲਾਂਕਿ ਲੂਪ ਹੋਲਸ ਕਈ ਨੇ ਉਹਦੇ ਚਾਹੇ ਸੀਸੀਟੀਵੀ ਦੀ ਗੱਲ ਹੋਵੇ ਚਾਹੇ ਅੰਦਰ ਦੇ ਚੈਸ ਸਿਸਟਮ ਦੀ ਗੱਲ ਹੋਵੇ ਚਾਹੇ ਉਹਨਾਂ ਦੇ ਐਮਰਜੈਂਸੀ ਗੇਟ ਦੀ ਗੱਲ ਹੋਵੇ ਕਈ ਲੂਪ ਹੋਲਸ ਉੱਥੇ ਮਿਲੇ ਹੈ ਲੇਕਿਨ ਦੂਜੇ ਪਾਸੇ ਜਿਹੜੀ ਫਿਗਰ ਦਿੱਤੀ ਗਈ ਹੈ ਕੰਪਨੀ ਦੇ ਜਿਹੜੇ ਮੈਨੇਜਮੈਂਟ ਵੱਲੋਂ ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੱਕ ਜ਼ਰੂਰ ਲੱਗ ਰਿਹਾ ਹੈ ਜਿਹਦੇ ਕਰਕੇ ਇੱਕ ਐਸਆਈਟੀ ਜਿਹੜੀ ਹੈਗੀ 5 ਮੈਂਬਰੀ ਐਸਆਈਟੀ ਜਿਹੜੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹਦੇ ਵਿੱਚ ਬਣਾਈ ਗਈ ਹੈ ਜੋ ਕਿ ਹੁਣ ਪੂਰੇ ਜਿਹੜੇ ਕੰਪਨੀ ਦੇ ਮੈਨੇਜਮੈਂਟਸ ਹੈ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰੂਗੀ ਕਿ ਆਖਿਰ ਫਿਗਰ ਕਿੰਨੀ ਸੀਗੀ ਕਿਉਂਕਿ 3 ਬੈਗ ਸੀਗੇ ਤਿੰਨ ਬੈਗ ਇੱਕ ਬੈਗ 'ਚ 3 ਕਰੋੜ ਦੂਜੇ ਬੈਗ 'ਚ 3 ਕਰੋੜ ਅਤੇ ਤੀਜੇ ਬੈਗ 'ਚ DVR ਵੀ ਸੀਗੀ ਇਹਨਾਂ ਦਾ ਜਿਹੜਾ ਸਮਾਨ ਲੈ ਕੇ ਆਏ ਸੀਗੇ ਜਿਹੜਾ ਵੀ ਇਹਨਾਂ ਦਾ ਸਮਾਨ ਸੀਗਾ ਉਹਦੇ ਵਿੱਚ ਉਹ ਅਤੇ ਬਾਕੀ ਪੈਸਾ ਯਾਨੀ ਕਿ 3 ਬੈਗ ਲੈ ਕੇ ਗਏ ਨੇ ਤਾਂ ਫਿਰ 8 ਕਰੋੜ ਉਨਾ ਜਿਹੜਾ 8.5 ਕਰੋੜ ਕਰੀਬ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈ ਆਖਿਰ ਕਿੰਨੇ ਪੈਸੇ ਸੀਗੇ ਇਹ ਬਹੁਤ ਵੱਡਾ ਸਵਾਲ ਇਹਦੇ ਵਿੱਚ ਹੈਗਾ ਇਸ ਕਰਕੇ ਪੁਲਿਸ ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਬਹੁਤ ਵੱਡੀ ਗੱਲ ਹੈ ਕਿ ਹਾਲਾਂਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਲੇਕਿਨ ਇਹ ਡਾਕੂ ਹਸੀਨਾ ਜਿਹੜੀ ਜ਼ਿਕਰ ਹੋ ਰਿਹਾ ਜਿਹੜਾ ਫਰਾਰ ਚੱਲ ਰਹੀ ਹੈ ਸਾਡੇ ਨਾਲ ਜਿਹੜੇ ਲੁਧਿਆਣਾ ਦੇ ਕਮਿਸ਼ਨਰ ਨੇ ਉਹ ਮਨਦੀਪ ਸਿੱਧੂ ਉਹ ਵੀ ਜੁੜਨਗੇ ਮਨਦੀਪ ਸਰ ਇਹਦੇ ਵਿੱਚ ਇੱਕ ਸਵਾਲ ਜਿਹੜਾ ਹੈਗਾ ਬਾਰ ਬਾਰ ਹੋ ਰਿਹਾ ਕਿ ਜਿਹੜੀ ਡਾਕੂ ਹਸੀਨਾ ਉਹ ਇਹਦੇ ਵਿੱਚ ਮਾਸਟਰ ਮਾਈਂਡ ਹੈ ਤੇ ਮਨਜਿੰਦਰ ਹੈਗਾ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਕੋਈ ਨਹੀਂ ਹੈ ਲਗਾਤਾਰ ਪੁਲਿਸ ਟ੍ਰੇਸ ਕਰ ਰਹੀ ਸੀ ਲਗਾਤਾਰ ਟੈਕਨੀਕਲ ਪੁਆਇੰਟ ਤੇ ਗੱਲਾਂ ਹੋ ਰਹੀ ਸੀ ਲੇਕਿਨ ਇੱਕ ਫਿਲਮੀ ਸਟਾਈਲ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਥੋਂ ਫਰਾਰ ਹੋ ਗਿਆ ਨਾ ਇਹਦੇ ਵਿੱਚ ਬਿਲਕੁਲ ਇਹ ਗੱਲ ਕਵਾਂਗੇ ਇੱਕ ਜਿਹੜੀ ਜਿਹਨੂੰ ਮਨਦੀਪ ਉਰਫ ਮੋਨਾ ਜਿਹੜੀ ਉਹ ਲੜਕੀ ਸੀ ਉਹ ਤੇ ਉਹਦੇ ਨਾਲ ਜਿਹੜਾ ਕੰਪਨੀ ਦੇ ਵਿੱਚ ਇੰਪਲਾਈ ਸੀ ਪਿਛਲੇ 4 ਸਾਲ ਤੋਂ ਮਨਜਿੰਦਰ ਇਹਨਾਂ ਨੇ ਆਪਸ ਦੇ ਵਿੱਚ ਪਲਾਨ ਕਰਕੇ ਇਹਨੂੰ ਐਗਜ਼ੀਕਿਊਟ ਕੀਤਾ ਪਰ ਕਿਉਂ ਪਲਾਨ ਕੀਤਾ ਇੱਥੇ ਸਵਾਲ ਇਹ ਪੈਦਾ ਹੁੰਦਾ ਇਹ ਇਸ ਲਈ ਪਲਾਨ ਕੀਤਾ ਇਹਨਾਂ ਨੇ ਕਿਹਾ ਵੀ ਬਹੁਤ ਹੀ ਲੂਜ਼ ਸੁਰੱਖਿਆ ਇੰਤਜ਼ਾਮ ਹੈ ਕੈਸ਼ ਨੂੰ ਇਹਨਾਂ ਨੇ ਇਸ ਢੰਗ ਨਾਲ ਡੀਲ ਕਰਦੇ ਆ ਜਿਵੇਂ ਬੱਚੇ ਡੀਲ ਕਰਦੇ ਆ
ਪਰ ਇਹਦੇ ਵਿੱਚ ਕ੍ਰਿਮੀਨਲ ਬਾਕੀਆਂ ਲਈ ਵੀ ਲੈਸਨ ਹੈ। ਇਹਨਾਂ ਨੇ ਕਿਹਾ ਦਸਾਂ ਨੇ ਪਲਾਨ ਕੀਤਾ ਵੀ ਕੋਈ ਵੀ ਮੋਬਾਈਲ ਉੱਥੇ ਲੈ ਕੇ ਨਹੀਂ ਜਾਣਾ, ਤੇ ਜਦੋਂ ਮੋਬਾਈਲ ਨਹੀਂ ਲੈ ਕੇ ਗਏ ਸ਼ਾਤਰ ਸੀ ਜਾਂ ਇਹ ਸਮਝਦੇ ਸੀ ਵੀ ਜੈਦ ਮੋਬਾਈਲ ਨਹੀਂ ਲੈ ਕੇ ਜਾਂਦੇ, ਪੁਲਿਸ ਮੋਬਾਈਲਾਂ ਤੋਂ ਟਰੇਸ ਕਰ ਲੈਂਦੀ ਹੈ। ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹਿਊਮਨ ਇੰਟੈਲੀਜੈਂਸ ਹੈ, ਉਹ ਬੜਾ ਵੱਡਾ ਰੋਲ ਅਦਾ ਕਰਦੇ ਆ। ਸਾਡੀਆਂ ਬਹੁਤ ਸਾਰੇ ਵਿੰਗਸ ਹੈ, ਬੜੇ ਸਪੈਸ਼ਲਾਈਜ਼ਡ, ਬੜੇ ਮਾਹਰ ਵਿੰਗ ਹੈ, ਸਾਡੀ ਟੀਮ ਬੜੀ ਕਮਿਟਡ ਹੈ, ਮੋਟੀਵੇਟਡ ਹੈ। ਇਸ ਕਰਕੇ ਅਸੀਂ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਕਿ ਮਨਜਿੰਦਰ ਹੈ ਜਾਂ ਮਨਦੀਪ ਹੈ, ਹੋਰ ਜਿਹੜੇ ਸਾਥੀ ਹੈ, ਕਿੰਨੇ ਦਿਨਾਂ ਤੋਂ ਰੈਕੀ ਕਰ ਰਹੇ ਸੀ, ਪਲੈਨਿੰਗ ਕਿਸ ਤਰ੍ਹਾਂ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਇਹ ਲਗਭਗ ਜਨਵਰੀ ਤੋਂ ਮਿਲੇ, ਇਹਨਾਂ ਨੇ ਮੁੱਢਲੇ ਤੌਰ 'ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ। ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ। ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ, 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਾਣੇ ਮੇਨ ਸ਼ਾਮਲ ਹੋਏ ਸੀ, ਜਿਹੜਾ ਮਣੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ ਅਤੇ ਮਨਦੀਪ। ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ। ਫਿਰ ਇੱਕ ਹੋਰ ਗੱਲ ਵੀ, ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਕਿਉਂਕਿ ਸਨਿਚਰਵਾਰ ਨੂੰ, ਐਤਵਾਰ, ਜਿਹੜਾ ਸੈਕਿੰਡ ਸੈਟਰਡੇ ਅਤੇ 4th ਸੈਟਰਡੇ ਬੈਂਕ ਬੰਦ ਹੁੰਦੇ ਆ, ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ, ਜਿਹੜਾ ਜਮ੍ਹਾਂ ਕਰਾਉਣਾ ਹੁੰਦਾ। ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ ਫਰਾਈਡੇ ਰਾਤ ਨੂੰ, ਅਤੇ ਇਹ ਕੰਪਨੀ ਕੋਲ ਜਿਹੜਾ ਕੈਸ਼ ਵੱਡੀ ਮਾਤਰਾ ਦੇ, ਯਾਨੀ ਕਿ ਸਾਰਾ ਕੁਝ ਕੰਪਨੀ ਵੱਲੋਂ ਵੀ ਅਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ, ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ, 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ, ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ 'ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿੰਦਾ। ਪਰ ਹਾਂ, ਜਿਵੇਂ ਤੁਸੀਂ ਦੱਸਿਆ, ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ। ਉਹ ਕੁਐਸਚਨ ਅਰਾਈਜ਼ ਹੋਣ 'ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ, ਅਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ 2 ਜਿਹੜੇ ਭੱਜੇ ਆ, ਮਨਜਿੰਦਰ, ਜਿਹੜੀ ਮਨਦੀਪ, ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ, ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਦੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ, ਨਾਲ ਸੀ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ, ਜਿਹੜੀ ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਜਿਹੜੀ ਉਹਨੂੰ ਉਹਦੇ ਵਿੱਚ ਹੈ, ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ, ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ, ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ, ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ, ਕਾਰ ਦੇ ਬੋਨਟ ਦੇ ਉੱਤੇ ਇੱਕ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ, ਰੀਲ ਜਿਹੜੀ ਬਣਾਈ, ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ, ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ, ਉਹ ਪੈਸਿਆਂ ਦੀ ਹੁਣੇ ਸਟੋਰੀ। ਠੀਕ ਹੈ, ਤੇ ਬਿਲਕੁਲ ਮਨਦੀਪ ਸਿੱਧੂ ਨੇ, ਕਮਿਸ਼ਨਰ ਨੇ, ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ, ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ, ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ, ਇਹਦੇ ਵਿੱਚ ਮਾਸਟਰਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ, ਪੂਰੀ ਪਲੈਨਿੰਗ ਕੀਤੀ, ਔਰ ਜਨਵਰੀ ਤੋਂ ਹੀ, ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ, ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ। ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ, ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ, ਲੂਪ ਪੋਲਸ ਕੀ ਨੇ, ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ, ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ, ਤੇ ਇਸੇ ਦਾ ਫਾਇਦਾ ਚੁੱਕਿਆ ਗਿਆ, ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜਿਸ਼ ਹੈ ਉਹ ਗੜੀ ਗਈ, ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ, ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ ਲਾਸਟ ਸੈਚਰਡੇ ਸੰਡੇ ਹੁੰਦਾ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਹ ਵਰ ਜਾਂਦਾ, ਕਿਉਂਕਿ ਸੈਚਰਡੇ ਸੰਡੇ ਜਿਹੜਾ ਆਫ ਹੁੰਦਾ, ਇਸ ਕਰਕੇ ATM ਜਾਂ ਬੈਂਕ 'ਚ ਪੈਸਾ ਨਹੀਂ ਪਹੁੰਚਦਾ, ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ, ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ, ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਸੀ, ਔਰ ਲਗਾਤਾਰ 20-25 ਦਿਨ ਪਹਿਲਾਂ ਮਿਲੇ ਸੀਗੇ, ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ। ਇੱਕ ਗੱਡੀ, ਕਰੂਜ਼ ਗੱਡੀ ਦੱਸੀ ਜਾ ਰਹੀ ਹੈ, ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ, ਅਤੇ 2 ਬਾਈਕਾਂ 'ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ, ਅਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ? ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ। ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ, ਇਹ ਦੋਵਾਂ ਦੀ ਸਟੋਰੀ, ਇਹ ਡਾਕੂ ਹਸੀਨਾ ਮਨਦੀਪ ਕੌਰ ਅਤੇ ਇਹਦਾ ਜਿਹੜਾ ਹਸਬੰਡ ਹੈ,
ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੰਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ। ਪਹਿਲਾਂ ਰੈਕੀ ਹੋਈ, ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ ਔਰ 10 ਲੋਕਾਂ ਦੀ ਟੀਮ, ਯਾਨੀ ਕਿ ਇਹ ਜਿਹੜੇ ਡਾਕੂ ਸੀਗੇ, 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ, ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਪੁਲਿਸ ਦੇ 6ਵੇਂ ਜਿਹੜਾ ਐਕਿਊਜ ਜਿਹੜਾ ਦੱਸਿਆ ਜਾ ਰਿਹਾ ਨਰਿੰਦਰ ਸਿੰਘ ਇਹਦੇ ਵਿੱਚ ਕਾਬੂ ਕੀਤਾ ਗਿਆ, ਜਿਹੜਾ 6ਵਾਂ ਐਕਿਊਜ ਹੈ ਹੁਣੇ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ। ਲੇਕਿਨ ਇੱਕ ਵੱਡੀ ਲੁੱਟ ਜਿਹੜੀ ਹੈਗੀ ਹੈ ਬਹੁਤ ਇੱਕ ਫਿਲਮੀ ਸਟਾਈਲ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿੱਦਾਂ ਸਰ ਨੇ ਵੀ ਦੱਸਿਆ ਕਿ ਇਹ ਪੂਰਾ ਜਿਹੜਾ ਹੈਗਾ ਕਮ ਟਾਈਮ 'ਚ ਕਿੰਨਾ ਜਿਹੜਾ ਕਰੋੜਪਤੀ ਬਣਨ ਦੀ ਜਿਹੜੀ ਖੁਆਈ ਸੀਗੀ ਜਾਂ ਫਿਰ ਸਪਨਾ ਸੀਗਾ ਉਹਨਾਂ ਦਾ, ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 5 ਕਰੋੜ ਦੀ ਇਹਦੇ ਵਿੱਚ ਰਿਕਵਰੀ ਗਗਨ ਹੋ ਚੁੱਕੀ ਹੈ 5 ਕਰੋੜ ਦੀ। ਲੇਕਿਨ ਦੂਜਾ ਸਵਾਲ ਇੱਕ ਹੋਰ ਖੜਾ ਹੁੰਦਾ, ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ, ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ, ਜਿਹੜੀ CMS ਹੈ, ਹਾਲਾਂਕਿ ਲੂਪਹੋਲਸ ਕਈ ਨੇ ਉਹਦੇ, ਚਾਹੇ CCTV ਦੀ ਗੱਲ ਹੋਵੇ, ਚਾਹੇ ਅੰਦਰ ਦੇ ਚੈਸ ਸਿਸਟਮ ਦੀ ਗੱਲ ਹੋਵੇ, ਚਾਹੇ ਉਹਨਾਂ ਦੇ ਐਮਰਜੈਂਸੀ ਗੇਟ ਦੀ ਗੱਲ ਹੋਵੇ, ਕਈ ਲੂਪਹੋਲਸ ਉੱਥੇ ਮਿਲੇ ਹੈ। ਲੇਕਿਨ ਦੂਜੇ ਪਾਸੇ ਜਿਹੜੀ ਫਿਗਰ ਦਿੱਤੀ ਗਈ ਹੈ ਕੰਪਨੀ ਦੇ ਜਿਹੜੇ ਮੈਨੇਜਮੈਂਟ ਵੱਲੋਂ, ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੱਕ ਜ਼ਰੂਰ ਲੱਗ ਰਿਹਾ ਹੈ, ਜਿਹਦੇ ਕਰਕੇ SIT ਜਿਹੜੀ ਹੈਗੀ, 5 ਮੈਂਬਰੀ SIT ਜਿਹੜੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹਦੇ ਵਿੱਚ ਬਣਾਈ ਗਈ ਹੈ, ਜੋ ਕਿ ਹੁਣ ਪੂਰੇ ਜਿਹੜੇ ਕੰਪਨੀ ਦੇ ਮੈਨੇਜਮੈਂਟਸ ਹੈ, ਜਿਹੜੇ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰੂਗੀ ਕਿ ਆਖਿਰ ਫਿਗਰ ਕਿੰਨੀ ਸੀਗੀ, ਕਿਉਂਕਿ 3 ਬੈਗ ਸੀਗੇ, ਤਿੰਨ ਬੈਗ, ਇੱਕ ਬੈਗ 'ਚ 3 ਕਰੋੜ, ਦੂਜੇ ਬੈਗ 'ਚ 3 ਕਰੋੜ, ਅਤੇ ਤੀਜੇ ਬੈਗ 'ਚ DVR ਵੀ ਸੀਗੀ, ਇਹਨਾਂ ਦਾ ਜਿਹੜਾ ਸਮਾਨ ਲੈ ਕੇ ਆਏ ਸੀਗੇ, ਜਿਹੜਾ ਵੀ ਇਹਨਾਂ ਦਾ ਸਮਾਨ ਸੀਗਾ ਉਹਦੇ ਵਿੱਚ ਉਹ ਅਤੇ ਬਾਕੀ ਪੈਸਾ, ਯਾਨੀ ਕਿ 3 ਬੈਗ ਲੈ ਕੇ ਗਏ ਨੇ। ਤਾਂ ਫਿਰ 8 ਕਰੋੜ ਕਰੀਬ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈ, ਆਖਿਰ ਕਿੰਨੇ ਪੈਸੇ ਸੀਗੇ, ਇਹ ਬਹੁਤ ਵੱਡਾ ਸਵਾਲ ਇਹਦੇ ਵਿੱਚ ਹੈਗਾ। ਇਸ ਕਰਕੇ ਪੁਲਿਸ ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ। ਬਹੁਤ ਵੱਡੀ ਗੱਲ ਹੈ ਕਿ ਹਾਲਾਂਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ, ਲੇਕਿਨ ਇਹ ਡਾਕੂ ਹਸੀਨਾ ਜਿਹੜੀ ਜ਼ਿਕਰ ਹੋ ਰਿਹਾ, ਜਿਹੜਾ ਫਰਾਰ ਚੱਲ ਰਹੀ ਹੈ, ਸਾਡੇ ਨਾਲ ਜਿਹੜੇ ਲੁਧਿਆਣਾ ਦੇ ਕਮਿਸ਼ਨਰ ਨੇ ਉਹ ਮਨਦੀਪ ਸਿੱਧੂ, ਉਹ ਵੀ ਜੁੜਨਗੇ। ਮਨਦੀਪ ਸਰ, ਇਹਦੇ ਵਿੱਚ ਇੱਕ ਸਵਾਲ ਜਿਹੜਾ ਹੈਗਾ ਬਾਰ ਬਾਰ ਹੋ ਰਿਹਾ ਕਿ ਜਿਹੜੀ ਡਾਕੂ ਹਸੀਨਾ ਉਹ ਇਹਦੇ ਵਿੱਚ ਮਾਸਟਰ ਮਾਈਂਡ ਹੈ ਤੇ ਮਨਜਿੰਦਰ ਹੈਗਾ, ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਕੋਈ ਨਹੀਂ ਹੈ। ਲਗਾਤਾਰ ਪੁਲਿਸ ਟ੍ਰੇਸ ਕਰ ਰਹੀ ਸੀ, ਲਗਾਤਾਰ ਟੈਕਨੀਕਲ ਪੁਆਇੰਟ ਤੇ ਗੱਲਾਂ ਹੋ ਰਹੀ ਸੀ, ਲੇਕਿਨ ਇੱਕ ਫਿਲਮੀ ਸਟਾਈਲ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਥੋਂ ਫਰਾਰ ਹੋ ਗਿਆ ਨਾ। ਇਹਦੇ ਵਿੱਚ ਬਿਲਕੁਲ ਇਹ ਗੱਲ ਕਹਾਂਗੇ, ਇੱਕ ਜਿਹੜੀ ਜਿਹਨੂੰ ਮਨਦੀਪ ਔਰ ਮੋਨਾ ਜਿਹੜੀ ਉਹ ਲੜਕੀ ਸੀ, ਉਹ ਤੇ ਉਹਦੇ ਨਾਲ ਜਿਹੜਾ ਕੰਪਨੀ ਦੇ ਵਿੱਚ ਇੰਪਲਾਈ ਸੀ ਪਿਛਲੇ 4 ਸਾਲ ਤੋਂ ਮਨਜਿੰਦਰ, ਇਹਨਾਂ ਨੇ ਆਪਸ ਦੇ ਵਿੱਚ ਪਲਾਨ ਕਰਕੇ ਇਹਨੂੰ ਐਗਜ਼ੀਕਿਊਟ ਕੀਤਾ। ਇੱਕ ਵਾਰ ਕਿਉਂ ਪਲਾਨ ਕੀਤਾ, ਇੱਥੇ ਸਵਾਲ ਇਹ ਪੈਦਾ ਹੁੰਦਾ, ਇਹ ਇਸ ਲਈ ਪਲਾਨ ਕੀਤਾ, ਇਹਨਾਂ ਨੇ ਕਿਹਾ ਵੀ ਬਹੁਤ ਹੀ ਲੂਜ਼ ਸੁਰੱਖਿਆ ਇੰਤਜ਼ਾਮ ਹੈ, ਕੈਸ਼ ਨੂੰ ਇਹਨਾਂ ਨੇ ਇਸ ਢੰਗ ਨਾਲ ਡੀਲ ਕਰਦੇ ਆ ਜਿਵੇਂ ਬੱਚੇ ਡੀਲ ਕਰਦੇ ਆ, ਅਤੇ ਇਹਨਾਂ ਨੇ ਇਹਨੂੰ ਕਿਹਾ ਸੌਖੇ ਢੰਗ ਦੇ ਨਾਲ ਲੁੱਟਿਆ ਜਾ ਸਕਦਾ। ਇਹਨਾਂ ਨੇ ਪੂਰੀ ਤਿਆਰੀ ਕਰਕੇ ਆਪਦੇ ਵੱਲੋਂ ਪੂਰੇ ਇਤਿਆਦ ਵਰਤੇ, ਪਰ ਇਹਦੇ ਵਿੱਚ ਕ੍ਰਿਮੀਨਲ ਬਾਕੀਆਂ ਲਈ ਵੀ ਲੈਸਨ ਹੈ। ਇਹਨਾਂ ਨੇ ਕਿਹਾ, ਦਸਾਂ ਨੇ ਪਲਾਨ ਕੀਤਾ ਵੀ ਕੋਈ ਵੀ ਮੋਬਾਈਲ ਉੱਥੇ ਲੈ ਕੇ ਨਹੀਂ ਜਾਣਾ, ਤੇ ਜਦੋਂ ਮੋਬਾਈਲ ਨਹੀਂ ਲੈ ਕੇ ਗਏ ਗਏ, ਸ਼ਾਤਰ ਸੀ ਜਾਂ ਇਹ ਸਮਝਦੇ ਸੀ ਵੀ ਜਾਇਦ ਮੋਬਾਈਲ ਨਹੀਂ ਲੈ ਕੇ ਜਾਂਦੇ, ਪੁਲਿਸ ਮੋਬਾਈਲਾਂ ਤੋਂ ਟਰੇਸ ਕਰ ਲੈਂਦੀ ਹੈ। ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ, ਹਿਊਮਨ ਇੰਟੈਲੀਜੈਂਸ ਹੈ ਉਹ ਬੜਾ ਵੱਡਾ ਰੋਲ ਅਦਾ ਕਰਦੇ ਆ। ਸਾਡੀਆਂ ਬਹੁਤ ਸਾਰੇ ਵਿੰਗਸ ਹੈ, ਬੜੇ ਸਪੈਸ਼ਲਾਈਜ਼ਡ, ਬੜੇ ਮਾਹਰ ਵਿੰਗ ਹੈ, ਸਾਡੀ ਟੀਮ ਬੜੀ ਕਮਿਟਡ ਹੈ, ਮੋਟੀਵੇਟਡ ਹੈ, ਇਸ ਕਰਕੇ ਅਸੀਂ। ਸਰ, ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਕਿ ਮਨਜਿੰਦਰ ਹੈ ਜਾਂ ਮਨਦੀਪ ਹੈ, ਹੋਰ ਜਿਹੜੇ ਸਾਥੀ ਹੈ, ਕਿੰਨੇ ਦਿਨਾਂ ਤੋਂ ਰੈਕੀ ਕਰ ਰਹੇ ਸੀ, ਪਲੈਨਿੰਗ ਕਿਸ ਤਰ੍ਹਾਂ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਇਹ ਲਗਭਗ ਜਨਵਰੀ ਤੋਂ ਮਿਲੇ, ਇਹਨਾਂ ਨੇ ਮੁੱਢਲੇ ਤੌਰ 'ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ। ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ, ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ, 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਣੇ ਮੇਨ ਸ਼ਾਮਿਲ ਹੋਏ ਸੀ, ਜਿਹੜਾ ਮਣੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ, ਅਤੇ ਮਨਦੀਪ, ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ। ਫਿਰ ਇੱਕ ਹੋਰ ਗੱਲ ਵੀ, ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਕਿਉਂਕਿ ਸਨਿਚਰਵਾਰ ਨੂੰ, ਐਤਵਾਰ ਜਿਹੜਾ ਸੈਕਿੰਡ ਸੈਟਰਡੇ ਅਤੇ 4th Saturday ਬੈਂਕ ਬੰਦ ਹੁੰਦੇ ਆ, ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ, ਜਿਹੜਾ ਜਮ੍ਹਾਂ ਕਰਾਉਣਾ ਹੁੰਦਾ। ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ, ਫਰਾਈਡੇ ਰਾਤ ਨੂੰ, ਅਤੇ ਇਹ ਕੰਪਨੀ ਕੋਲ ਜਿਹੜਾ ਕੈਸ਼ ਵੱਡੀ ਮਾਤਰਾ ਦੇ, ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀ, ਕਿਉਂਕਿ ਘਰ ਦਾ ਭੇਤੀ ਸੀ ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਅਦਾ। ਸਰ, ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ? ਨਹੀਂ, ਕੁਛ ਨੌਜਵਾਨ ਹੁੰਦੇ ਆ ਮਿਹਨਤ ਕਰਕੇ, ਤਰੱਕੀ ਕਰਕੇ ਅਮੀਰ ਹੁੰਦੇ ਆ, ਅਤੇ ਕੁਛ ਨੌਜਵਾਨ ਹੈ ਜਿਹੜੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ, ਇਹਨਾਂ ਦੀ ਮੋਟਿਵ ਆਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ, ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਅਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ।
ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਅਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ। ਪਰ ਹਾਂ, ਜਿਵੇਂ ਤੁਸੀਂ ਦੱਸਿਆ, ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ। ਉਹ ਕੁਐਸਚਨ ਅਰਾਈਜ਼ ਹੋਣ ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ ਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ ਕਰ ਦਾਂਗੇ। ਉਹ ਉਹਨਾਂ ਦੇ ਦੋ ਜਿਹੜੇ ਭੱਜੇ ਆ, ਮਨਜਿੰਦਰ ਜਿਹੜੀ, ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਹ ਤੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਸਰ, ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ। ਨਾਲ ਸੀ ਤੇ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ ਜਿਹੜੀ, ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਸੁੰਦਰੀ, ਹਾਂ ਜਿਹੜੀ ਜਿਹੜੀ ਉਹਨੂੰ ਉਹਦੇ ਵਿੱਚ ਹੈ ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ, ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ, ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ, ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ, ਕਾਰ ਦੇ ਬੋਨਟ ਦੇ ਉੱਤੇ ਇੱਕ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ, ਰੀਲ ਜਿਹੜੀ ਬਣਾਈ, ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ, ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ, ਉਹ ਪੈਸਿਆਂ ਦੀ ਹੁਣ ਸਟੋਰੀ। ਠੀਕ ਹੈ, ਤੇ ਬਿਲਕੁਲ ਮਨਦੀਪ ਸਿੱਧੂ ਨੇ, ਕਮਿਸ਼ਨਰ ਨੇ, ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ, ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ, ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ ਇਹਦੇ ਵਿੱਚ ਮਾਸਟਰ ਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ, ਪੂਰੀ ਪਲੈਨਿੰਗ ਕੀਤੀ, ਔਰ ਜਨਵਰੀ ਤੋਂ ਹੀ, ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ, ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ। ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ, ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ, ਲੂਪ ਪੋਲਸ ਕੀ ਨੇ, ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ, ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ, ਤੇ ਇਸੇ ਦਾ ਫਾਇਦਾ ਚੁੱਕਿਆ ਗਿਆ, ਇਸੇ ਦਾ ਫਾਇਦਾ ਚੁੱਕਿਆ ਗਿਆ, ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜ਼ਿਸ਼ ਹੈ ਉਹ ਗੜੀ ਗਈ, ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ ਲਾਸਟ ਸੈਚਰਡੇ ਸੰਡੇ ਹੁੰਦਾ ਹੈ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਹ ਵਰ ਜਾਂਦਾ, ਕਿਉਂਕਿ ਸੈਚਰਡੇ ਸੰਡੇ ਜਿਹੜਾ ਆਫ ਹੁੰਦਾ, ਇਸ ਕਰਕੇ ATM ਜਾਂ ਬੈਂਕ 'ਚ ਪੈਸਾ ਨਹੀਂ ਪਹੁੰਚਦਾ, ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ ਹੈ, ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ ਹੈ, ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਸੀ, ਔਰ ਲਗਾਤਾਰ ਇੱਕ 20-25 ਦਿਨ ਪਹਿਲਾਂ ਮਿਲੇ ਸੀਗੇ, ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ। ਇੱਕ ਗੱਡੀ, ਕਰੂਜ਼ ਗੱਡੀ ਦੱਸੀ ਜਾ ਰਹੀ ਹੈ, ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ, ਤੇ 2 ਬਾਈਕਾਂ ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ, ਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ? ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ। ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ, ਇਹ ਦੋਵਾਂ ਦੀ ਸਟੋਰੀ, ਇਹ ਡਾਕੂ ਹਸੀਨਾ ਮਨਦੀਪ ਕੌਰ ਤੇ ਇਹਦਾ ਜਿਹੜਾ ਹਸਬੰਡ ਹੈ, ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੰਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ। ਪਹਿਲਾਂ ਰੈਕੀ ਹੋਈ, ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ, ਔਰ 10 ਲੋਕਾਂ ਦੀ ਟੀਮ, ਯਾਨੀ ਕਿ ਇਹ ਜਿਹੜੇ ਡਾਕੂ ਸੀਗੇ, 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ, ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਪੁਲਿਸ ਦੇ 6ਵੇਂ ਜਿਹੜਾ ਐਕਿਊਜ਼ ਜਿਹੜਾ ਦੱਸਿਆ ਜਾ ਰਿਹਾ ਨਰਿੰਦਰ ਸਿੰਘ, ਇਹਦੇ ਵਿੱਚ ਕਾਬੂ ਕੀਤਾ ਗਿਆ, ਜਿਹੜਾ 6ਵਾਂ ਐਕਿਊਜ਼ ਹੈ ਹੁਣੇ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ। ਲੇਕਿਨ ਇੱਕ ਵੱਡੀ ਲੁੱਟ ਜਿਹੜੀ ਹੈਗੀ ਹੈ, ਬਹੁਤ ਇੱਕ ਫਿਲਮੀ ਸਟਾਈਲ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿੱਦਾਂ ਸਰ ਨੇ ਵੀ ਦੱਸਿਆ ਕਿ ਇਹ ਪੂਰਾ ਜਿਹੜਾ ਹੈਗਾ ਕਮ ਟਾਈਮ 'ਚ ਕਿੰਨਾ ਜਿਹੜਾ ਕਰੋੜਪਤੀ ਬਣਨ ਦੀ ਜਿਹੜੀ ਖੁਆਈ ਸੀਗੀ ਜਾਂ ਫਿਰ ਸਪਨਾ ਸੀਗਾ ਉਹਨਾਂ ਦਾ, ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 5 ਕਰੋੜ ਦੀ ਇਹਦੇ ਵਿੱਚ ਰਿਕਵਰੀ ਗਗਨ ਹੋ ਚੁੱਕੀ ਹੈ, 5 ਕਰੋੜ ਦੀ। ਲੇਕਿਨ ਦੂਜਾ ਸਵਾਲ ਇੱਕ ਹੋਰ ਖੜਾ ਹੁੰਦਾ, ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ, ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ, ਜਿਹੜੀ CMS ਹੈ, ਹਾਲਾਂਕਿ ਲੂਪ ਪੋਲਸ ਕਈ ਨੇ ਉਹਦੇ, ਚਾਹੇ CCTV ਦੀ ਗੱਲ ਹੋਵੇ, ਚਾਹੇ ਅੰਦਰ ਦੇ ਚੈਸ ਸਿਸਟਮ ਦੀ ਗੱਲ ਹੋਵੇ, ਚਾਹੇ ਉਹਨਾਂ ਦੇ ਐਮਰਜੈਂਸੀ ਗੇਟ ਦੀ ਗੱਲ ਹੋਵੇ, ਕਈ ਲੂਪ ਪੋਲਸ ਉੱਥੇ ਮਿਲੇ ਹੈ। ਲੇਕਿਨ ਦੂਜੇ ਪਾਸੇ ਜਿਹੜੀ ਫਿਗਰ ਦਿੱਤੀ ਗਈ ਹੈ ਕੰਪਨੀ ਦੇ ਜਿਹੜੇ ਮੈਨੇਜਮੈਂਟ ਵੱਲੋਂ, ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੱਕ ਜ਼ਰੂਰ ਲੱਗ ਰਿਹਾ ਹੈ, ਜਿਹਦੇ ਕਰਕੇ ਇੱਕ SIT ਜਿਹੜੀ ਹੈਗੀ, 5 ਮੈਂਬਰੀ SIT ਜਿਹੜੀ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਦੇ ਵਿੱਚ ਬਣਾਈ ਗਈ ਹੈ, ਜੋ ਕਿ ਹੁਣ ਪੂਰੇ ਜਿਹੜੇ ਕੰਪਨੀ ਦੇ ਮੈਨੇਜਮੈਂਟਸ ਹੈ, ਜਿਹੜੇ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰੂਗੀ ਕਿ ਆਖਰੀ ਫਿਗਰ ਕਿੰਨੀ ਸੀਗੀ, ਕਿਉਂਕਿ 3 ਬੈਗ ਸੀਗੇ।
तीन बैग एक बैग च 3 करोड़, दूजे बैग च 3 करोड़, तीजे बैग च DVR भी सी। इन्हों का जो समान लैके आए थे, जिहड़ा भी इन्हों का समान सीगा बाकी पैसा, यानी कि 3 बैग लैके गए हैं, तो फिर 8 करोड़ जो 8.5 करोड़ करीब जो है उन्होंने जी कर रहे हैं, आखिर किन्ने पैसे सीगे? ये बहुत बड़ा सवाल ये है, इस करके पुलिस हुण लगातार ये इन्वेस्टिगेशन कर रही है। बहुत बड़ी गल है कि हालांकि कोई क्रिमिनल बैकग्राउंड नहीं है, लेकिन ये डाकू हसीना जिहड़ी जिक्र हो रहा है, जिहड़ा फरार चल रही है। साडे नाल जिहड़े लुधियाना दे कमिश्नर ने वो मनदीप सिद्धू वो भी जुड़नगे। मनदीप सर, इहदे विच एक सवाल जिहड़ा हैगा बार बार हो रहा है कि जिहड़ी डाकू हसीना है वो इहदे विच मास्टर माइंड है, मनजिंदर है, क्रिमिनल बैकग्राउंड इन्हां दा कोई नहीं है। लगातार पुलिस ट्रेस कर रही थी, लगातार टेक्निकल पॉइंट ते गल्लां हो रही थी, लेकिन एक फिल्मी स्टाइल च पूरी वारदात नूं अंजाम दित्ता ते इत्थों फरार हो गया ना। इहदे विच बिल्कुल एह गल कहांगे, एक जिहड़ी जिहनूं मनदीप उर्फ मोना जिहड़ी उह लड़की सी, उह ते उहदे नाल जिहड़ा कंपनी दे विच इंप्लॉय सी पिछले 4 साल तों मनजिंदर, इन्हां ने आपस दे विच प्लान करके इहनूं एग्जीक्यूट कीता। पर क्यों प्लान कीता, इत्थे सवाल यह पैदा हुंदा, इह इस लई प्लान कीता, इन्हां ने कहा भी बहुत ही लूज सुरक्षा इंतजाम है, कैश नूं इन्हां ने इस ढंग नाल डील करदे आ जिवें बच्चे डील करदे आ, ते इन्हां ने इहनूं कहा सौखे ढंग दे नाल लुट्टिया जा सकदा। इन्हां ने पूरी तैयारी करके आपदे वल्लों पूरे एहतियात वरते, पर इहदे विच क्रिमिनल बाकियां लई भी लैसन है। इन्हां ने कहा दसां ने प्लान कीता भी कोई भी मोबाइल उत्थे लैके नहीं जाना, ते जदों मोबाइल नहीं लैके गए गए, शातर सी जां इह समझदे सी भी जैद मोबाइल नहीं लैके जांदे, पुलिस मोबाइलां तों ट्रेस कर लैंदी है। पर इन्हां नूं इह समझना चाहीदा ह्यूमन इंटैलीजेंस है वह बड़ा वड्डा रोल अदा करदे आ। साडियां बहुत सारे विंग्स है, बड़े स्पैशलाइज्ड बड़े माहर विंग है, साडी टीम बड़ी कमिटेड है, मोटिवेटेड है। इस करके सर प्राइमरी इन्वेस्टिगेशन च की सामने आया कि मनजिंदर है या मनदीप है, होर जिहड़े साथी है, किन्ने दिनां तों रैकी कर रहे सी, प्लानिंग किस तरह हुई और उस तों बाद इन्हां ने की कीता? ਇਹ ਲਗਭਗ ਜਨਵਰੀ ਤੋਂ ਮਿਲੇ, ਇਹਨਾਂ ਨੇ ਮੁੱਢਲੇ ਤੌਰ ਤੇ ਤਿਆਰੀ ਕਰ ਲਈ ਜਿਹੜੀ ਵੀ ਐਵੇਂ ਕੀਤਾ ਜਾ ਸਕਦਾ। ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ, ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ, ਜਿਹਦੇ 'ਚ 5 ਜਣੇ ਮੇਨ ਸ਼ਾਮਲ ਹੋਏ ਸੀ, ਜਿਹੜਾ ਮਨੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ ਅਤੇ ਮਨਦੀਪ, ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ। ਫਿਰ ਇੱਕ ਹੋਰ ਗੱਲ ਵੀ, ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਕਿਉਂਕਿ ਸਨਿਚਰਵਾਰ ਨੂੰ ਐਤਵਾਰ ਜਿਹੜਾ ਸੈਕਿੰਡ ਸੈਟਰਡੇ ਅਤੇ 4th Saturday ਬੈਂਕ ਬੰਦ ਹੁੰਦੇ ਹੈ, ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ, ਜਿਹੜਾ ਜਮ੍ਹਾਂ ਕਰਾਉਣਾ ਹੁੰਦਾ। ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ ਫਰਾਈਡੇ ਰਾਤ ਨੂੰ, ਅਤੇ ਇਹ ਕੰਪਨੀ ਕੋਲ ਜਿਹੜਾ ਕੈਸ਼ ਵੱਡੀ ਮਾਤਰਾ ਦੇ, ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀਗਾ, ਕਿਉਂਕਿ ਘਰ ਦਾ ਭੇਤੀ ਸੀ ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਹੈ। ਸਰ ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ ਸੀ? ਨਹੀਂ, ਕੁਛ ਨੌਜਵਾਨ ਹੁੰਦੇ ਆ ਮਿਹਨਤ ਕਰਕੇ ਤਰੱਕੀ ਕਰਕੇ ਅਮੀਰ ਹੁੰਦੇ ਆ, ਤੇ ਕੁਛ ਨੌਜਵਾਨ ਆ ਜਿਹੜੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ ਇਹਨਾਂ ਦੀ ਮੋਟਰ ਸੋਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ, ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਅਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਅਤੇ ਹੁਣ ਕਿਉਂਕਿ ਥੋੜ੍ਹਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਅਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿੰਦਾ। ਪਰ ਹਾਂ, ਜਿਵੇਂ ਤੁਸੀਂ ਦੱਸਿਆ, ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ, ਉਹ ਕੁਐਸਚਨ ਅਰਾਈਜ਼ ਹੋਣ ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ, ਅਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ 2 ਜਿਹੜੇ ਭੱਜੇ ਆ, ਮਨਜਿੰਦਰ ਜਿਹੜੀ ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ, ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਦੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ, ਨਾਲ ਸੀ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ ਜਿਹੜੀ, ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਸੁੰਦਰੀ, ਹਾਂ ਜਿਹੜੀ ਉਹਨੂੰ ਉਹਦੇ
ਦੇ ਵਿੱਚ ਹੈ ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ ਕਾਰ ਦੇ ਬੋਨਟ ਦੇ ਉੱਤੇ ਇੱਕ ਉਹ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ ਰੀਲ ਜਿਹੜੀ ਬਣਾਈ ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ ਉਹ ਪੈਸਿਆਂ ਦੀ ਹੁਣ ਸਟੋਰੀ ਠੀਕ ਹੈ ਤੇ ਬਿਲਕੁਲ ਮਨਦੀਪ ਸਿੱਧੂ ਨੇ ਕਮਿਸ਼ਨਰ ਨੇ ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ ਇਹਦੇ ਵਿੱਚ ਮਾਸਟਰਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ ਪੂਰੀ ਪਲੈਨਿੰਗ ਕੀਤੀ ਔਰ ਜਨਵਰੀ ਤੋਂ ਹੀ ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ ਲੂਪ ਪੋਲਸ ਕੀ ਨੇ ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ ਤੇ ਇਸੇ ਦਾ ਫਾਇਦਾ ਚੁੱਕਿਆ ਗਿਆ ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜਿਸ਼ ਹੈ ਉਹ ਗੜੀ ਗਈ ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ ਲਾਸਟ ਸੈਚਰਡੇ ਸੰਡੇ ਹੁੰਦਾ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਹ ਵਰ ਜਾਂਦਾ ਕਿਉਂਕਿ ਸੈਚਰਡੇ ਸੰਡੇ ਜਿਹੜਾ ਆਫ ਹੁੰਦਾ ਇਸ ਕਰਕੇ ਏਟੀਐਮ ਜਾਂ ਬੈਂਕ 'ਚ ਪੈਸਾ ਨਹੀਂ ਪਹੁੰਚਦਾ ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਸੀ ਔਰ ਲਗਾਤਾਰ 20-25 ਦਿਨ ਪਹਿਲਾਂ ਮਿਲੇ ਸੀਗੇ ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ ਇੱਕ ਗੱਡੀ ਕਰੂਜ਼ ਗੱਡੀ ਦੱਸੀ ਜਾ ਰਹੀ ਹੈ ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ ਤੇ ਦੋ ਬਾਈਕਾਂ ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ ਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ ਇਹ ਦੋਵਾਂ ਦੀ ਸਟੋਰੀ ਇਹ ਡਾਕੂ ਹਸੀਨਾ ਮਨਦੀਪ ਕੌਰ ਤੇ ਇਹਦਾ ਜਿਹੜਾ ਹਸਬੰਡ ਹੈ ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੰਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ ਪਹਿਲਾਂ ਰੈਕੀ ਹੋਈ ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ ਔਰ 10 ਲੋਕਾਂ ਦੀ ਟੀਮ ਯਾਨੀ ਕਿ ਇਹ ਜਿਹੜੇ ਡਾਕੂ ਸੀਗੇ 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹਾਲਾਂਕਿ ਪੁਲਿਸ ਦੇ 6ਵੇਂ ਜਿਹੜਾ ਐਕਿਊਜ਼ ਜਿਹੜਾ ਦੱਸਿਆ ਜਾ ਰਿਹਾ ਨਰਿੰਦਰ ਸਿੰਘ ਇਹਦੇ ਵਿੱਚ ਕਾਬੂ ਕੀਤਾ ਗਿਆ ਜਿਹੜਾ 6ਵਾਂ ਐਕਿਊਜ਼ ਹੈ ਹੁਣੇ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ ਲੇਕਿਨ ਇੱਕ ਵੱਡੀ ਲੁੱਟ ਜਿਹੜੀ ਹੈਗੀ ਹੈ ਬਹੁਤ ਇੱਕ ਫਿਲਮੀ ਸਟਾਈਲ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਿੱਦਾਂ ਸਰ ਨੇ ਵੀ ਦੱਸਿਆ ਕਿ ਇਹ ਪੂਰਾ ਜਿਹੜਾ ਹੈਗਾ ਕਮ ਟਾਈਮ 'ਚ ਕਿੰਨਾ ਜਿਹੜਾ ਕਰੋੜਪਤੀ ਬਣਨ ਦੀ ਜਿਹੜੀ ਖੁਆਈ ਸੀਗੀ ਜਾਂ ਫਿਰ ਸਪਨਾ ਸੀਗਾ ਉਹਨਾਂ ਦਾ ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ 5 ਕਰੋੜ ਦੀ ਇਹਦੇ ਵਿੱਚ ਰਿਕਵਰੀ ਗਗਨ ਹੋ ਚੁੱਕੀ ਹੈ 5 ਕਰੋੜ ਦੀ ਲੇਕਿਨ ਦੂਜਾ ਸਵਾਲ ਇੱਕ ਹੋਰ ਖੜਾ ਹੁੰਦਾ ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ ਜਿਹੜੀ CMS ਹੈ ਹਾਲਾਂਕਿ ਲੂਪ ਪੋਲਸ ਕਈ ਨੇ ਉਹਦੇ ਚਾਹੇ CCTV ਦੀ ਗੱਲ ਹੋਵੇ ਚਾਹੇ ਅੰਦਰ ਦੇ ਚੈਸ ਸਿਸਟਮ ਦੀ ਗੱਲ ਹੋਵੇ ਚਾਹੇ ਉਹਨਾਂ ਦੇ ਐਮਰਜੈਂਸੀ ਗੇਟ ਦੀ ਗੱਲ ਹੋਵੇ ਕਈ ਲੂਪ ਪੋਲਸ ਉੱਥੇ ਮਿਲੇ ਹੈ ਲੇਕਿਨ ਦੂਜੇ ਪਾਸੇ ਜਿਹੜੀ ਫਿਗਰ ਦਿੱਤੀ ਗਈ ਹੈ ਕੰਪਨੀ ਦੇ ਜਿਹੜੇ ਮੈਨੇਜਮੈਂਟ ਵੱਲੋਂ ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੱਕ ਜ਼ਰੂਰ ਲੱਗ ਰਿਹਾ ਹੈ ਜਿਹਦੇ ਕਰਕੇ SIT ਜਿਹੜੀ ਹੈਗੀ 5 ਮੈਂਬਰੀ SIT ਜਿਹੜੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹਦੇ ਵਿੱਚ ਬਣਾਈ ਗਈ ਹੈ ਜੋ ਕਿ ਹੁਣ ਪੂਰੇ ਜਿਹੜੇ ਕੰਪਨੀ ਦੇ ਮੈਨੇਜਮੈਂਟਸ ਹੈ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰੂਗੀ ਕਿ ਆਖਿਰ ਫਿਗਰ ਕਿੰਨੀ ਸੀਗੀ ਕਿਉਂਕਿ ਤਿੰਨ ਬੈਗ ਸੀਗੇ ਇੱਕ ਬੈਗ 'ਚ 3 ਕਰੋੜ ਦੂਜੇ ਬੈਗ 'ਚ 3 ਕਰੋੜ ਅਤੇ ਤੀਜੇ ਬੈਗ 'ਚ DVR ਵੀ ਸੀਗੀ ਇਹਨਾਂ ਦਾ ਜਿਹੜਾ ਸਮਾਨ ਲੈ ਕੇ ਆਏ ਸੀਗੇ ਜਿਹੜਾ ਵੀ ਇਹਨਾਂ ਦਾ ਸਮਾਨ ਸੀਗਾ ਉਹਦੇ ਵਿੱਚ ਉਹ ਅਤੇ ਬਾਕੀ ਪੈਸਾ ਯਾਨੀ ਕਿ 3 ਬੈਗ ਲੈ ਕੇ ਗਏ ਨੇ ਤਾਂ ਫਿਰ 8 ਕਰੋੜ 19 ਜਿਹੜਾ 8.5 ਕਰੋੜ ਕਰੀਬ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈ ਆਖਿਰ ਕਿੰਨੇ ਪੈਸੇ ਸੀਗੇ ਇਹ ਬਹੁਤ ਵੱਡਾ ਸਵਾਲ ਇਹਦੇ ਵਿੱਚ ਹੈਗਾ ਇਸ ਕਰਕੇ ਪੁਲਿਸ ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਬਹੁਤ ਵੱਡੀ ਗੱਲ ਹੈ ਕਿ ਹਾਲਾਂਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਲੇਕਿਨ ਇਹ ਡਾਕੂ ਹਸੀਨਾ ਜਿਹੜੀ ਜ਼ਿਕਰ ਹੋ ਰਿਹਾ ਜਿਹੜਾ ਫਰਾਰ ਚੱਲ ਰਹੀ ਹੈ ਸਾਡੇ ਨਾਲ ਜਿਹੜੇ ਲੁਧਿਆਣਾ ਦੇ ਕਮਿਸ਼ਨਰ ਨੇ ਉਹ ਮਨਦੀਪ ਸਿੱਧੂ ਉਹ ਵੀ ਜੁੜਨਗੇ ਮਨਦੀਪ ਸਰ ਇਹਦੇ ਵਿੱਚ ਇੱਕ ਸਵਾਲ ਜਿਹੜਾ ਹੈਗਾ ਬਾਰ ਬਾਰ ਹੋ ਰਿਹਾ ਕਿ ਜਿਹੜੀ ਡਾਕੂ ਹਸੀਨਾ ਉਹ ਇਹਦੇ ਵਿੱਚ ਮਾਸਟਰ ਮਾਈਂਡ ਹੈ ਤੇ ਮਨਜਿੰਦਰ ਹੈਗਾ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਕੋਈ ਨਹੀਂ ਹੈ ਲਗਾਤਾਰ ਪੁਲਿਸ ਟ੍ਰੇਸ ਕਰ ਰਹੀ ਸੀ ਲਗਾਤਾਰ ਟੈਕਨੀਕਲ ਪੁਆਇੰਟ ਤੇ ਗੱਲਾਂ ਹੋ ਰਹੀ ਸੀ ਲੇਕਿਨ ਇੱਕ ਫਿਲਮੀ ਸਟਾਈਲ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਥੋਂ ਫਰਾਰ ਹੋ ਗਿਆ ਨਾ ਇਹਦੇ ਵਿੱਚ ਬਿਲਕੁਲ ਇਹ ਗੱਲ ਕਵਾਂਗੇ ਇੱਕ ਜਿਹੜੀ ਜਿਹਨੂੰ ਮਨਦੀਪ ਉਰਫ ਮੋਨਾ ਜਿਹੜੀ ਉਹ ਲੜਕੀ ਸੀ ਉਹ ਤੇ ਉਹਦੇ ਨਾਲ ਜਿਹੜਾ ਕੰਪਨੀ ਦੇ ਵਿੱਚ ਇੰਪਲਾਈ ਸੀ ਪਿਛਲੇ 4 ਸਾਲ ਤੋਂ ਮਨਜਿੰਦਰ ਇਹਨਾਂ ਨੇ ਆਪਸ ਦੇ ਵਿੱਚ ਪਲਾਨ ਕਰਕੇ ਇਹਨੂੰ ਐਗਜ਼ੀਕਿਊਟ ਕੀਤਾ ਪਰ ਕਿਉਂ ਪਲਾਨ ਕੀਤਾ ਇੱਥੇ ਸਵਾਲ ਇਹ ਪੈਦਾ ਹੁੰਦਾ ਇਹ ਇਸ ਲਈ ਪਲਾਨ ਕੀਤਾ ਇਹਨਾਂ ਨੇ ਕਿਹਾ ਵੀ ਬਹੁਤ ਹੀ ਲੂਜ਼ ਸੁਰੱਖਿਆ ਇੰਤਜ਼ਾਮ ਹੈ ਕੈਸ਼ ਨੂੰ ਇਹਨਾਂ ਨੇ ਇਸ ਢੰਗ ਨਾਲ ਡੀਲ ਕਰਦੇ ਆ ਜਿਵੇਂ ਬੱਚੇ ਡੀਲ ਕਰਦੇ ਆ ਤੇ ਇਹਨਾਂ ਨੇ ਇਹਨੂੰ ਕਿਹਾ ਸੌਖੇ ਢੰਗ ਦੇ ਨਾਲ ਲੁੱਟਿਆ ਜਾ ਸਕਦਾ ਇਹਨਾਂ ਨੇ ਪੂਰੀ ਤਿਆਰੀ ਕਰਕੇ ਆਪਦੇ ਵੱਲੋਂ
पर ਇਹਦੇ ਵਿੱਚ ਕ੍ਰਿਮੀਨਲ ਬਾਕੀਆਂ ਵਾਲੇ ਵੀ ਲੈਸਨ ਹੈ। ਇਹਨਾਂ ਨੇ ਕਿਹਾ ਦਸਾਂ ਨੇ ਪਲਾਨ ਕੀਤਾ ਵੀ ਕੋਈ ਵੀ ਮੋਬਾਈਲ ਉੱਥੇ ਲੈ ਕੇ ਨਹੀਂ ਜਾਣਾ, ਤੇ ਜਦੋਂ ਮੋਬਾਈਲ ਨਹੀਂ ਲੈ ਕੇ ਗਏ ਸ਼ਾਤਰ ਸੀ ਜਾਂ ਇਹ ਸਮਝਦੇ ਸੀ ਵੀ ਜਾਇਦ ਮੋਬਾਈਲ ਨਹੀਂ ਲੈ ਕੇ ਜਾਂਦੇ, ਪੁਲਿਸ ਮੋਬਾਈਲਾਂ ਤੋਂ ਟਰੇਸ ਕਰ ਲੈਂਦੀ ਹੈ। ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹਿਊਮਨ ਇੰਟੈਲੀਜੈਂਸ ਹੈ, ਉਹ ਬੜਾ ਵੱਡਾ ਰੋਲ ਅਦਾ ਕਰਦੇ ਆ। ਸਾਡੀਆਂ ਬਹੁਤ ਸਾਰੇ ਵਿੰਗਸ ਹੈ, ਬੜੇ ਸਪੈਸ਼ਲਾਈਜ਼ਡ ਬੜੇ ਮਾਹਰ ਵਿੰਗ ਹੈ, ਸਾਡੀ ਟੀਮ ਬੜੀ ਕਮਿਟਡ ਹੈ, ਮੋਟੀਵੇਟਡ ਹੈ। ਇਸ ਕਰਕੇ ਅਸੀਂ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਕਿ ਮਨਜਿੰਦਰ ਹੈ ਜਾਂ ਮਨਦੀਪ ਹੈ, ਹੋਰ ਜਿਹੜੇ ਸਾਥੀ ਹੈ, ਕਿੰਨੇ ਦਿਨਾਂ ਤੋਂ ਰੈਕੀ ਕਰ ਰਹੇ ਸੀ, ਪਲੈਨਿੰਗ ਕਿਸ ਤਰ੍ਹਾਂ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਇਹ ਲਗਭਗ ਜਨਵਰੀ ਤੋਂ ਮਿਲੇ, ਇਹਨਾਂ ਨੇ ਮੁੱਢਲੇ ਤੌਰ 'ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ। ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ, ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਾਣੇ ਮੇਨ ਸ਼ਾਮਲ ਹੋਏ ਸੀ, ਜਿਹੜਾ ਮਣੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ ਅਤੇ ਮਨਦੀਪ। ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ। ਫਿਰ ਇੱਕ ਹੋਰ ਗੱਲ ਵੀ, ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਕਿਉਂਕਿ ਸਨਿਚਰਵਾਰ ਨੂੰ ਐਤਵਾਰ ਜਿਹੜਾ ਸੈਕਿੰਡ ਸੈਟਰਡੇ ਅਤੇ 4th ਸੈਟਰਡੇ ਬੈਂਕ ਬੰਦ ਹੁੰਦੇ ਆ, ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ, ਜਿਹੜਾ ਜਮ੍ਹਾਂ ਕਰਾਉਣਾ ਹੁੰਦਾ। ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ ਫਰਾਈਡੇ ਰਾਤ ਨੂੰ, ਅਤੇ ਇਹ ਕੰਪਨੀ ਕੋਲ ਜਿਹੜਾ ਕੈਸ਼ ਵੱਡੀ ਮਾਤਰਾ ਦੇ, ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀਗਾ, ਕਿਉਂਕਿ ਘਰ ਦਾ ਭੇਤੀ ਸੀ ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਅਦਾ। ਸਰ ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ ਸੀ? ਨਹੀਂ, ਕੁਝ ਨੌਜਵਾਨ ਹੁੰਦੇ ਆ ਮਿਹਨਤ ਕਰਕੇ ਤਰੱਕੀ ਕਰਕੇ ਅਮੀਰ ਹੁੰਦੇ ਆ, ਅਤੇ ਕੁਝ ਨੌਜਵਾਨ ਆ ਜਿਹੜੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ ਇਹਨਾਂ ਦੀ ਮੋਟੋਸ ਓਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇਖੀ, ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ। ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਅਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਅਤੇ ਹੁਣ ਕਿਉਂਕਿ ਥੋੜ੍ਹਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਅਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ, 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ 'ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿੰਦਾ। ਪਰ ਹਾਂ, ਜਿਵੇਂ ਤੁਸੀਂ ਦੱਸਿਆ, ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ। ਉਹ ਕੁਐਸਚਨ ਅਰਾਈਜ਼ ਹੋਣ 'ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ, ਅਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ 2 ਜਿਹੜੇ ਭੱਜੇ ਆ, ਮਨਜਿੰਦਰ ਜਿਹੜੀ ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ, ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਦੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ, ਨਾਲ ਸੀ ਤੇ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ, ਜਿਹੜੀ ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਜਿਹੜੀ ਉਹਨੂੰ ਉਹਦੇ ਵਿੱਚ ਹੈ, ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ, ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ, ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ, ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ, ਕਾਰ ਦੇ ਬੋਨਟ ਦੇ ਉੱਤੇ ਇੱਕ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ, ਰੀਲ ਜਿਹੜੀ ਬਣਾਈ, ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ, ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ, ਉਹ ਪੈਸਿਆਂ ਦੀ ਹੁਣੇ ਸਟੋਰੀ। ਠੀਕ ਹੈ, ਤਾਂ ਬਿਲਕੁਲ ਮਨਦੀਪ ਸਿੱਧੂ ਨੇ, ਕਮਿਸ਼ਨਰ ਨੇ, ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ, ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ, ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ, ਇਹਦੇ ਵਿੱਚ ਮਾਸਟਰ ਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ, ਪੂਰੀ ਪਲੈਨਿੰਗ ਕੀਤੀ, ਔਰ ਜਨਵਰੀ ਤੋਂ ਹੀ, ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ, ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ। ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ, ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ, ਲੂਪ ਪੋਲਸ ਕੀ ਨੇ, ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ, ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ, ਤੇ ਇਸੇ ਦਾ ਫਾਇਦਾ ਚੁੱਕਿਆ ਗਿਆ, ਇਸੇ ਦਾ ਫਾਇਦਾ ਚੁੱਕਿਆ ਗਿਆ, ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜਿਸ਼ ਹੈ ਉਹ ਗੜੀ ਗਈ, ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ, ਜਿਹੜੀ ਇੱਕ ਅਹਿਮ ਗੱਲ ਜਿਹੜੀ ਦੱਸੀ ਹੈ ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ
लास्ट सैटरडे संडे होंगे उद्दे कैश जो है वर जाता है क्योंकि सैटरडे संडे जो ऑफ होंगे इस करके एटीएम या बैंक च पैसा नहीं पहुंचता कैश वैना च ही पैसा होंगे जिड़े भी ऑफिस है उत्थे ही पैसा होंगे और यह बड़ी इन्हों की जी है प्लैनिंग सी और लगातार एक 20-25 दिन पहला मिले सके और मिलन तो बाद डेट जी है फाइनल की गई सी कि इस दिन इस पूरी वारदात को अंजाम देता जाएगा। एक गड्डी क्रूज गड्डी दसी जा रही है मनजिंदर की गड्डी दसी जा रही है तो दो बाइकों से सवार होकर सारे उत्थे पहुंचे सी ते कैश वैन कौन लेके गया सीगा कैश वैन लेके गया सीगा मनजिंदर। लेकिन इदे विच बहुत गगन अहम हो जाती है ये स्टोरी ये दोवां दी स्टोरी ये डाकू हसीना मनदीप कौर ते इहदा जिहड़ा हसबेंड है इहदे विच बहुत अहम एक कड़ी हो जाती है कि आखिर ये दोवें हसबेंड वाइफ ने मिलकर मनजिंदर नाल ये पूरी वारदात की प्लैनिंग की पहला रैकी हुई रैकी करन तो बाद पूरी प्लैनिंग चलती रही और 10 लोगों की टीम यानी कि ये जिहड़े डाकू सीगे 10 जिहड़े करोड़पति जिहड़े लुटेरे सीगे उन्होंने किस तरह इस पूरी वारदात को अंजाम देने तो बाद पूरा जिहड़ा हैगा ये पूरी लुट की वारदात को अंजाम दिता। हालांकि पुलिस के 6वें जिहड़ा एक्यूज जिहड़ा दस्या जा रहा नरिंदर सिंह इहदे विच काबू किया गया जिहड़ा 6वां एक्यूज है हुणे जिहड़ी जानकारी पुलिस ने साझा की है। लेकिन एक बड़ी लुट जिहड़ी हैगी है बहुत एक फिल्मी स्टाइल दे नाल इस पूरी वारदात नूं अंजाम दिता जिदा सर ने भी दस्या कि ये पूरा जिहड़ा हैगा कम टाइम च किन्ना जिहड़ा करोड़पति बनन दी जिहड़ी ख्वाहिश सीगी या फिर सपना सीगा उन्हां दा और यही कारण सीगा कि उन्होंने पूरी लुट की वारदात नूं अंजाम दिता। 5 करोड़ की इहदे विच रिकवरी गगन हो चुकी है 5 करोड़ की। लेकिन दूजा सवाल एक होर खड़ा हुंदा है जिहड़ी भी कंपनी ने फिगर दिती है जिहड़ी भी कंपनी ने फिगर दिती जिहड़ी सीएमएस है हालांकि लूपहोल्स कई ने उहदे चाहे सीसीटीवी की गल होवे चाहे अंदर दे चेस सिस्टम की गल होवे चाहे उन्हां दे एमरजेंसी गेट की गल होवे कई लूपहोल्स उत्थे मिले हैं। लेकिन दूजे पासे जिहड़ी फिगर दिती गई है कंपनी दे जिहड़े मैनेजमेंट वल्लों उत्थे भी किते ना किते जिहड़ा हैगा शक जरूर लग रहा है जिहदे करके एक एसआईटी जिहड़ी हैगी 5 मैंबरी एसआईटी जिहड़ी है स्पैशल इन्वेस्टिगेशन टीम उहदे विच बनाई गई है जो कि हुण पूरे जिहड़े कंपनी दे मैनेजमेंट्स है जिहड़े लोग ने उन्हां नाल गलबात करूगी कि आखिर फिगर किन्नी सीगी क्योंकि तीन बैग एक बैग से 3 करोड़ दूजे बैग से 3 करोड़ ते तीजे बैग से डीवीआर भी सी इन्हों का जो समान लैके आए थे जिहड़ा भी इन्हों का समान ते बाकी पैसा यानी कि 3 बैग लैके गए ने तो फिर 8 करोड़ उन्ना जो 8.5 करोड़ करीब जो है उन्होंने जी कर रहे हैं आखिर किन्ने पैसे सीगे ये बहुत बड़ा सवाल इहदे विच हैगा। इस करके पुलिस हुण लगातार इहदे विच इन्वेस्टिगेशन कर रही है बहुत बड़ी गल है कि हालांकि कोई क्रिमिनल बैकग्राउंड नहीं है लेकिन ये डाकू हसीना जिहड़ी जिक्र हो रहा है जिहड़ा फरार चल रही है साडे नाल जिहड़े लुधियाना दे कमिश्नर ने वह मनदीप सिद्धू वह भी जुड़नगे। मनदीप सर इहदे विच एक सवाल जिहड़ा हैगा बार बार हो रहा है कि जिहड़ी डाकू हसीना वह इहदे विच मास्टर माइंड है ते मनजिंदर हैगा क्रिमिनल बैकग्राउंड इन्हां दा कोई नहीं है लगातार पुलिस ट्रेस कर रही थी लगातार टेक्निकल पॉइंट ते गल्लां हो रही थी लेकिन एक फिल्मी स्टाइल च पूरी वारदात नूं अंजाम दित्ता ते इत्थों फरार हो गया ना इहदे विच बिल्कुल ये गल कहांगे एक जिहड़ी जिन्हों मनदीप उर्फ मोना जिहड़ी ओह लड़की सी ओह ते उहदे नाल जिहड़ा कंपनी दे विच एम्प्लॉय सी पिछले 4 साल तो मनजिंदर इन्हां ने आपस दे विच प्लैन करके इहनूं एग्जीक्यूट किया पर क्यों प्लैन किया इत्थे सवाल यह पैदा हुंदा ये इस लई प्लैन किया इन्हां ने कहा भी बहुत ही लूज सुरक्षा इंतजाम है कैश नूं इन्हां ने इस ढंग नाल डील करदे आ जिवें बच्चे डील करदे आ ते इन्हां ने इहनूं कहा सौखे ढंग दे नाल लुट्टिया जा सकदा है इन्हां ने पूरी तैयारी करके आपदे वल्लों पूरे एहतियात वरते पर इहदे विच क्रिमिनल बाकियां लई भी लैसन है इन्हां ने कहा दसां ने प्लैन किया भी कोई भी मोबाइल उत्थे लैके नहीं जाना ते जदों मोबाइल नहीं लैके गए गए शातर सी जां इह समझदे सी भी जैद मोबाइल नहीं लैके जांदे पुलिस मोबाइलां तों ट्रेस कर लैंदी है पर इन्हां नूं इह समझना चाहीदा है ह्यूमन इंटैलीजेंस है वह बड़ा वड्डा रोल अदा करदे आ साडियां बहुत सारे विंग्स है बड़े स्पैशलाइज्ड बड़े माहर विंग है ਸਾਡੀ ਟੀਮ ਬੜੀ ਕਮਿਟਿਡ ਹੈ ਮੋਟੀਵੇਟਿਡ ਹੈ ਇਸ ਕਰਕੇ ਅਸੀਂ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆਇਆ ਕਿ ਮਨਜਿੰਦਰ ਹੈ ਜਾਂ ਮਨਦੀਪ ਹੈ ਹੋਰ ਜਿਹੜੇ ਸਾਥੀ ਹੈ ਕਿੰਨੇ ਦਿਨਾਂ ਤੋਂ ਰੈਕੀ ਕਰ ਰਹੇ ਸੀ ਪਲੈਨਿੰਗ ਕਿਸ ਤਰ੍ਹਾਂ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇਹ ਲਗਭਗ ਜਨਵਰੀ ਤੋਂ ਮਿਲੇ ਇਹਨਾਂ ਨੇ ਮੁੱਢਲੇ ਤੌਰ ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਣੇ ਮੇਨ ਸ਼ਾਮਲ ਹੋਏ ਸੀ ਜਿਹੜਾ ਮਣੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ ਅਤੇ ਮਨਦੀਪ ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ ਫਿਰ ਇੱਕ ਹੋਰ ਗੱਲ ਵੀ ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿਉਂਕਿ ਸਨਿਚਰਵਾਰ ਨੂੰ ਐਤਵਾਰ ਜਿਹੜਾ ਸੈਕਿੰਡ ਸੈਟਰਡੇ ਅਤੇ 4th ਸੈਟਰਡੇ ਬੈਂਕ ਬੰਦ ਹੁੰਦੇ ਆ ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ ਜਿਹੜਾ ਜਮ੍ਹਾਂ ਕਰਾਉਣਾ ਹੁੰਦਾ ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ ਫਰਾਈਡੇ ਰਾਤ ਨੂੰ ਅਤੇ ਇਹ ਕੰਪਨੀ ਕੋਲੇ ਜਿਹੜਾ ਕੈਸ਼ ਵੱਡੀ ਮਾਤਰਾ ਦੇ ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀਗਾ ਕਿਉਂਕਿ ਘਰ ਦਾ ਭੇਤੀ ਸੀ
ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਅਦਾ। ਸਰ ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ ਸੀ? ਨਹੀਂ, ਕੁਛ ਨੌਜਵਾਨ ਹੁੰਦੇ ਆ ਮਿਹਨਤ ਕਰਕੇ ਤਰੱਕੀ ਕਰਕੇ ਅਮੀਰ ਹੁੰਦੇ ਆ, ਤੇ ਕੁਛ ਨੌਜਵਾਨ ਆ ਜਿਹੜੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ ਇਹਨਾਂ ਦੀ ਮੋਟਸ ਆਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ, ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਤੇ ਹੁਣ ਕਿਉਂਕਿ ਥੋੜਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ, ਪਰ ਹਾਂ ਜਿਵੇਂ ਤੁਸੀਂ ਦੱਸਿਆ ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ। ਉਹ ਕੁਐਸਚਨ ਅਰਾਈਜ਼ ਹੋਣ ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ ਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ ਦੋ ਜਿਹੜੇ ਭੱਜੇ ਆ, ਮਨਜਿੰਦਰ ਜਿਹੜੀ, ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਹ ਤੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਸਰ ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ। ਨਾਲ ਸੀ ਤੇ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ ਜਿਹੜੀ, ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਸੁੰਦਰੀ, ਹਾਂ ਜਿਹੜੀ ਜਿਹੜੀ ਉਹਨੂੰ ਉਹਦੇ ਵਿੱਚ ਹੈ, ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ, ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ, ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ, ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ, ਕਾਰ ਦੇ ਬੋਨਟ ਦੇ ਉੱਤੇ ਇੱਕ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ, ਰੀਲ ਜਿਹੜੀ ਬਣਾਈ, ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ, ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ, ਉਹ ਪੈਸਿਆਂ ਦੀ ਹੁਣ ਸਟੋਰੀ। ਠੀਕ ਹੈ, ਤੇ ਬਿਲਕੁਲ ਮਨਦੀਪ ਸਿੱਧੂ ਨੇ, ਕਮਿਸ਼ਨਰ ਨੇ, ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ, ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ, ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ ਇਹਦੇ ਵਿੱਚ ਮਾਸਟਰਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ, ਪੂਰੀ ਪਲੈਨਿੰਗ ਕੀਤੀ, ਔਰ ਜਨਵਰੀ ਤੋਂ ਹੀ, ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ, ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ। ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ, ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ, ਲੂਪ ਪੋਲਸ ਕੀ ਨੇ, ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ, ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ, ਤੇ ਇਸੇ ਦਾ ਫਾਇਦਾ ਚੁੱਕਿਆ ਗਿਆ, ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜਿਸ਼ ਹੈ ਉਹ ਗੜੀ ਗਈ, ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ, ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ ਲਾਸਟ ਸੈਚਰਡੇ ਸੰਡੇ ਹੁੰਦਾ ਹੈ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਹ ਵਰ ਜਾਂਦਾ, ਕਿਉਂਕਿ ਸੈਚਰਡੇ ਸੰਡੇ ਜਿਹੜਾ ਆਫ ਹੁੰਦਾ, ਇਸ ਕਰਕੇ ATM ਜਾਂ ਬੈਂਕ 'ਚ ਪੈਸਾ ਨਹੀਂ ਪਹੁੰਚਦਾ, ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ ਹੈ, ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ ਹੈ, ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਸੀ, ਔਰ ਲਗਾਤਾਰ ਇੱਕ 20-25 ਦਿਨ ਪਹਿਲਾਂ ਮਿਲੇ ਸੀਗੇ, ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ। ਇੱਕ ਗੱਡੀ, ਕਰੂਜ਼ ਗੱਡੀ ਦੱਸੀ ਜਾ ਰਹੀ ਹੈ, ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ, ਤੇ 2 ਬਾਈਕਾਂ ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ, ਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ? ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ। ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ, ਇਹ ਦੋਵਾਂ ਦੀ ਸਟੋਰੀ, ਇਹ ਡਾਕੂ ਹਸੀਨਾ ਮਨਦੀਪ ਕੌਰ ਤੇ ਇਹਦਾ ਜਿਹੜਾ ਹਸਬੰਡ ਹੈ, ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੰਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ। ਪਹਿਲਾਂ ਰੈਕੀ ਹੋਈ, ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ, ਔਰ 10 ਲੋਕਾਂ ਦੀ ਟੀਮ, ਯਾਨੀ ਕਿ ਇਹ ਜਿਹੜੇ ਡਾਕੂ ਸੀਗੇ, 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ, ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਪੁਲਿਸ ਦੇ 6ਵੇਂ ਜਿਹੜਾ ਐਕਿਊਜ਼ ਜਿਹੜਾ ਦੱਸਿਆ ਜਾ ਰਿਹਾ ਨਰਿੰਦਰ ਸਿੰਘ ਇਹਦੇ ਵਿੱਚ ਕਾਬੂ ਕੀਤਾ ਗਿਆ, ਜਿਹੜਾ 6ਵਾਂ ਐਕਿਊਜ਼ ਹੈ ਹੁਣੇ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ। ਲੇਕਿਨ ਇੱਕ ਵੱਡੀ ਲੁੱਟ ਜਿਹੜੀ ਹੈਗੀ ਹੈ, ਬਹੁਤ ਇੱਕ ਫਿਲਮੀ ਸਟਾਈਲ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿੱਦਾਂ ਸਰ ਨੇ ਵੀ ਦੱਸਿਆ ਕਿ
ਇਹ ਪੂਰਾ ਜਿਹੜਾ ਹੈਗਾ ਕੰਮ ਟਾਈਮ 'ਚ ਕਿੰਨਾ ਜਿਹੜਾ ਕਰੋੜਪਤੀ ਬਣਨ ਦੀ ਜਿਹੜੀ ਖੁਆਈ ਸੀਗੀ ਜਾਂ ਫਿਰ ਸਪਨਾ ਸੀਗਾ ਉਹਨਾਂ ਦਾ, ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 5 ਕਰੋੜ ਦੀ ਇਹਦੇ ਵਿੱਚ ਰਿਕਵਰੀ ਗਗਨ ਹੋ ਚੁੱਕੀ ਹੈ 5 ਕਰੋੜ ਦੀ। ਲੇਕਿਨ ਦੂਜਾ ਸਵਾਲ ਇੱਕ ਹੋਰ ਖੜਾ ਹੁੰਦਾ, ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ, ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ, ਜਿਹੜੀ CMS ਹੈ, ਹਾਲਾਂਕਿ ਲੂਪ ਹੋਲਸ ਕਈ ਨੇ ਉਹਦੇ, ਚਾਹੇ CCTV ਦੀ ਗੱਲ ਹੋਵੇ, ਚਾਹੇ ਅੰਦਰ ਦੇ ਚੈਸ ਸਿਸਟਮ ਦੀ ਗੱਲ ਹੋਵੇ, ਚਾਹੇ ਉਹਨਾਂ ਦੇ ਐਮਰਜੈਂਸੀ ਗੇਟ ਦੀ ਗੱਲ ਹੋਵੇ, ਕਈ ਲੂਪ ਹੋਲਸ ਉੱਥੇ ਮਿਲੇ ਹੈ। ਲੇਕਿਨ ਦੂਜੇ ਪਾਸੇ ਜਿਹੜੀ ਫਿਗਰ ਦਿੱਤੀ ਗਈ ਹੈ ਕੰਪਨੀ ਦੇ ਜਿਹੜੇ ਮੈਨੇਜਮੈਂਟ ਵੱਲੋਂ, ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੱਕ ਜ਼ਰੂਰ ਲੱਗ ਰਿਹਾ ਹੈ, ਜਿਹਦੇ ਕਰਕੇ ਇੱਕ SIT ਜਿਹੜੀ ਹੈਗੀ, 5 ਮੈਂਬਰੀ SIT ਜਿਹੜੀ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਦੇ ਵਿੱਚ ਬਣਾਈ ਗਈ ਹੈ, ਜੋ ਕਿ ਹੁਣ ਪੂਰੇ ਜਿਹੜੇ ਕੰਪਨੀ ਦੇ ਮੈਨੇਜਮੈਂਟਸ ਹੈ, ਜਿਹੜੇ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰੂਗੀ ਕਿ ਆਖਿਰ ਫਿਗਰ ਕਿੰਨੀ ਸੀਗੀ, ਕਿਉਂਕਿ ਤਿੰਨ ਬੈਗ ਸੀਗੇ। ਇੱਕ ਬੈਗ 'ਚ 3 ਕਰੋੜ, ਦੂਜੇ ਬੈਗ 'ਚ 3 ਕਰੋੜ, ਅਤੇ ਤੀਜੇ ਬੈਗ 'ਚ DVR ਵੀ ਸੀਗੀ, ਇਹਨਾਂ ਦਾ ਜਿਹੜਾ ਸਮਾਨ ਲੈ ਕੇ ਆਏ ਸੀਗੇ, ਜਿਹੜਾ ਵੀ ਇਹਨਾਂ ਦਾ ਸਮਾਨ ਸੀਗਾ ਉਹਦੇ ਵਿੱਚ ਉਹ, ਅਤੇ ਬਾਕੀ ਪੈਸਾ, ਯਾਨੀ ਕਿ 3 ਬੈਗ ਲੈ ਕੇ ਗਏ ਨੇ। ਤਾਂ ਫਿਰ 8 ਕਰੋੜ ਕਰੀਬ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈ, ਆਖਿਰ ਕਿੰਨੇ ਪੈਸੇ ਸੀਗੇ? ਇਹ ਬਹੁਤ ਵੱਡਾ ਸਵਾਲ ਇਹਦੇ ਵਿੱਚ ਹੈਗਾ, ਇਸ ਕਰਕੇ ਪੁਲਿਸ ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ। ਬਹੁਤ ਵੱਡੀ ਗੱਲ ਹੈ ਕਿ ਹਾਲਾਂਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ, ਲੇਕਿਨ ਇਹ ਡਾਕੂ ਹਸੀਨਾ ਜਿਹੜੀ ਜ਼ਿਕਰ ਹੋ ਰਿਹਾ, ਜਿਹੜਾ ਫਰਾਰ ਚੱਲ ਰਹੀ ਹੈ। ਸਾਡੇ ਨਾਲ ਜਿਹੜੇ ਲੁਧਿਆਣਾ ਦੇ ਕਮਿਸ਼ਨਰ ਨੇ ਉਹ ਮਨਦੀਪ ਸਿੱਧੂ, ਉਹ ਵੀ ਜੁੜਨਗੇ। ਮਨਦੀਪ ਸਰ, ਇਹਦੇ ਵਿੱਚ ਇੱਕ ਸਵਾਲ ਜਿਹੜਾ ਹੈਗਾ ਬਾਰ ਬਾਰ ਹੋ ਰਿਹਾ ਕਿ ਜਿਹੜੀ ਡਾਕੂ ਹਸੀਨਾ ਉਹ ਇਹਦੇ ਵਿੱਚ ਮਾਸਟਰ ਮਾਈਂਡ ਹੈ ਤੇ ਮਨਜਿੰਦਰ ਹੈਗਾ, ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਕੋਈ ਨਹੀਂ ਹੈ। ਲਗਾਤਾਰ ਪੁਲਿਸ ਟ੍ਰੇਸ ਕਰ ਰਹੀ ਸੀ, ਲਗਾਤਾਰ ਟੈਕਨੀਕਲ ਪੁਆਇੰਟ ਤੇ ਗੱਲਾਂ ਹੋ ਰਹੀ ਸੀ, ਲੇਕਿਨ ਇੱਕ ਫਿਲਮੀ ਸਟਾਈਲ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਥੋਂ ਫਰਾਰ ਹੋ ਗਿਆ ਨਾ। ਇਹਦੇ ਵਿੱਚ ਬਿਲਕੁਲ ਇਹ ਗੱਲ ਕਵਾਂਗੇ, ਇੱਕ ਜਿਹੜੀ ਜਿਹਨੂੰ ਮਨਦੀਪ ਉਰਫ ਮੋਨਾ ਜਿਹੜੀ ਉਹ ਲੜਕੀ ਸੀ, ਉਹ ਅਤੇ ਉਹਦੇ ਨਾਲ ਜਿਹੜਾ ਕੰਪਨੀ ਦੇ ਵਿੱਚ ਇੰਪਲਾਈ ਸੀ ਪਿਛਲੇ 4 ਸਾਲ ਤੋਂ ਮਨਜਿੰਦਰ, ਇਹਨਾਂ ਨੇ ਆਪਸ ਦੇ ਵਿੱਚ ਪਲਾਨ ਕਰਕੇ ਇਹਨੂੰ ਐਗਜੀਕਿਊਟ ਕੀਤਾ। ਪਰ ਕਿਉਂ ਪਲਾਨ ਕੀਤਾ, ਇੱਥੇ ਸਵਾਲ ਇਹ ਪੈਦਾ ਹੁੰਦਾ, ਇਹ ਇਸ ਲਈ ਪਲਾਨ ਕੀਤਾ, ਇਹਨਾਂ ਨੇ ਕਿਹਾ ਵੀ ਬਹੁਤ ਹੀ ਲੂਜ਼ ਸੁਰੱਖਿਆ ਇੰਤਜ਼ਾਮ ਹੈ, ਕੈਸ਼ ਨੂੰ ਇਹਨਾਂ ਨੇ ਇਸ ਢੰਗ ਨਾਲ ਡੀਲ ਕਰਦੇ ਆ ਜਿਵੇਂ ਬੱਚੇ ਡੀਲ ਕਰਦੇ ਆ, ਅਤੇ ਇਹਨਾਂ ਨੇ ਇਹਨੂੰ ਕਿਹਾ ਸੌਖੇ ਢੰਗ ਦੇ ਨਾਲ ਲੁੱਟਿਆ ਜਾ ਸਕਦਾ। ਇਹਨਾਂ ਨੇ ਪੂਰੀ ਤਿਆਰੀ ਕਰਕੇ ਆਪਦੇ ਵੱਲੋਂ ਪੂਰੇ ਇਤਿਆਦ ਵਰਤੇ, ਪਰ ਇਹਦੇ ਵਿੱਚ ਕ੍ਰਿਮੀਨਲ ਬਾਕੀਆਂ ਲਈ ਵੀ ਲੈਸਨ ਹੈ। ਇਹਨਾਂ ਨੇ ਕਿਹਾ, ਦਸਾਂ ਨੇ ਪਲਾਨ ਕੀਤਾ ਵੀ ਕੋਈ ਵੀ ਮੋਬਾਈਲ ਉੱਥੇ ਲੈ ਕੇ ਨਹੀਂ ਜਾਣਾ, ਤੇ ਜਦੋਂ ਮੋਬਾਈਲ ਨਹੀਂ ਲੈ ਕੇ ਗਏ ਸ਼ਾਤਰ ਸੀ ਜਾਂ ਇਹ ਸਮਝਦੇ ਸੀ ਵੀ ਜਾਇਦ ਮੋਬਾਈਲ ਨਹੀਂ ਲੈ ਕੇ ਜਾਂਦੇ, ਪੁਲਿਸ ਮੋਬਾਈਲਾਂ ਤੋਂ ਟਰੇਸ ਕਰ ਲੈਂਦੀ ਹੈ। ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ, ਹਿਊਮਨ ਇੰਟੈਲੀਜੈਂਸ ਹੈ ਉਹ ਬੜਾ ਵੱਡਾ ਰੋਲ ਅਦਾ ਕਰਦੇ ਆ। ਸਾਡੀਆਂ ਬਹੁਤ ਸਾਰੇ ਵਿੰਗਸ ਹੈ, ਬੜੇ ਸਪੈਸ਼ਲਾਈਜ਼ਡ, ਬੜੇ ਮਾਹਰ ਵਿੰਗ ਹੈ, ਸਾਡੀ ਟੀਮ ਬੜੀ ਕਮਿਟਡ ਹੈ, ਮੋਟੀਵੇਟਡ ਹੈ, ਇਸ ਕਰਕੇ ਅਸੀਂ। ਸਰ, ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਕਿ ਮਨਜਿੰਦਰ ਹੈ ਜਾਂ ਮਨਦੀਪ ਹੈ, ਹੋਰ ਜਿਹੜੇ ਸਾਥੀ ਹੈ, ਕਿੰਨੇ ਦਿਨਾਂ ਤੋਂ ਰੈਕੀ ਕਰ ਰਹੇ ਸੀ, ਪਲੈਨਿੰਗ ਕਿਸ ਤਰ੍ਹਾਂ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਇਹ ਲਗਭਗ ਜਨਵਰੀ ਤੋਂ ਮਿਲੇ, ਇਹਨਾਂ ਨੇ ਮੁੱਢਲੇ ਤੌਰ 'ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ। ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ, ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ, 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਣੇ ਮੇਨ ਸ਼ਾਮਲ ਹੋਏ ਸੀ, ਜਿਹੜਾ ਮਨੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ, ਅਤੇ ਮਨਦੀਪ, ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ। ਫਿਰ ਇੱਕ ਹੋਰ ਗੱਲ ਵੀ, ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਕਿਉਂਕਿ ਸਨਿਚਰਵਾਰ ਨੂੰ, ਐਤਵਾਰ ਜਿਹੜਾ ਸੈਕਿੰਡ ਸੈਟਰਡੇ ਅਤੇ 4th Saturday ਬੈਂਕ ਬੰਦ ਹੁੰਦੇ ਹੈ, ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ, ਜਿਹੜਾ ਜਮ੍ਹਾਂ ਕਰਾਉਣਾ ਹੁੰਦਾ। ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ ਫਰਾਈਡੇ ਰਾਤ ਨੂੰ, ਅਤੇ ਇਹ ਕੰਪਨੀ ਕੋਲ ਜਿਹੜਾ ਕੈਸ਼ ਵੱਡੀ ਮਾਤਰਾ ਦੇ, ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀ, ਕਿਉਂਕਿ ਘਰ ਦਾ ਭੇਤੀ ਸੀ ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਹੈ। ਸਰ, ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ ਸੀ? ਨਹੀਂ, ਕੁਛ ਨੌਜਵਾਨ ਹੁੰਦੇ ਆ ਮਿਹਨਤ ਕਰਕੇ, ਤਰੱਕੀ ਕਰਕੇ ਅਮੀਰ ਹੁੰਦੇ ਆ, ਅਤੇ ਕੁਛ ਨੌਜਵਾਨ ਆ ਜਿਹੜੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ, ਇਹਨਾਂ ਦੀ ਮੋਟੋਸ ਆਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇਖੀ, ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ, ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਅਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਅਤੇ ਹੁਣ ਕਿਉਂਕਿ ਥੋੜ੍ਹਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਅਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ ਗਏ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ, 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ 'ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿੰਦਾ, ਪਰ ਹਾਂ
ਜਿਵੇਂ ਤੁਸੀਂ ਦੱਸਿਆ ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ, ਉਹ ਕੁਐਸਚਨ ਅਰਾਈਜ਼ ਹੋਣ 'ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ ਅਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ ਦੋ ਜਿਹੜੇ ਭੱਜੇ ਆ, ਮਨਜਿੰਦਰ ਜਿਹੜੀ ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਦੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ, ਨਾਲ ਸੀ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ ਜਿਹੜੀ, ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਜਿਹੜੀ ਉਹਨੂੰ ਉਹਦੇ ਵਿੱਚ ਹੈ, ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ, ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ, ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ, ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ, ਕਾਰ ਦੇ ਬੋਨਟ ਦੇ ਉੱਤੇ ਇੱਕ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ ਰੀਲ ਜਿਹੜੀ ਬਣਾਈ, ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ, ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ, ਉਹ ਪੈਸਿਆਂ ਦੀ ਹੁਣੇ ਸਟੋਰੀ। ਠੀਕ ਹੈ, ਤਾਂ ਬਿਲਕੁਲ ਮਨਦੀਪ ਸਿੱਧੂ ਨੇ, ਕਮਿਸ਼ਨਰ ਨੇ, ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ, ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ, ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ, ਇਹਦੇ ਵਿੱਚ ਮਾਸਟਰ ਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ, ਪੂਰੀ ਪਲੈਨਿੰਗ ਕੀਤੀ, ਔਰ ਜਨਵਰੀ ਤੋਂ ਹੀ, ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ, ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ। ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ, ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ, ਲੂਪ ਪੋਲਸ ਕੀ ਨੇ, ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ, ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ, ਤੇ ਇਸੇ ਦਾ ਫਾਇਦਾ ਚੁੱਕਿਆ ਗਿਆ, ਇਸੇ ਦਾ ਫਾਇਦਾ ਚੁੱਕਿਆ ਗਿਆ, ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜਿਸ਼ ਹੈ ਉਹ ਗੜੀ ਗਈ, ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ, ਜਿਹੜੀ ਇੱਕ ਅਹਿਮ ਗੱਲ ਜਿਹੜੀ ਦੱਸੀ ਹੈ ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ ਲਾਸਟ ਸੈਚਰਡੇ ਸੰਡੇ ਹੁੰਦਾ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਹ ਵਰ ਜਾਂਦਾ, ਕਿਉਂਕਿ ਸੈਚਰਡੇ ਸੰਡੇ ਜਿਹੜਾ ਆਫ ਹੁੰਦਾ, ਇਸ ਕਰਕੇ ATM ਜਾਂ ਬੈਂਕ 'ਚ ਪੈਸਾ ਨਹੀਂ ਪਹੁੰਚਦਾ, ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ, ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ, ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਸੀ, ਔਰ ਲਗਾਤਾਰ ਇੱਕ 20-25 ਦਿਨ ਪਹਿਲਾਂ ਮਿਲੇ ਸੀਗੇ, ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ। ਇੱਕ ਗੱਡੀ ਕਰੂਜ਼ ਗੱਡੀ ਦੱਸੀ ਜਾ ਰਹੀ ਹੈ, ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ, ਤੇ ਦੋ ਬਾਈਕਾਂ ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ, ਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ? ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ। ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ, ਇਹ ਦੋਵਾਂ ਦੀ ਸਟੋਰੀ, ਇਹ ਡਾਕੂ ਹਸੀਨਾ ਮਨਦੀਪ ਕੌਰ ਤੇ ਇਹਦਾ ਜਿਹੜਾ ਹਸਬੰਡ ਹੈ, ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੰਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ, ਪਹਿਲਾਂ ਰੈਕੀ ਹੋਈ, ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ, ਔਰ 10 ਲੋਕਾਂ ਦੀ ਟੀਮ, ਯਾਨੀ ਕਿ ਇਹ ਜਿਹੜੇ ਡਾਕੂ ਸੀਗੇ, 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ, ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਪੁਲਿਸ ਦੇ 6ਵੇਂ ਜਿਹੜਾ ਐਕਿਊਜ਼ ਜਿਹੜਾ ਦੱਸਿਆ ਜਾ ਰਿਹਾ ਨਰਿੰਦਰ ਸਿੰਘ ਇਹਦੇ ਵਿੱਚ ਕਾਬੂ ਕੀਤਾ ਗਿਆ, ਜਿਹੜਾ 6ਵਾਂ ਐਕਿਊਜ਼ ਹੈ, ਹੁਣੇ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ। ਲੇਕਿਨ ਇੱਕ ਵੱਡੀ ਲੁੱਟ ਜਿਹੜੀ ਹੈਗੀ ਹੈ ਬਹੁਤ ਇੱਕ ਫਿਲਮੀ ਸਟਾਈਲ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿੱਦਾਂ ਸਰ ਨੇ ਵੀ ਦੱਸਿਆ ਕਿ ਇਹ ਪੂਰਾ ਜਿਹੜਾ ਹੈਗਾ ਕਮ ਟਾਈਮ 'ਚ ਕਿੰਨਾ ਜਿਹੜਾ ਕਰੋੜਪਤੀ ਬਣਨ ਦੀ ਜਿਹੜੀ ਖੁਆਈ ਸੀਗੀ ਜਾਂ ਫਿਰ ਸੁਪਨਾ ਸੀਗਾ ਉਹਨਾਂ ਦਾ, ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 5 ਕਰੋੜ ਦੀ ਇਹਦੇ ਵਿੱਚ ਰਿਕਵਰੀ ਗਗਨ ਹੋ ਚੁੱਕੀ ਹੈ, 5 ਕਰੋੜ ਦੀ। ਲੇਕਿਨ ਦੂਜਾ ਸਵਾਲ ਇੱਕ ਹੋਰ ਖੜਾ ਹੁੰਦਾ, ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ, ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ, ਜਿਹੜੀ CMS ਹੈ, ਹਾਲਾਂਕਿ ਲੂਪ ਪੋਲਸ ਕਹੀ ਨੇ, ਉਹਦੇ ਚਾਹੇ CCTV ਦੀ ਗੱਲ ਹੋਵੇ, ਚਾਹੇ ਅੰਦਰ ਦੇ ਚੈਸ ਸਿਸਟਮ ਦੀ ਗੱਲ ਹੋਵੇ, ਚਾਹੇ ਉਹਨਾਂ ਦੇ ਐਮਰਜੈਂਸੀ ਗੇਟ ਦੀ ਗੱਲ ਹੋਵੇ, ਕਈ ਲੂਪ ਪੋਲਸ ਉੱਥੇ ਮਿਲੇ ਹੈ। ਲੇਕਿਨ ਦੂਜੇ ਪਾਸੇ ਜਿਹੜੀ ਫਿਗਰ ਦਿੱਤੀ ਗਈ ਹੈ ਕੰਪਨੀ ਦੇ ਜਿਹੜੇ ਮੈਨੇਜਮੈਂਟ ਵੱਲੋਂ, ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੱਕ ਜ਼ਰੂਰ ਲੱਗ ਰਿਹਾ ਹੈ, ਜਿਹਦੇ ਕਰਕੇ ਇੱਕ SIT ਜਿਹੜੀ ਹੈਗੀ, 5 ਮੈਂਬਰੀ SIT ਜਿਹੜੀ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਦੇ ਵਿੱਚ ਬਣਾਈ ਗਈ ਹੈ, ਜੋ ਕਿ ਹੁਣ ਪੂਰੇ ਜਿਹੜੇ ਕੰਪਨੀ ਦੇ ਮੈਨੇਜਮੈਂਟਸ ਹੈ, ਜਿਹੜੇ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰੂਗੀ ਕਿ ਆਖਿਰ ਫਿਗਰ ਕਿੰਨੀ ਸੀਗੀ, ਕਿਉਂਕਿ ਤਿੰਨ ਬੈਗ ਸੀਗੇ, ਇੱਕ ਬੈਗ 'ਚ 3 ਕਰੋੜ, ਦੂਜੇ ਬੈਗ 'ਚ 3 ਕਰੋੜ, ਅਤੇ ਤੀਜੇ ਬੈਗ 'ਚ DVR ਵੀ ਸੀਗੀ, ਇਹਨਾਂ ਦਾ ਜਿਹੜਾ ਸਮਾਨ ਲੈ ਕੇ ਆਏ ਸੀਗੇ, ਜਿਹੜਾ ਵੀ ਇਹਨਾਂ ਦਾ ਸਮਾਨ ਸੀਗਾ ਉਹਦੇ ਵਿੱਚ ਉਹ, ਅਤੇ ਬਾਕੀ ਪੈਸਾ, ਯਾਨੀ ਕਿ 3 ਬੈਗ ਲੈ ਕੇ ਗਏ ਨੇ, ਤਾਂ ਫਿਰ 8 ਕਰੋੜ ਉਨਾ ਜਿਹੜਾ 8 ਸਾਢੇ 8 ਕਰੋੜ ਕਰੀਬ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈ।
आखिर किन्ने पैसे सीगे, ये बहुत बड़ा सवाल इहदे विच हैगा। इस करके पुलिस हुण लगातार इहदे विच इन्वेस्टिगेशन कर रही है। बहुत वड्डी गल है कि हालांकि कोई क्रिमिनल बैकग्राउंड नहीं है, लेकिन ये डाकू हसीना जिहड़ी जिक्र हो रहा है, जिहड़ा फरार चल रही है। साडे नाल जिहड़े लुधियाना दे कमिश्नर ने वह मनदीप सिद्धू, वह भी जुड़नगे। मनदीप सर, इहदे विच एक सवाल जिहड़ा हैगा बार बार हो रहा है कि जिहड़ी डाकू हसीना है वह इहदे विच मास्टरमाइंड है ते मनजिंदर हैगा, क्रिमिनल बैकग्राउंड इन्हां दा कोई नहीं है। लगातार पुलिस ट्रेस कर रही सी, लगातार टेक्निकल पुइंट ते गल्लां हो रही सी, लेकिन एक फिल्मी स्टाइल च पूरी वारदात नूं अंजाम दित्ता ते इत्थों फरार हो गया। ना इहदे विच बिल्कुल इह गल कहांगे, एक जिहड़ी जिहनूं मनदीप उर्फ मोना जिहड़ी उह लड़की सी, उह ते उहदे नाल जिहड़ा कंपनी दे विच इंप्लॉय सी पिछले 4 साल तों मनजिंदर, इन्हां ने आपस दे विच प्लान करके इहनूं एग्जीक्यूट कीता। पर क्यों प्लान कीता, इत्थे सवाल इह पैदा हुंदा, इह इस लई प्लान कीता, इन्हां ने कहा भी बहुत ही लूज सुरक्षा इंतजाम है, कैश नूं इन्हां ने इस ढंग नाल डील करदे आ जिवें बच्चे डील करदे आ, ते इन्हां ने इहनूं कहा सौखे ढंग दे नाल लुट्टिया जा सकदा है। इन्हां ने पूरी तैयारी करके आपदे वल्लों पूरे एहतियात वरते, पर इहदे विच क्रिमिनल बाकियां लई भी लैसन है। इन्हां ने कहा दसां ने प्लान कीता भी कोई भी मोबाइल उत्थे लैके नहीं जाना, ते जदों मोबाइल नहीं लैके गए गए, शातर सी जां इह समझदे सी भी जैद मोबाइल नहीं लैके जांदे, पुलिस मोबाइलां तों ट्रेस कर लैंदी है। पर इन्हां नूं इह समझणा चाहीदा है ह्यूमन इंटैलीजेंस है, उह बड़ा वड्डा रोल अदा करदे आ। साडियां बहुत सारे विंग्स है, बड़े स्पैशलाइज्ड, बड़े माहर विंग है, साडी टीम बड़ी कमिटेड है, मोटिवेटेड है। इस करके असीं सर प्राइमरी इन्वेस्टिगेशन च की सामने आया कि मनजिंदर है या मनदीप है, होर जिहड़े साथी है, किन्ने दिनां तों रैकी कर रहे सी, प्लानिंग किस तरह हुई और उस तों बाद इन्हां ने की कीता? इह लगभग जनवरी तों मिले, इन्हां ने मुढ़ले तौर ते तैयारी कर ली जिहड़ी भी इवें कीता जा सकदा, फिर कई मीटिंगां च डिस्कस होया। लास्ट जिहड़ी इदों महीना क पहलां 20 दिन पहलां एक मीटिंग होई सी जिहदे च 5 जणे मेन शामिल होए सी, जिहड़ा मनी ते उहदे विच्चों 2 जिहड़े असीं अरैसट कीते वे उह ते मनदीप, इन्हां ने बहि के फाइनल प्लान कीता भी इस तरीक नूं आपां इत्थे मिलांगे। फिर एक होर गल भी, इह जिहड़ा शुक्रवार दी रात नूं क्यों यूज़ कीता, जिहड़ी सब तों इंपोर्टेंट गल है, क्योंकि सनिचरवार नूं ऐतवार जिहड़ा सैकंड सैटरडे ते 4 सैटरडे बैंक बंद हुंदे आ, उस दिन मैक्सीमम कैश है जिहड़ा डिपोजिट करना हुंदा, जिहड़ा जमा कराउणा हुंदा। इन्हां नूं इह पता सी भी सैकंड सैटरडे नूं आपां करांगे फ्राइडे रात नूं, ते इह कंपनी कोले जिहड़ा कैश वड्डी मात्रा दे, यानी कि सारा कुछ उहनां नूं पहलां ही पता सीगा, क्योंकि घर दा भेती सी ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਅਦਾ। ਸਰ ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ? ਨਹੀਂ, ਕੁਛ ਨੌਜਵਾਨ ਹੁੰਦੇ ਆ ਮਿਹਨਤ ਕਰਕੇ ਤਰੱਕੀ ਕਰਕੇ ਅਮੀਰ ਹੁੰਦੇ ਆ, ਤੇ ਕੁਛ ਨੌਜਵਾਨ ਆ ਜਿਹੜੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ ਇਹਨਾਂ ਦੀ ਮੋਟਸ ਆਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ ਦੀ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ, ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਤੇ ਹੁਣ ਕਿਉਂਕਿ ਥੋੜ੍ਹਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ, 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ। ਪਰ ਹਾਂ, ਜਿਵੇਂ ਤੁਸੀਂ ਦੱਸਿਆ, ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ। ਉਹ ਕੁਐਸਚਨ ਅਰਾਈਜ਼ ਹੋਣ ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ, ਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ 2 ਜਿਹੜੇ ਭੱਜੇ ਆ, ਮਨਜਿੰਦਰ ਜਿਹੜੀ ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ, ਕਿਤੇ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਦੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਸਰ, ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ। ਨਾਲ ਸੀ ਤੇ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ ਜਿਹੜੀ, ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਸੁੰਦਰੀ, ਹਾਂ ਜਿਹੜੀ ਉਹਨੂੰ ਉਹਦੇ
ਵਿੱਚ ਹੈ ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ ਕਾਰ ਦੇ ਬੋਨਟ ਦੇ ਉੱਤੇ ਇੱਕ ਉਹ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ ਰੀਲ ਜਿਹੜੀ ਬਣਾਈ ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ ਉਹ ਪੈਸਿਆਂ ਦੀ ਹੁਣ ਸਟੋਰੀ ਠੀਕ ਹੈ ਤੇ ਬਿਲਕੁਲ ਮਨਦੀਪ ਸਿੱਧੂ ਨੇ ਕਮਿਸ਼ਨਰ ਨੇ ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ ਇਹਦੇ ਵਿੱਚ ਮਾਸਟਰਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ ਪੂਰੀ ਪਲੈਨਿੰਗ ਕੀਤੀ ਔਰ ਜਨਵਰੀ ਤੋਂ ਹੀ ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ ਲੂਪ ਪੋਲਸ ਕੀ ਨੇ ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ ਤੇ ਇਸੇ ਦਾ ਫਾਇਦਾ ਚੁੱਕਿਆ ਗਿਆ ਇਸੇ ਦਾ ਫਾਇਦਾ ਚੁੱਕਿਆ ਗਿਆ ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜ਼ਿਸ਼ ਹੈ ਉਹ ਗੜੀ ਗਈ ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ ਜਿਹੜੀ ਇੱਕ ਅਹਿਮ ਗੱਲ ਜਿਹੜੀ ਦੱਸੀ ਹੈ ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ ਲਾਸਟ ਸੈਚਰਡੇ ਸੰਡੇ ਹੁੰਦਾ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਹ ਵਰ ਜਾਂਦਾ ਕਿਉਂਕਿ ਸੈਚਰਡੇ ਸੰਡੇ ਜਿਹੜਾ ਆਫ ਹੁੰਦਾ ਇਸ ਕਰਕੇ ਏਟੀਐਮ ਜਾਂ ਬੈਂਕ 'ਚ ਪੈਸਾ ਨਹੀਂ ਪਹੁੰਚਦਾ ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਸੀ ਔਰ ਲਗਾਤਾਰ ਇੱਕ 20-25 ਦਿਨ ਪਹਿਲਾਂ ਮਿਲੇ ਸੀਗੇ ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ ਇੱਕ ਗੱਡੀ ਕਰੂਜ਼ ਗੱਡੀ ਦੱਸੀ ਜਾ ਰਹੀ ਹੈ ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ ਤੇ 2 ਬਾਈਕਾਂ ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ ਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ ਇਹ ਦੋਵਾਂ ਦੀ ਸਟੋਰੀ ਇਹ ਡਾਕੂ ਹਸੀਨਾ ਮਨਦੀਪ ਕੌਰ ਤੇ ਇਹਦਾ ਜਿਹੜਾ ਹਸਬੰਡ ਹੈ ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੰਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ ਪਹਿਲਾਂ ਰੈਕੀ ਹੋਈ ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ ਔਰ 10 ਲੋਕਾਂ ਦੀ ਟੀਮ ਯਾਨੀ ਕਿ ਇਹ ਜਿਹੜੇ ਡਾਕੂ ਸੀਗੇ 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹਾਲਾਂਕਿ ਪੁਲਿਸ ਦੇ 6ਵੇਂ ਜਿਹੜਾ ਐਕਿਊਜ਼ ਜਿਹੜਾ ਦੱਸਿਆ ਜਾ ਰਿਹਾ ਨਰਿੰਦਰ ਸਿੰਘ ਇਹਦੇ ਵਿੱਚ ਕਾਬੂ ਕੀਤਾ ਗਿਆ ਜਿਹੜਾ 6ਵਾਂ ਐਕਿਊਜ਼ ਹੈ ਹੁਣੇ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ ਲੇਕਿਨ ਇੱਕ ਵੱਡੀ ਲੁੱਟ ਜਿਹੜੀ ਹੈਗੀ ਹੈ ਬਹੁਤ ਇੱਕ ਫਿਲਮੀ ਸਟਾਈਲ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਿੱਦਾਂ ਸਰ ਨੇ ਵੀ ਦੱਸਿਆ ਕਿ ਇਹ ਪੂਰਾ ਜਿਹੜਾ ਹੈਗਾ ਕਮ ਟਾਈਮ 'ਚ ਕਿੰਨਾ ਜਿਹੜਾ ਕਰੋੜਪਤੀ ਬਣਨ ਦੀ ਜਿਹੜੀ ਖੁਆਈ ਸੀਗੀ ਜਾਂ ਫਿਰ ਸਪਨਾ ਸੀਗਾ ਉਹਨਾਂ ਦਾ ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ 5 ਕਰੋੜ ਦੀ ਇਹਦੇ ਵਿੱਚ ਰਿਕਵਰੀ ਗਗਨ ਹੋ ਚੁੱਕੀ ਹੈ 5 ਕਰੋੜ ਦੀ ਲੇਕਿਨ ਦੂਜਾ ਸਵਾਲ ਇੱਕ ਹੋਰ ਖੜਾ ਹੁੰਦਾ ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ ਜਿਹੜੀ ਸੀਐਮਐਸ ਹੈ ਹਾਲਾਂਕਿ ਲੂਪ ਪੋਲਸ ਕਈ ਨੇ ਉਹਦੇ ਚਾਹੇ ਸੀਸੀਟੀਵੀ ਦੀ ਗੱਲ ਹੋਵੇ ਚਾਹੇ ਅੰਦਰ ਦੇ ਚੈਸ ਸਿਸਟਮ ਦੀ ਗੱਲ ਹੋਵੇ ਚਾਹੇ ਉਹਨਾਂ ਦੇ ਐਮਰਜੈਂਸੀ ਗੇਟ ਦੀ ਗੱਲ ਹੋਵੇ ਕਈ ਲੂਪ ਪੋਲਸ ਉੱਥੇ ਮਿਲੇ ਹੈ ਲੇਕਿਨ ਦੂਜੇ ਪਾਸੇ ਜਿਹੜੀ ਫਿਗਰ ਦਿੱਤੀ ਗਈ ਹੈ ਕੰਪਨੀ ਦੇ ਜਿਹੜੇ ਮੈਨੇਜਮੈਂਟ ਵੱਲੋਂ ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੱਕ ਜ਼ਰੂਰ ਲੱਗ ਰਿਹਾ ਹੈ ਜਿਹਦੇ ਕਰਕੇ ਇੱਕ ਐਸਆਈਟੀ ਜਿਹੜੀ ਹੈਗੀ 5 ਮੈਂਬਰੀ ਐਸਆਈਟੀ ਜਿਹੜੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹਦੇ ਵਿੱਚ ਬਣਾਈ ਗਈ ਹੈ ਜੋ ਕਿ ਹੁਣ ਪੂਰੇ ਜਿਹੜੇ ਕੰਪਨੀ ਦੇ ਮੈਨੇਜਮੈਂਟਸ ਹੈ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰੂਗੀ ਕਿ ਆਖਿਰ ਫਿਗਰ ਕਿੰਨੀ ਸੀਗੀ ਕਿਉਂਕਿ 3 ਬੈਗ ਸੀਗੇ ਤਿੰਨ ਬੈਗ ਇੱਕ ਬੈਗ 'ਚ 3 ਕਰੋੜ ਦੂਜੇ ਬੈਗ 'ਚ 3 ਕਰੋੜ ਅਤੇ ਤੀਜੇ ਬੈਗ 'ਚ DVR ਵੀ ਸੀਗੀ ਇਹਨਾਂ ਦਾ ਜਿਹੜਾ ਸਮਾਨ ਲੈ ਕੇ ਆਏ ਸੀਗੇ ਜਿਹੜਾ ਵੀ ਇਹਨਾਂ ਦਾ ਸਮਾਨ ਸੀਗਾ ਉਹਦੇ ਵਿੱਚ ਉਹ ਅਤੇ ਬਾਕੀ ਪੈਸਾ ਯਾਨੀ ਕਿ 3 ਬੈਗ ਲੈ ਕੇ ਗਏ ਨੇ ਤਾਂ ਫਿਰ 8 ਕਰੋੜ ਉਨਾ ਜਿਹੜਾ 8.5 ਕਰੋੜ ਕਰੀਬ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈ ਆਖਿਰ ਕਿੰਨੇ ਪੈਸੇ ਸੀਗੇ ਇਹ ਬਹੁਤ ਵੱਡਾ ਸਵਾਲ ਇਹਦੇ ਵਿੱਚ ਹੈਗਾ ਇਸ ਕਰਕੇ ਪੁਲਿਸ ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਬਹੁਤ ਵੱਡੀ ਗੱਲ ਹੈ ਕਿ ਹਾਲਾਂਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਲੇਕਿਨ ਇਹ ਡਾਕੂ ਹਸੀਨਾ ਜਿਹੜੀ ਜ਼ਿਕਰ ਹੋ ਰਿਹਾ ਜਿਹੜਾ ਫਰਾਰ ਚੱਲ ਰਹੀ ਹੈ ਸਾਡੇ ਨਾਲ ਜਿਹੜੇ ਲੁਧਿਆਣਾ ਦੇ ਕਮਿਸ਼ਨਰ ਨੇ ਉਹ ਮਨਦੀਪ ਸਿੱਧੂ ਉਹ ਵੀ ਜੁੜਨਗੇ ਮਨਦੀਪ ਸਰ ਇਹਦੇ ਵਿੱਚ ਇੱਕ ਸਵਾਲ ਜਿਹੜਾ ਹੈਗਾ ਬਾਰ ਬਾਰ ਹੋ ਰਿਹਾ ਕਿ ਜਿਹੜੀ ਡਾਕੂ ਹਸੀਨਾ ਉਹ ਇਹਦੇ ਵਿੱਚ ਮਾਸਟਰ ਮਾਈਂਡ ਹੈ ਤੇ ਮਨਜਿੰਦਰ ਹੈਗਾ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਕੋਈ ਨਹੀਂ ਹੈ ਲਗਾਤਾਰ ਪੁਲਿਸ ਟ੍ਰੇਸ ਕਰ ਰਹੀ ਸੀ ਲਗਾਤਾਰ ਟੈਕਨੀਕਲ ਪੁਆਇੰਟ ਤੇ ਗੱਲਾਂ ਹੋ ਰਹੀ ਸੀ ਲੇਕਿਨ ਇੱਕ ਫਿਲਮੀ ਸਟਾਈਲ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਥੋਂ ਫਰਾਰ ਹੋ ਨਾ ਇਹਦੇ ਵਿੱਚ ਬਿਲਕੁਲ ਇਹ ਗੱਲ ਕਵਾਂਗੇ ਇੱਕ ਜਿਹੜੀ ਜਿਹਨੂੰ ਮਨਦੀਪ ਔਰ ਫਮੋਨਾ ਜਿਹੜੀ ਉਹ ਲੜਕੀ ਸੀ ਉਹ ਤੇ ਉਹਦੇ ਨਾਲ ਜਿਹੜਾ ਕੰਪਨੀ ਦੇ ਵਿੱਚ ਇੰਪਲਾਈ ਸੀ ਪਿਛਲੇ 4 ਸਾਲ ਤੋਂ ਮਨਜਿੰਦਰ ਇਹਨਾਂ ਨੇ ਆਪਸ ਦੇ ਵਿੱਚ ਪਲਾਨ ਕਰਕੇ ਇਹਨੂੰ ਐਗਜ਼ੀਕਿਊਟ ਕੀਤਾ ਪਰ ਕਿਉਂ ਪਲਾਨ ਕੀਤਾ ਇੱਥੇ ਸਵਾਲ ਇਹ ਪੈਦਾ ਹੁੰਦਾ ਇਹ ਇਸ ਲਈ ਪਲਾਨ ਕੀਤਾ ਇਹਨਾਂ ਨੇ ਕਿਹਾ ਵੀ ਬਹੁਤ ਹੀ ਲੂਜ਼ ਸੁਰੱਖਿਆ ਇੰਤਜ਼ਾਮ ਹੈ ਕੈਸ਼ ਨੂੰ ਇਹਨਾਂ ਨੇ ਇਸ ਢੰਗ ਨਾਲ ਡੀਲ ਕਰਦੇ ਆ ਜਿਵੇਂ ਬੱਚੇ ਡੀਲ ਕਰਦੇ ਆ
ਪਰ ਇਹਦੇ ਵਿੱਚ ਕ੍ਰਿਮੀਨਲ ਬਾਕੀਆਂ ਲਈ ਵੀ ਲੈਸਨ ਹੈ। ਇਹਨਾਂ ਨੇ ਕਿਹਾ, ਦਸਾਂ ਨੇ ਪਲਾਨ ਕੀਤਾ ਵੀ ਕੋਈ ਵੀ ਮੋਬਾਈਲ ਉੱਥੇ ਲੈ ਕੇ ਨਹੀਂ ਜਾਣਾ, ਤੇ ਜਦੋਂ ਮੋਬਾਈਲ ਨਹੀਂ ਲੈ ਕੇ ਗਏ ਸ਼ਾਤਰ ਸੀ ਜਾਂ ਇਹ ਸਮਝਦੇ ਸੀ ਵੀ ਜੈਦ ਮੋਬਾਈਲ ਨਹੀਂ ਲੈ ਕੇ ਜਾਂਦੇ, ਪੁਲਿਸ ਮੋਬਾਈਲਾਂ ਤੋਂ ਟਰੇਸ ਕਰ ਲੈਂਦੀ ਹੈ। ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ, ਹਿਊਮਨ ਇੰਟੈਲੀਜੈਂਸ ਹੈ, ਉਹ ਬੜਾ ਵੱਡਾ ਰੋਲ ਅਦਾ ਕਰਦੇ ਆ। ਸਾਡੀਆਂ ਬਹੁਤ ਸਾਰੇ ਵਿੰਗਸ ਹੈ, ਬੜੇ ਸਪੈਸ਼ਲਾਈਜ਼ਡ, ਬੜੇ ਮਾਹਰ ਵਿੰਗ ਹੈ, ਸਾਡੀ ਟੀਮ ਬੜੀ ਕਮਿਟਡ ਹੈ, ਮੋਟੀਵੇਟਡ ਹੈ। ਇਸ ਕਰਕੇ ਅਸੀਂ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਕਿ ਮਨਜਿੰਦਰ ਹੈ ਜਾਂ ਮਨਦੀਪ ਹੈ, ਹੋਰ ਜਿਹੜੇ ਸਾਥੀ ਹੈ, ਕਿੰਨੇ ਦਿਨਾਂ ਤੋਂ ਰੈਕੀ ਕਰ ਰਹੇ ਸੀ, ਪਲੈਨਿੰਗ ਕਿਸ ਤਰ੍ਹਾਂ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਇਹ ਲਗਭਗ ਜਨਵਰੀ ਤੋਂ ਮਿਲੇ, ਇਹਨਾਂ ਨੇ ਮੁੱਢਲੇ ਤੌਰ 'ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ। ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ। ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ, 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਣੇ ਮੇਨ ਸ਼ਾਮਲ ਹੋਏ ਸੀ, ਜਿਹੜਾ ਮਨੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ ਅਤੇ ਮਨਦੀਪ, ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ। ਫਿਰ ਇੱਕ ਹੋਰ ਗੱਲ ਵੀ, ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਕਿਉਂਕਿ ਸਨਿਚਰਵਾਰ ਨੂੰ, ਐਤਵਾਰ ਜਿਹੜਾ ਸੈਕਿੰਡ ਸੈਟਰਡੇ ਅਤੇ 4th ਸੈਟਰਡੇ ਬੈਂਕ ਬੰਦ ਹੁੰਦੇ ਹੈ, ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ, ਜਿਹੜਾ ਜਮ੍ਹਾਂ ਕਰਾਉਣਾ ਹੁੰਦਾ। ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ ਫਰਾਈਡੇ ਰਾਤ ਨੂੰ, ਅਤੇ ਇਹ ਕੰਪਨੀ ਕੋਲ ਜਿਹੜਾ ਕੈਸ਼ ਵੱਡੀ ਮਾਤਰਾ ਦੇ, ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀ, ਕਿਉਂਕਿ ਘਰ ਦਾ ਭੇਤੀ ਸੀ ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਅਦਾ ਕੀਤਾ। ਸਰ ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ ਸੀ? ਨਹੀਂ, ਕੁਝ ਨੌਜਵਾਨ ਹੁੰਦੇ ਆ ਮਿਹਨਤ ਕਰਕੇ, ਤਰੱਕੀ ਕਰਕੇ ਅਮੀਰ ਹੁੰਦੇ ਆ, ਅਤੇ ਕੁਝ ਨੌਜਵਾਨ ਆ ਜਿਹੜੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ ਇਹਨਾਂ ਦੀ ਮੋਟਸ ਓਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇਖੀ, ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ, ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਅਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਅਤੇ ਹੁਣ ਕਿਉਂਕਿ ਥੋੜ੍ਹਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਅਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ, 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ 'ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿੰਦਾ। ਪਰ ਹਾਂ, ਜਿਵੇਂ ਤੁਸੀਂ ਦੱਸਿਆ, ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ। ਉਹ ਕੁਐਸਚਨ ਅਰਾਈਜ਼ ਹੋਣ 'ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ, ਅਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ 2 ਜਿਹੜੇ ਭੱਜੇ ਆ, ਮਨਜਿੰਦਰ, ਜਿਹੜੀ ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ, ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਦੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ। ਨਾਲ ਸੀ ਤੇ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ, ਜਿਹੜੀ ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਜਿਹੜੀ ਉਹਨੂੰ ਉਹਦੇ ਵਿੱਚ ਹੈ, ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ, ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ, ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ, ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ, ਕਾਰ ਦੇ ਬੋਨਟ ਦੇ ਉੱਤੇ ਇੱਕ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ, ਰੀਲ ਜਿਹੜੀ ਬਣਾਈ, ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ, ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ, ਉਹ ਪੈਸਿਆਂ ਦੀ ਹੁਣੇ ਸਟੋਰੀ। ਠੀਕ ਹੈ, ਤੇ ਬਿਲਕੁਲ ਮਨਦੀਪ ਸਿੱਧੂ ਨੇ, ਕਮਿਸ਼ਨਰ ਨੇ, ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ, ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ, ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ, ਇਹਦੇ ਵਿੱਚ ਮਾਸਟਰਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ, ਪੂਰੀ ਪਲੈਨਿੰਗ ਕੀਤੀ, ਔਰ ਜਨਵਰੀ ਤੋਂ ਹੀ, ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ, ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ। ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ, ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ, ਲੂਪ ਪੋਲਸ ਕੀ ਨੇ, ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ, ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ, ਤੇ ਇਸੇ ਦਾ ਫਾਇਦਾ ਚੁੱਕਿਆ ਗਿਆ, ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜਿਸ਼ ਹੈ ਉਹ ਗੜੀ ਗਈ, ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ, ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ
ਹੈਗਾ ਲਾਸਟ ਸੈਟਰਡੇ ਸੰਡੇ ਹੁੰਦਾ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਹ ਵਰ ਜਾਂਦਾ ਕਿਉਂਕਿ ਸੈਟਰਡੇ ਸੰਡੇ ਜਿਹੜਾ ਆਫ ਹੁੰਦਾ ਇਸ ਕਰਕੇ ਏਟੀਐਮ ਜਾਂ ਬੈਂਕ 'ਚ ਪੈਸਾ ਨਹੀਂ ਪਹੁੰਚਦਾ ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਪਲੈਨਿੰਗ ਸੀ ਔਰ ਲਗਾਤਾਰ 20-25 ਦਿਨ ਪਹਿਲਾਂ ਮਿਲੇ ਸੀਗੇ ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ ਇੱਕ ਗੱਡੀ ਕਰੂਜ਼ ਗੱਡੀ ਦੱਸੀ ਜਾ ਰਹੀ ਹੈ ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ ਤੇ ਦੋ ਬਾਈਕਾਂ ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ ਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ ਇਹ ਦੋਵਾਂ ਦੀ ਸਟੋਰੀ ਇਹ ਡਾਕੂ ਹਸੀਨਾ ਮਨਦੀਪ ਕੌਰ ਤੇ ਇਹਦਾ ਜਿਹੜਾ ਹਸਬੈਂਡ ਹੈ ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੈਂਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ ਪਹਿਲਾਂ ਰੈਕੀ ਹੋਈ ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ ਔਰ 10 ਲੋਕਾਂ ਦੀ ਟੀਮ ਯਾਨੀ ਕਿ ਇਹ ਜਿਹੜੇ ਡਾਕੂ ਸੀਗੇ 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹਾਲਾਂਕਿ ਪੁਲਿਸ ਦੇ 6ਵੇਂ ਜਿਹੜਾ ਐਕਿਊਜ਼ ਜਿਹੜਾ ਦੱਸਿਆ ਜਾ ਰਿਹਾ ਨਰਿੰਦਰ ਸਿੰਘ ਇਹਦੇ ਵਿੱਚ ਕਾਬੂ ਕੀਤਾ ਗਿਆ ਜਿਹੜਾ 6ਵਾਂ ਐਕਿਊਜ਼ ਹੈ ਹੁਣੇ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ ਲੇਕਿਨ ਇੱਕ ਵੱਡੀ ਲੁੱਟ ਜਿਹੜੀ ਹੈਗੀ ਹੈ ਬਹੁਤ ਇੱਕ ਫਿਲਮੀ ਸਟਾਈਲ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਿੱਦਾਂ ਸਰ ਨੇ ਵੀ ਦੱਸਿਆ ਕਿ ਇਹ ਪੂਰਾ ਜਿਹੜਾ ਹੈਗਾ ਕਮ ਟਾਈਮ 'ਚ ਕਿੰਨਾ ਜਿਹੜਾ ਕਰੋੜਪਤੀ ਬਣਨ ਦੀ ਜਿਹੜੀ ਖੁਆਈ ਸੀਗੀ ਜਾਂ ਫਿਰ ਸਪਨਾ ਸੀਗਾ ਉਹਨਾਂ ਦਾ ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ 5 ਕਰੋੜ ਦੀ ਇਹਦੇ ਵਿੱਚ ਰਿਕਵਰੀ ਗਗਨ ਹੋ ਚੁੱਕੀ ਹੈ 5 ਕਰੋੜ ਦੀ ਲੇਕਿਨ ਦੂਜਾ ਸਵਾਲ ਇੱਕ ਹੋਰ ਖੜਾ ਹੁੰਦਾ ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਜਿਹੜੀ CMS ਹੈ ਹਾਲਾਂਕਿ ਲੂਪਹੋਲਸ ਕਈ ਨੇ ਉਹਦੇ ਚਾਹੇ CCTV ਦੀ ਗੱਲ ਹੋਵੇ ਚਾਹੇ ਅੰਦਰ ਦੇ ਚੈਸ ਸਿਸਟਮ ਦੀ ਗੱਲ ਹੋਵੇ ਚਾਹੇ ਉਹਨਾਂ ਦੇ ਐਮਰਜੈਂਸੀ ਗੇਟ ਦੀ ਗੱਲ ਹੋਵੇ ਕਈ ਲੂਪਹੋਲਸ ਉੱਥੇ ਮਿਲੇ ਹੈ ਲੇਕਿਨ ਦੂਜੇ ਪਾਸੇ ਜਿਹੜੀ ਫਿਗਰ ਦਿੱਤੀ ਗਈ ਹੈ ਕੰਪਨੀ ਦੇ ਜਿਹੜੇ ਮੈਨੇਜਮੈਂਟ ਵੱਲੋਂ ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੱਕ ਜ਼ਰੂਰ ਲੱਗ ਰਿਹਾ ਹੈ ਜਿਹਦੇ ਕਰਕੇ SIT ਜਿਹੜੀ ਹੈਗੀ 5 ਮੈਂਬਰੀ SIT ਜਿਹੜੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹਦੇ ਵਿੱਚ ਬਣਾਈ ਗਈ ਹੈ ਜੋ ਕਿ ਹੁਣ ਪੂਰੇ ਜਿਹੜੇ ਕੰਪਨੀ ਦੇ ਮੈਨੇਜਮੈਂਟਸ ਹੈ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰੂਗੀ ਕਿ ਆਖਿਰ ਫਿਗਰ ਕਿੰਨੀ ਸੀਗੀ ਕਿਉਂਕਿ 3 ਬੈਗ ਸੀਗੇ ਤਿੰਨ ਬੈਗ ਇੱਕ ਬੈਗ 'ਚ 3 ਕਰੋੜ ਦੂਜੇ ਬੈਗ 'ਚ 3 ਕਰੋੜ ਅਤੇ ਤੀਜੇ ਬੈਗ 'ਚ DVR ਵੀ ਸੀਗੀ ਇਹਨਾਂ ਦਾ ਜਿਹੜਾ ਸਮਾਨ ਲੈ ਕੇ ਆਏ ਸੀਗੇ ਜਿਹੜਾ ਵੀ ਇਹਨਾਂ ਦਾ ਸਮਾਨ ਸੀਗਾ ਉਹਦੇ ਵਿੱਚ ਉਹ ਅਤੇ ਬਾਕੀ ਪੈਸਾ ਯਾਨੀ ਕਿ 3 ਬੈਗ ਲੈ ਕੇ ਗਏ ਨੇ ਤਾਂ ਫਿਰ 8 ਕਰੋੜ ਉਨਾ ਜਿਹੜਾ 8.5 ਕਰੋੜ ਕਰੀਬ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈ ਆਖਿਰ ਕਿੰਨੇ ਪੈਸੇ ਸੀਗੇ ਇਹ ਬਹੁਤ ਵੱਡਾ ਸਵਾਲ ਇਹਦੇ ਵਿੱਚ ਹੈਗਾ ਇਸ ਕਰਕੇ ਪੁਲਿਸ ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਬਹੁਤ ਵੱਡੀ ਗੱਲ ਹੈ ਕਿ ਹਾਲਾਂਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਲੇਕਿਨ ਇਹ ਡਾਕੂ ਹਸੀਨਾ ਜਿਹੜੀ ਜ਼ਿਕਰ ਹੋ ਰਿਹਾ ਜਿਹੜਾ ਫਰਾਰ ਚੱਲ ਰਹੀ ਹੈ ਸਾਡੇ ਨਾਲ ਜਿਹੜੇ ਲੁਧਿਆਣਾ ਦੇ ਕਮਿਸ਼ਨਰ ਨੇ ਉਹ ਮਨਦੀਪ ਸਿੱਧੂ ਉਹ ਵੀ ਜੁੜਨਗੇ ਮਨਦੀਪ ਸਰ ਇਹਦੇ ਵਿੱਚ ਇੱਕ ਸਵਾਲ ਜਿਹੜਾ ਹੈਗਾ ਬਾਰ ਬਾਰ ਹੋ ਰਿਹਾ ਕਿ ਜਿਹੜੀ ਡਾਕੂ ਹਸੀਨਾ ਉਹ ਇਹਦੇ ਵਿੱਚ ਮਾਸਟਰ ਮਾਈਂਡ ਹੈ ਤੇ ਮਨਜਿੰਦਰ ਹੈਗਾ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਕੋਈ ਨਹੀਂ ਹੈ ਲਗਾਤਾਰ ਪੁਲਿਸ ਟ੍ਰੇਸ ਕਰ ਰਹੀ ਸੀ ਲਗਾਤਾਰ ਟੈਕਨੀਕਲ ਪੁਆਇੰਟ ਤੇ ਗੱਲਾਂ ਹੋ ਰਹੀ ਸੀ ਲੇਕਿਨ ਇੱਕ ਫਿਲਮੀ ਸਟਾਈਲ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਥੋਂ ਫਰਾਰ ਹੋ ਗਿਆ ਨਾ ਇਹਦੇ ਵਿੱਚ ਬਿਲਕੁਲ ਇਹ ਗੱਲ ਕਵਾਂਗੇ ਇੱਕ ਜਿਹੜੀ ਜਿਹਨੂੰ ਮਨਦੀਪ ਔਰ ਫਮੋਨਾ ਜਿਹੜੀ ਉਹ ਲੜਕੀ ਸੀ ਉਹ ਤੇ ਉਹਦੇ ਨਾਲ ਜਿਹੜਾ ਕੰਪਨੀ ਦੇ ਵਿੱਚ ਇੰਪਲਾਈ ਸੀ ਪਿਛਲੇ 4 ਸਾਲ ਤੋਂ ਮਨਜਿੰਦਰ ਇਹਨਾਂ ਨੇ ਆਪਸ ਦੇ ਵਿੱਚ ਪਲਾਨ ਕਰਕੇ ਇਹਨੂੰ ਐਗਜ਼ੀਕਿਊਟ ਕੀਤਾ ਇੱਕ ਵਾਰ ਕਿਉਂ ਪਲਾਨ ਕੀਤਾ ਇੱਥੇ ਸਵਾਲ ਇਹ ਪੈਦਾ ਹੁੰਦਾ ਇਹ ਇਸ ਲਈ ਪਲਾਨ ਕੀਤਾ ਇਹਨਾਂ ਨੇ ਕਿਹਾ ਵੀ ਬਹੁਤ ਹੀ ਲੂਜ਼ ਸੁਰੱਖਿਆ ਇੰਤਜ਼ਾਮ ਹੈ ਕੈਸ਼ ਨੂੰ ਇਹਨਾਂ ਨੇ ਇਸ ਢੰਗ ਨਾਲ ਡੀਲ ਕਰਦੇ ਆ ਜਿਵੇਂ ਬੱਚੇ ਡੀਲ ਕਰਦੇ ਆ ਤੇ ਇਹਨਾਂ ਨੇ ਇਹਨੂੰ ਕਿਹਾ ਸੌਖੇ ਢੰਗ ਦੇ ਨਾਲ ਲੁੱਟਿਆ ਜਾ ਸਕਦਾ ਇਹਨਾਂ ਨੇ ਪੂਰੀ ਤਿਆਰੀ ਕਰਕੇ ਆਪਦੇ ਵੱਲੋਂ ਪੂਰੇ ਇਤਿਆਦ ਵਰਤੇ ਪਰ ਇਹਦੇ ਵਿੱਚ ਕ੍ਰਿਮੀਨਲ ਬਾਕੀਆਂ ਲਈ ਵੀ ਲੈਸਨ ਹੈ ਇਹਨਾਂ ਨੇ ਕਿਹਾ ਦਸਾਂ ਨੇ ਪਲਾਨ ਕੀਤਾ ਵੀ ਕੋਈ ਵੀ ਮੋਬਾਈਲ ਉੱਥੇ ਲੈ ਕੇ ਨਹੀਂ ਜਾਣਾ ਤੇ ਜਦੋਂ ਮੋਬਾਈਲ ਨਹੀਂ ਲੈ ਕੇ ਗਏ ਸ਼ਾਤਰ ਸੀ ਜਾਂ ਇਹ ਸਮਝਦੇ ਸੀ ਵੀ ਜਾਇਦ ਮੋਬਾਈਲ ਨਹੀਂ ਲੈ ਕੇ ਜਾਂਦੇ ਪੁਲਿਸ ਮੋਬਾਈਲਾਂ ਤੋਂ ਟਰੇਸ ਕਰ ਲੈਂਦੀ ਹੈ ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹਿਊਮਨ ਇੰਟੈਲੀਜੈਂਸ ਹੈ ਉਹ ਬੜਾ ਵੱਡਾ ਰੋਲ ਅਦਾ ਕਰਦੇ ਆ ਸਾਡੀਆਂ ਬਹੁਤ ਸਾਰੇ ਵਿੰਗਸ ਹੈ ਬੜੇ ਸਪੈਸ਼ਲਾਈਜ਼ਡ ਤੇ ਬੜੇ ਮਾਹਰ ਵਿੰਗ ਹੈ ਸਾਡੀ ਟੀਮ ਬੜੀ ਕਮਿਟਡ ਹੈ ਮੋਟੀਵੇਟਡ ਹੈ ਇਸ ਕਰਕੇ ਅਸੀਂ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਕਿ ਮਨਜਿੰਦਰ ਹੈ ਜਾਂ ਮਨਦੀਪ ਹੈ ਹੋਰ ਜਿਹੜੇ ਸਾਥੀ ਹੈ ਕਿੰਨੇ ਦਿਨਾਂ ਤੋਂ ਰੈਕੀ ਕਰ ਰਹੇ ਸੀ ਪਲੈਨਿੰਗ ਕਿਸ ਤਰ੍ਹਾਂ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇਹ ਲਗਭਗ ਜਨਵਰੀ ਤੋਂ ਮਿਲੇ ਇਹਨਾਂ ਨੇ ਮੁੱਢਲੇ ਤੌਰ ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਣੇ ਮੇਨ ਸ਼ਾਮਲ ਹੋਏ ਸੀ ਜਿਹੜਾ ਮਣੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ ਅਤੇ ਮਨਦੀਪ ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ ਫਿਰ ਇੱਕ ਹੋਰ ਗੱਲ ਵੀ ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿਉਂਕਿ ਸਨਿਚਰਵਾਰ ਨੂੰ ਐਤਵਾਰ ਜਿਹੜਾ ਸੈਕਿੰਡ ਸੈਟਰਡੇ ਅਤੇ 4th Saturday ਬੈਂਕ ਬੰਦ ਹੁੰਦੇ ਆ ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ ਜਿਹੜਾ ਜਮ੍ਹਾਂ ਕਰਾਉਣਾ ਹੁੰਦਾ ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ ਫਰਾਈਡੇ ਰਾਤ ਨੂੰ ਤੇ ਇਹ ਕੰਪਨੀ ਕੋਲੇ ਜਿਹੜਾ ਕੈਸ਼ ਵੱਡੀ ਮਾਤਰਾ ਦੇ ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀਗਾ ਕਿਉਂਕਿ ਘਰ ਦਾ ਭੇਤੀ ਸੀ
ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਅਦਾ। ਸਰ ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ ਸੀ? ਨਹੀਂ, ਕੁਛ ਨੌਜਵਾਨ ਹੁੰਦੇ ਆ ਮਿਹਨਤ ਕਰਕੇ ਤਰੱਕੀ ਕਰਕੇ ਅਮੀਰ ਹੁੰਦੇ ਆ, ਤੇ ਕੁਛ ਨੌਜਵਾਨ ਆ ਜਿਹੜੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ ਇਹਨਾਂ ਦੀ ਮੋਟਿਵ ਆਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ, ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਤੇ ਹੁਣ ਕਿਉਂਕਿ ਥੋੜਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ, ਪਰ ਹਾਂ ਜਿਵੇਂ ਤੁਸੀਂ ਦੱਸਿਆ ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ। ਉਹ ਕੁਐਸਚਨ ਅਰਾਈਜ਼ ਹੋਣ ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ ਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ ਦੋ ਜਿਹੜੇ ਭੱਜੇ ਆ, ਮਨਜਿੰਦਰ ਜਿਹੜੀ, ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਦੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ, ਨਾਲ ਸੀ ਤੇ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ ਜਿਹੜੀ, ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਸੁੰਦਰੀ, ਹਾਂ ਜਿਹੜੀ ਜਿਹੜੀ ਉਹਨੂੰ ਉਹਦੇ ਵਿੱਚ ਹੈ, ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ, ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ, ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ, ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ, ਕਾਰ ਦੇ ਬੋਨਟ ਦੇ ਉੱਤੇ ਇੱਕ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ, ਰੀਲ ਜਿਹੜੀ ਬਣਾਈ, ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ, ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ, ਉਹ ਪੈਸਿਆਂ ਦੀ ਹੁਣ ਸਟੋਰੀ। ਠੀਕ ਹੈ, ਤਾਂ ਬਿਲਕੁਲ ਮਨਦੀਪ ਸਿੱਧੂ ਨੇ, ਕਮਿਸ਼ਨਰ ਨੇ, ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ, ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ, ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ ਇਹਦੇ ਵਿੱਚ ਮਾਸਟਰਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ, ਪੂਰੀ ਪਲੈਨਿੰਗ ਕੀਤੀ, ਔਰ ਜਨਵਰੀ ਤੋਂ ਹੀ, ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ, ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ। ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ, ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ, ਲੂਪ ਪੋਲਸ ਕੀ ਨੇ, ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ, ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ, ਤੇ ਇਸੇ ਦਾ ਫਾਇਦਾ ਚੁੱਕਿਆ ਗਿਆ, ਇਸੇ ਦਾ ਫਾਇਦਾ ਚੁੱਕਿਆ ਗਿਆ, ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜ਼ਿਸ਼ ਹੈ ਉਹ ਗੜੀ ਗਈ, ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ ਲਾਸਟ ਸੈਚਰਡੇ ਸੰਡੇ ਹੁੰਦਾ ਹੈ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਭਰ ਜਾਂਦਾ, ਕਿਉਂਕਿ ਸੈਚਰਡੇ ਸੰਡੇ ਜਿਹੜਾ ਆਫ ਹੁੰਦਾ, ਇਸ ਕਰਕੇ ATM ਜਾਂ ਬੈਂਕਸ 'ਚ ਪੈਸਾ ਨਹੀਂ ਪਹੁੰਚਦਾ, ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ ਹੈ, ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ ਹੈ, ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਸੀ, ਔਰ ਲਗਾਤਾਰ ਇੱਕ 20-25 ਦਿਨ ਪਹਿਲਾਂ ਮਿਲੇ ਸੀਗੇ, ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ। ਇੱਕ ਗੱਡੀ, ਕਰੂਜ਼ ਗੱਡੀ ਦੱਸੀ ਜਾ ਰਹੀ ਹੈ, ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ, ਤੇ 2 ਬਾਈਕਾਂ ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ, ਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ? ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ। ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ, ਇਹ ਦੋਵਾਂ ਦੀ ਸਟੋਰੀ, ਇਹ ਡਾਕੂ ਹਸੀਨਾ ਮਨਦੀਪ ਕੌਰ ਤੇ ਇਹਦਾ ਜਿਹੜਾ ਹਸਬੰਡ ਹੈ, ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੰਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ। ਪਹਿਲਾਂ ਰੈਕੀ ਹੋਈ, ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ, ਔਰ 10 ਲੋਕਾਂ ਦੀ ਟੀਮ, ਯਾਨੀ ਕਿ ਇਹ ਜਿਹੜੇ ਡਾਕੂ ਸੀਗੇ, 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ, ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਪੁਲਿਸ ਦੇ 6ਵੇਂ ਜਿਹੜਾ ਐਕਿਊਜ਼ ਜਿਹੜਾ ਦੱਸਿਆ ਜਾ ਰਿਹਾ ਨਰਿੰਦਰ ਸਿੰਘ ਇਹਦੇ ਵਿੱਚ ਕਾਬੂ ਕੀਤਾ ਗਿਆ, ਜਿਹੜਾ 6ਵਾਂ ਐਕਿਊਜ਼ ਹੈ ਹੁਣੇ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ। ਲੇਕਿਨ ਇੱਕ ਵੱਡੀ ਲੁੱਟ ਜਿਹੜੀ ਹੈਗੀ ਹੈ, ਬਹੁਤ ਇੱਕ ਫਿਲਮੀ ਸਟਾਈਲ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿੱਦਾਂ ਸਰ ਨੇ ਵੀ ਦੱਸਿਆ ਕਿ
ਇਹ ਪੂਰਾ ਜਿਹੜਾ ਹੈਗਾ ਕੰਮ ਟਾਈਮ 'ਚ ਕਿੰਨਾ ਜਿਹੜਾ ਕਰੋੜਪਤੀ ਬਣਨ ਦੀ ਜਿਹੜੀ ਖੁਆਈ ਸੀਗੀ ਜਾਂ ਫਿਰ ਸਪਨਾ ਸੀਗਾ ਉਹਨਾਂ ਦਾ, ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 5 ਕਰੋੜ ਦੀ ਇਹਦੇ ਵਿੱਚ ਰਿਕਵਰੀ ਗਗਨ ਹੋ ਚੁੱਕੀ ਹੈ 5 ਕਰੋੜ ਦੀ। ਲੇਕਿਨ ਦੂਜਾ ਸਵਾਲ ਇੱਕ ਹੋਰ ਖੜਾ ਹੁੰਦਾ, ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ, ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ, ਜਿਹੜੀ CMS ਹੈ, ਹਾਲਾਂਕਿ ਲੂਪ ਹੋਲਸ ਕਈ ਨੇ ਉਹਦੇ, ਚਾਹੇ CCTV ਦੀ ਗੱਲ ਹੋਵੇ, ਚਾਹੇ ਅੰਦਰ ਦੇ ਚੈਸ ਸਿਸਟਮ ਦੀ ਗੱਲ ਹੋਵੇ, ਚਾਹੇ ਉਹਨਾਂ ਦੇ ਐਮਰਜੈਂਸੀ ਗੇਟ ਦੀ ਗੱਲ ਹੋਵੇ, ਕਈ ਲੂਪ ਹੋਲਸ ਉੱਥੇ ਮਿਲੇ ਹੈ। ਲੇਕਿਨ ਦੂਜੇ ਪਾਸੇ ਜਿਹੜੀ ਫਿਗਰ ਦਿੱਤੀ ਗਈ ਹੈ ਕੰਪਨੀ ਦੇ ਜਿਹੜੇ ਮੈਨੇਜਮੈਂਟ ਵੱਲੋਂ, ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੱਕ ਜ਼ਰੂਰ ਲੱਗ ਰਿਹਾ ਹੈ, ਜਿਹਦੇ ਕਰਕੇ ਇੱਕ SIT ਜਿਹੜੀ ਹੈਗੀ, 5 ਮੈਂਬਰੀ SIT ਜਿਹੜੀ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਦੇ ਵਿੱਚ ਬਣਾਈ ਗਈ ਹੈ, ਜੋ ਕਿ ਹੁਣ ਪੂਰੇ ਜਿਹੜੇ ਕੰਪਨੀ ਦੇ ਮੈਨੇਜਮੈਂਟਸ ਹੈ, ਜਿਹੜੇ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰੂਗੀ ਕਿ ਆਖਿਰ ਫਿਗਰ ਕਿੰਨੀ ਸੀਗੀ, ਕਿਉਂਕਿ ਤਿੰਨ ਬੈਗ ਸੀਗੇ। ਇੱਕ ਬੈਗ 'ਚ 3 ਕਰੋੜ, ਦੂਜੇ ਬੈਗ 'ਚ 3 ਕਰੋੜ, ਅਤੇ ਤੀਜੇ ਬੈਗ 'ਚ DVR ਵੀ ਸੀਗੀ, ਇਹਨਾਂ ਦਾ ਜਿਹੜਾ ਸਮਾਨ ਲੈ ਕੇ ਆਏ ਸੀਗੇ, ਜਿਹੜਾ ਵੀ ਇਹਨਾਂ ਦਾ ਸਮਾਨ ਸੀਗਾ ਉਹਦੇ ਵਿੱਚ ਉਹ, ਅਤੇ ਬਾਕੀ ਪੈਸਾ, ਯਾਨੀ ਕਿ 3 ਬੈਗ ਲੈ ਕੇ ਗਏ ਨੇ। ਤਾਂ ਫਿਰ 8 ਕਰੋੜ ਕਰੀਬ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈ, ਆਖਿਰ ਕਿੰਨੇ ਪੈਸੇ ਸੀਗੇ? ਇਹ ਬਹੁਤ ਵੱਡਾ ਸਵਾਲ ਇਹਦੇ ਵਿੱਚ ਹੈਗਾ, ਇਸ ਕਰਕੇ ਪੁਲਿਸ ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ। ਬਹੁਤ ਵੱਡੀ ਗੱਲ ਹੈ ਕਿ ਹਾਲਾਂਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ, ਲੇਕਿਨ ਇਹ ਡਾਕੂ ਹਸੀਨਾ ਜਿਹੜੀ ਜ਼ਿਕਰ ਹੋ ਰਿਹਾ, ਜਿਹੜਾ ਫਰਾਰ ਚੱਲ ਰਹੀ ਹੈ। ਸਾਡੇ ਨਾਲ ਜਿਹੜੇ ਲੁਧਿਆਣਾ ਦੇ ਕਮਿਸ਼ਨਰ ਨੇ ਉਹ ਮਨਦੀਪ ਸਿੱਧੂ, ਉਹ ਵੀ ਜੁੜਨਗੇ। ਮਨਦੀਪ ਸਰ, ਇਹਦੇ ਵਿੱਚ ਇੱਕ ਸਵਾਲ ਜਿਹੜਾ ਹੈਗਾ ਬਾਰ ਬਾਰ ਹੋ ਰਿਹਾ ਕਿ ਜਿਹੜੀ ਡਾਕੂ ਹਸੀਨਾ ਉਹ ਇਹਦੇ ਵਿੱਚ ਮਾਸਟਰ ਮਾਈਂਡ ਹੈ ਤੇ ਮਨਜਿੰਦਰ ਹੈਗਾ, ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਕੋਈ ਨਹੀਂ ਹੈ। ਲਗਾਤਾਰ ਪੁਲਿਸ ਟ੍ਰੇਸ ਕਰ ਰਹੀ ਸੀ, ਲਗਾਤਾਰ ਟੈਕਨੀਕਲ ਪੁਆਇੰਟ ਤੇ ਗੱਲਾਂ ਹੋ ਰਹੀ ਸੀ, ਲੇਕਿਨ ਇੱਕ ਫਿਲਮੀ ਸਟਾਈਲ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਥੋਂ ਫਰਾਰ ਹੋ ਗਿਆ ਨਾ। ਇਹਦੇ ਵਿੱਚ ਬਿਲਕੁਲ ਇਹ ਗੱਲ ਕਵਾਂਗੇ, ਇੱਕ ਜਿਹੜੀ ਜਿਹਨੂੰ ਮਨਦੀਪ ਉਰਫ ਮੋਨਾ ਜਿਹੜੀ ਉਹ ਲੜਕੀ ਸੀ, ਉਹ ਤੇ ਉਹਦੇ ਨਾਲ ਜਿਹੜਾ ਕੰਪਨੀ ਦੇ ਵਿੱਚ ਇੰਪਲਾਈ ਸੀ ਪਿਛਲੇ 4 ਸਾਲ ਤੋਂ ਮਨਜਿੰਦਰ, ਇਹਨਾਂ ਨੇ ਆਪਸ ਦੇ ਵਿੱਚ ਪਲਾਨ ਕਰਕੇ ਇਹਨੂੰ ਐਗਜ਼ੀਕਿਊਟ ਕੀਤਾ। ਪਰ ਕਿਉਂ ਪਲਾਨ ਕੀਤਾ, ਇੱਥੇ ਸਵਾਲ ਇਹ ਪੈਦਾ ਹੁੰਦਾ, ਇਹ ਇਸ ਲਈ ਪਲਾਨ ਕੀਤਾ, ਇਹਨਾਂ ਨੇ ਕਿਹਾ ਵੀ ਬਹੁਤ ਹੀ ਲੂਜ਼ ਸੁਰੱਖਿਆ ਇੰਤਜ਼ਾਮ ਹੈ, ਕੈਸ਼ ਨੂੰ ਇਹਨਾਂ ਨੇ ਇਸ ਢੰਗ ਨਾਲ ਡੀਲ ਕਰਦੇ ਆ ਜਿਵੇਂ ਬੱਚੇ ਡੀਲ ਕਰਦੇ ਆ, ਅਤੇ ਇਹਨਾਂ ਨੇ ਇਹਨੂੰ ਕਿਹਾ ਸੌਖੇ ਢੰਗ ਦੇ ਨਾਲ ਲੁੱਟਿਆ ਜਾ ਸਕਦਾ। ਇਹਨਾਂ ਨੇ ਪੂਰੀ ਤਿਆਰੀ ਕਰਕੇ ਆਪਦੇ ਵੱਲੋਂ ਪੂਰੇ ਇਤਿਆਦ ਵਰਤੇ, ਪਰ ਇਹਦੇ ਵਿੱਚ ਕ੍ਰਿਮੀਨਲ ਬਾਕੀਆਂ ਲਈ ਵੀ ਲੈਸਨ ਹੈ। ਇਹਨਾਂ ਨੇ ਕਿਹਾ, ਦਸਾਂ ਨੇ ਪਲਾਨ ਕੀਤਾ ਵੀ ਕੋਈ ਵੀ ਮੋਬਾਈਲ ਉੱਥੇ ਲੈ ਕੇ ਨਹੀਂ ਜਾਣਾ, ਤੇ ਜਦੋਂ ਮੋਬਾਈਲ ਨਹੀਂ ਲੈ ਕੇ ਗਏ ਗਏ, ਸ਼ਾਤਰ ਸੀ ਜਾਂ ਇਹ ਸਮਝਦੇ ਸੀ ਵੀ ਜਾਇਦ ਮੋਬਾਈਲ ਨਹੀਂ ਲੈ ਕੇ ਜਾਂਦੇ, ਪੁਲਿਸ ਮੋਬਾਈਲਾਂ ਤੋਂ ਟਰੇਸ ਕਰ ਲੈਂਦੀ ਹੈ। ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ, ਹਿਊਮਨ ਇੰਟੈਲੀਜੈਂਸ ਹੈ, ਉਹ ਬੜਾ ਵੱਡਾ ਰੋਲ ਅਦਾ ਕਰਦੇ ਆ। ਸਾਡੀਆਂ ਬਹੁਤ ਸਾਰੇ ਵਿੰਗਸ ਹੈ, ਬੜੇ ਸਪੈਸ਼ਲਾਈਜ਼ਡ, ਬੜੇ ਮਾਹਰ ਵਿੰਗ ਹੈ, ਸਾਡੀ ਟੀਮ ਬੜੀ ਕਮਿਟਡ ਹੈ, ਮੋਟੀਵੇਟਡ ਹੈ, ਇਸ ਕਰਕੇ ਅਸੀਂ। ਸਰ, ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਕਿ ਮਨਜਿੰਦਰ ਹੈ ਜਾਂ ਮਨਦੀਪ ਹੈ, ਹੋਰ ਜਿਹੜੇ ਸਾਥੀ ਹੈ, ਕਿੰਨੇ ਦਿਨਾਂ ਤੋਂ ਰੈਕੀ ਕਰ ਰਹੇ ਸੀ, ਪਲੈਨਿੰਗ ਕਿਸ ਤਰ੍ਹਾਂ ਹੋਈ, ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਇਹ ਲਗਭਗ ਜਨਵਰੀ ਤੋਂ ਮਿਲੇ, ਇਹਨਾਂ ਨੇ ਮੁੱਢਲੇ ਤੌਰ 'ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ। ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ, ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ, 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਣੇ ਮੇਨ ਸ਼ਾਮਲ ਹੋਏ ਸੀ, ਜਿਹੜਾ ਮਨੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ, ਅਤੇ ਮਨਦੀਪ, ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ। ਫਿਰ ਇੱਕ ਹੋਰ ਗੱਲ ਵੀ, ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਕਿਉਂਕਿ ਸਨਿਚਰਵਾਰ ਨੂੰ, ਐਤਵਾਰ, ਜਿਹੜਾ ਸੈਕਿੰਡ ਸੈਟਰਡੇ ਅਤੇ 4th Saturday ਬੈਂਕ ਬੰਦ ਹੁੰਦੇ ਹੈ, ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ, ਜਿਹੜਾ ਜਮ੍ਹਾਂ ਕਰਾਉਣਾ ਹੁੰਦਾ। ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ, ਫਰਾਈਡੇ ਰਾਤ ਨੂੰ, ਅਤੇ ਇਹ ਕੰਪਨੀ ਕੋਲ ਜਿਹੜਾ ਕੈਸ਼ ਵੱਡੀ ਮਾਤਰਾ ਦੇ, ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀ, ਕਿਉਂਕਿ ਘਰ ਦਾ ਭੇਤੀ ਸੀ ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਅਦਾ। ਸਰ, ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ? ਨਹੀਂ, ਕੁਛ ਨੌਜਵਾਨ ਹੁੰਦੇ ਆ ਮਿਹਨਤ ਕਰਕੇ, ਤਰੱਕੀ ਕਰਕੇ ਅਮੀਰ ਹੁੰਦੇ ਆ, ਅਤੇ ਕੁਛ ਨੌਜਵਾਨ ਹੈ ਜਿਹੜੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ, ਇਹਨਾਂ ਦੀ ਮੋਟਰ ਸੋਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ, ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਅਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਅਤੇ ਹੁਣ ਕਿਉਂਕਿ ਥੋੜ੍ਹਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ, ਅਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ, ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ, 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ, ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ, ਪਰ ਹਾਂ
ਜਿਵੇਂ ਤੁਸੀਂ ਦੱਸਿਆ ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ, ਉਹ ਕੁਐਸਚਨ ਅਰਾਈਜ਼ ਹੋਣ ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ ਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ ਦੋ ਜਿਹੜੇ ਭੱਜੇ ਆ ਮਨਜਿੰਦਰ, ਜਿਹੜੀ ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਦੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ, ਨਾਲ ਸੀ ਤੇ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ, ਜਿਹੜੀ ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਜਿਹੜੀ ਉਹਨੂੰ ਉਹਦੇ ਵਿੱਚ ਹੈ, ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ, ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ, ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ, ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ, ਕਾਰ ਦੇ ਬੋਨਟ ਦੇ ਉੱਤੇ ਇੱਕ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ ਰੀਲ ਜਿਹੜੀ ਬਣਾਈ, ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ, ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ, ਉਹ ਪੈਸਿਆਂ ਦੀ ਹੁਣੇ ਸਟੋਰੀ। ਠੀਕ ਹੈ, ਤਾਂ ਬਿਲਕੁਲ ਮਨਦੀਪ ਸਿੱਧੂ ਨੇ, ਕਮਿਸ਼ਨਰ ਨੇ, ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ, ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ, ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ ਇਹਦੇ ਵਿੱਚ ਮਾਸਟਰ ਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ, ਪੂਰੀ ਪਲੈਨਿੰਗ ਕੀਤੀ, ਔਰ ਜਨਵਰੀ ਤੋਂ ਹੀ, ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ, ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ। ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ, ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ, ਲੂਪ ਪੋਲਸ ਕੀ ਨੇ, ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ, ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ, ਤੇ ਇਸੇ ਦਾ ਫਾਇਦਾ ਚੁੱਕਿਆ ਗਿਆ, ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜਿਸ਼ ਹੈ ਉਹ ਗੜੀ ਗਈ, ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ, ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ ਲਾਸਟ ਸੈਚਰਡੇ ਸੰਡੇ ਹੁੰਦਾ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਹ ਵਰ ਜਾਂਦਾ, ਕਿਉਂਕਿ ਸੈਚਰਡੇ ਸੰਡੇ ਜਿਹੜਾ ਆਫ ਹੁੰਦਾ, ਇਸ ਕਰਕੇ ATM ਜਾਂ ਬੈਂਕ 'ਚ ਪੈਸਾ ਨਹੀਂ ਪਹੁੰਚਦਾ, ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ, ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ। ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਸੀ, ਔਰ ਲਗਾਤਾਰ ਇੱਕ 20-25 ਦਿਨ ਪਹਿਲਾਂ ਮਿਲੇ ਸੀਗੇ, ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ। ਇੱਕ ਗੱਡੀ, ਕਰੂਜ਼ ਗੱਡੀ ਦੱਸੀ ਜਾ ਰਹੀ ਹੈ, ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ, ਤੇ 2 ਬਾਈਕਾਂ ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ, ਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ? ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ। ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ, ਇਹ ਦੋਵਾਂ ਦੀ ਸਟੋਰੀ, ਇਹ ਡਾਕੂ ਹਸੀਨਾ ਮਨਦੀਪ ਕੌਰ ਤੇ ਇਹਦਾ ਜਿਹੜਾ ਹਸਬੰਡ ਹੈ, ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੰਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ। ਪਹਿਲਾਂ ਰੈਕੀ ਹੋਈ, ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ, ਔਰ 10 ਲੋਕਾਂ ਦੀ ਟੀਮ, ਯਾਨੀ ਕਿ ਇਹ ਜਿਹੜੇ ਡਾਕੂ ਸੀਗੇ, 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ, ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਪੁਲਿਸ ਦੇ 6ਵੇਂ ਜਿਹੜਾ ਐਕਿਊਜ ਜਿਹੜਾ ਦੱਸਿਆ ਜਾ ਰਿਹਾ ਨਰਿੰਦਰ ਸਿੰਘ ਇਹਦੇ ਵਿੱਚ ਕਾਬੂ ਕੀਤਾ ਗਿਆ, ਜਿਹੜਾ 6ਵਾਂ ਐਕਿਊਜ ਹੈ ਹੁਣੇ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ। ਲੇਕਿਨ ਇੱਕ ਵੱਡੀ ਲੁੱਟ ਜਿਹੜੀ ਹੈਗੀ ਹੈ, ਬਹੁਤ ਇੱਕ ਫਿਲਮੀ ਸਟਾਈਲ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿੱਦਾਂ ਸਰ ਨੇ ਵੀ ਦੱਸਿਆ ਕਿ ਇਹ ਪੂਰਾ ਜਿਹੜਾ ਹੈਗਾ ਕਮ ਟਾਈਮ 'ਚ ਕਿੰਨਾ ਜਿਹੜਾ ਕਰੋੜਪਤੀ ਬਣਨ ਦੀ ਜਿਹੜੀ ਖੁਆਈ ਸੀਗੀ ਜਾਂ ਫਿਰ ਸਪਨਾ ਸੀਗਾ ਉਹਨਾਂ ਦਾ, ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 5 ਕਰੋੜ ਦੀ ਇਹਦੇ ਵਿੱਚ ਰਿਕਵਰੀ ਗਗਨ ਹੋ ਚੁੱਕੀ ਹੈ, 5 ਕਰੋੜ ਦੀ। ਲੇਕਿਨ ਦੂਜਾ ਸਵਾਲ ਇੱਕ ਹੋਰ ਖੜਾ ਹੁੰਦਾ, ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ CMS ਹੈ, ਹਾਲਾਂਕਿ ਲੂਪਹੋਲਸ ਕਈ ਨੇ ਉਹਦੇ, ਚਾਹੇ CCTV ਦੀ ਗੱਲ ਹੋਵੇ, ਚਾਹੇ ਅੰਦਰ ਦੇ ਚੈਸ ਸਿਸਟਮ ਦੀ ਗੱਲ ਹੋਵੇ, ਚਾਹੇ ਉਹਨਾਂ ਦੇ ਐਮਰਜੈਂਸੀ ਗੇਟ ਦੀ ਗੱਲ ਹੋਵੇ, ਕਈ ਲੂਪਹੋਲਸ ਉੱਥੇ ਮਿਲੇ ਹੈ। ਲੇਕਿਨ ਦੂਜੇ ਪਾਸੇ ਜਿਹੜੀ ਫਿਗਰ ਦਿੱਤੀ ਗਈ ਹੈ ਕੰਪਨੀ ਦੇ ਜਿਹੜੇ ਮੈਨੇਜਮੈਂਟ ਵੱਲੋਂ, ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੱਕ ਜ਼ਰੂਰ ਲੱਗ ਰਿਹਾ ਹੈ, ਜਿਹਦੇ ਕਰਕੇ ਇੱਕ SIT ਜਿਹੜੀ ਹੈਗੀ, 5 ਮੈਂਬਰੀ SIT ਜਿਹੜੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਦੇ ਵਿੱਚ ਬਣਾਈ ਗਈ ਹੈ, ਜੋ ਕਿ ਹੁਣ ਪੂਰੇ ਜਿਹੜੇ ਕੰਪਨੀ ਦੇ ਮੈਨੇਜਮੈਂਟਸ ਹੈ, ਜਿਹੜੇ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰੂਗੀ ਕਿ ਆਖਿਰ ਫਿਗਰ ਕਿੰਨੀ ਸੀਗੀ, ਕਿਉਂਕਿ ਤਿੰਨ ਬੈਗ ਸੀਗੇ, ਇੱਕ ਬੈਗ 'ਚ 3 ਕਰੋੜ, ਦੂਜੇ ਬੈਗ 'ਚ 3 ਕਰੋੜ, ਅਤੇ ਤੀਜੇ ਬੈਗ 'ਚ DVR ਵੀ ਸੀਗੀ, ਇਹਨਾਂ ਦਾ ਜਿਹੜਾ ਸਮਾਨ ਲੈ ਕੇ ਆਏ ਸੀਗੇ, ਜਿਹੜਾ ਵੀ ਇਹਨਾਂ ਦਾ ਸਮਾਨ ਸੀਗਾ ਉਹਦੇ ਵਿੱਚ ਉਹ, ਅਤੇ ਬਾਕੀ ਪੈਸਾ, ਯਾਨੀ ਕਿ 3 ਬੈਗ ਲੈ ਕੇ ਗਏ ਨੇ, ਤਾਂ ਫਿਰ 8 ਕਰੋੜ 19 ਜਿਹੜਾ 8 ਸਾਢੇ 8 ਕਰੋੜ ਕਰੀਬ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈ।
आखिर किन्ने पैसे सीगे, ये बहुत बड़ा सवाल इहदे विच हैगा। इस करके पुलिस हुण लगातार इहदे विच इन्वेस्टिगेशन कर रही है। बहुत वड्डी गल है कि हालांकि कोई क्रिमिनल बैकग्राउंड नहीं है, लेकिन ये डाकू हसीना जिहड़ी जिक्र हो रहा है, जिहड़ा फरार चल रही है। साडे नाल जिहड़े लुधियाना दे कमिश्नर ने वह मनदीप सिद्धू, वह भी जुड़नगे। मनदीप सर, इहदे विच एक सवाल जिहड़ा हैगा बार बार हो रहा है कि जिहड़ी डाकू हसीना वह ਇਹਦੇ ਵਿੱਚ ਮਾਸਟਰ ਮਾਈਂਡ ਹੈ ਤੇ ਮਨਜਿੰਦਰ ਹੈਗਾ, ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਕੋਈ ਨਹੀਂ ਹੈ। ਲਗਾਤਾਰ ਪੁਲਿਸ ਟਰੇਸ ਕਰ ਰਹੀ ਸੀ, ਲਗਾਤਾਰ ਟੈਕਨੀਕਲ ਪੁਆਇੰਟ ਤੇ ਗੱਲਾਂ ਹੋ ਰਹੀ ਸੀ, ਲੇਕਿਨ ਇੱਕ ਫਿਲਮੀ ਸਟਾਈਲ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਥੋਂ ਫਰਾਰ ਹੋ ਗਿਆ। ਨਾ ਇਹਦੇ ਵਿੱਚ ਬਿਲਕੁਲ ਇਹ ਗੱਲ ਕਵਾਂਗੇ, ਇੱਕ ਜਿਹੜੀ ਜਿਹਨੂੰ ਮਨਦੀਪ ਉਰਫ ਮੋਨਾ ਜਿਹੜੀ ਉਹ ਲੜਕੀ ਸੀ, ਉਹ ਤੇ ਉਹਦੇ ਨਾਲ ਜਿਹੜਾ ਕੰਪਨੀ ਦੇ ਵਿੱਚ ਇੰਪਲਾਈ ਸੀ ਪਿਛਲੇ 4 ਸਾਲ ਤੋਂ ਮਨਜਿੰਦਰ, ਇਹਨਾਂ ਨੇ ਆਪਸ ਦੇ ਵਿੱਚ ਪਲਾਨ ਕਰਕੇ ਇਹਨੂੰ ਐਗਜ਼ੀਕਿਊਟ ਕੀਤਾ। ਪਰ ਕਿਉਂ ਪਲਾਨ ਕੀਤਾ, ਇੱਥੇ ਸਵਾਲ ਇਹ ਪੈਦਾ ਹੁੰਦਾ, ਇਹ ਇਸ ਲਈ ਪਲਾਨ ਕੀਤਾ, ਇਹਨਾਂ ਨੇ ਕਿਹਾ ਵੀ ਬਹੁਤ ਹੀ ਲੂਜ਼ ਸੁਰੱਖਿਆ ਇੰਤਜ਼ਾਮ ਹੈ, ਕੈਸ਼ ਨੂੰ ਇਹਨਾਂ ਨੇ ਇਸ ਢੰਗ ਨਾਲ ਡੀਲ ਕਰਦੇ ਆ ਜਿਵੇਂ ਬੱਚੇ ਡੀਲ ਕਰਦੇ ਆ, ਅਤੇ ਇਹਨਾਂ ਨੇ ਇਹਨੂੰ ਕਿਹਾ ਸੌਖੇ ਢੰਗ ਦੇ ਨਾਲ ਲੁੱਟਿਆ ਜਾ ਸਕਦਾ। ਇਹਨਾਂ ਨੇ ਪੂਰੀ ਤਿਆਰੀ ਕਰਕੇ ਆਪਦੇ ਵੱਲੋਂ ਪੂਰੇ ਇਤਿਆਦ ਵਰਤੇ, ਪਰ ਇਹਦੇ ਵਿੱਚ ਕ੍ਰਿਮੀਨਲ ਬਾਕੀਆਂ ਲਈ ਵੀ ਲੈਸਨ ਹੈ। ਇਹਨਾਂ ਨੇ ਕਿਹਾ ਦਸਾਂ ਨੇ ਪਲਾਨ ਕੀਤਾ ਵੀ ਕੋਈ ਵੀ ਮੋਬਾਈਲ ਉੱਥੇ ਲੈ ਕੇ ਨਹੀਂ ਜਾਣਾ, ਤੇ ਜਦੋਂ ਮੋਬਾਈਲ ਨਹੀਂ ਲੈ ਕੇ ਗਏ ਸ਼ਾਤਰ ਸੀ ਜਾਂ ਇਹ ਸਮਝਦੇ ਸੀ ਵੀ ਜਾਇਦ ਮੋਬਾਈਲ ਨਹੀਂ ਲੈ ਕੇ ਜਾਂਦੇ, ਪੁਲਿਸ ਮੋਬਾਈਲਾਂ ਤੋਂ ਟਰੇਸ ਕਰ ਲੈਂਦੀ ਹੈ। ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹਿਊਮਨ ਇੰਟੈਲੀਜੈਂਸ ਹੈ, ਉਹ ਬੜਾ ਵੱਡਾ ਰੋਲ ਅਦਾ ਕਰਦੇ ਆ। ਸਾਡੀਆਂ ਬਹੁਤ ਸਾਰੇ ਵਿੰਗਸ ਹੈ, ਬੜੇ ਸਪੈਸ਼ਲਾਈਜ਼ਡ ਬੜੇ ਮਾਹਰ ਵਿੰਗ ਹੈ, ਸਾਡੀ ਟੀਮ ਬੜੀ ਕਮਿਟਡ ਹੈ, ਮੋਟੀਵੇਟਡ ਹੈ, ਇਸ ਕਰਕੇ ਅਸੀਂ। ਸਰ, ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਕਿ ਮਨਜਿੰਦਰ ਹੈ ਜਾਂ ਮਨਦੀਪ ਹੈ, ਹੋਰ ਜਿਹੜੇ ਸਾਥੀ ਹੈ, ਕਿੰਨੇ ਦਿਨਾਂ ਤੋਂ ਇਹ ਰੈਕੀ ਕਰ ਰਹੇ ਸੀ, ਪਲੈਨਿੰਗ ਕਿਸ ਤਰ੍ਹਾਂ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਇਹ ਲਗਭਗ ਜਨਵਰੀ ਤੋਂ ਮਿਲੇ, ਇਹਨਾਂ ਨੇ ਮੁੱਢਲੇ ਤੌਰ 'ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ। ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ, ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਾਣੇ ਮੇਨ ਸ਼ਾਮਲ ਹੋਏ ਸੀ, ਜਿਹੜਾ ਮਣੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ ਅਤੇ ਮਨਦੀਪ, ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ। ਫਿਰ ਇੱਕ ਹੋਰ ਗੱਲ ਵੀ, ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਕਿਉਂਕਿ ਸਨਿਚਰਵਾਰ ਨੂੰ ਐਤਵਾਰ ਜਿਹੜਾ ਸੈਕਿੰਡ ਸੈਟਰਡੇ ਅਤੇ 4th ਸੈਟਰਡੇ ਬੈਂਕ ਬੰਦ ਹੁੰਦੇ ਆ, ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ, ਜਿਹੜਾ ਜਮ੍ਹਾਂ ਕਰਾਉਣਾ ਹੁੰਦਾ। ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ ਫਰਾਈਡੇ ਰਾਤ ਨੂੰ, ਅਤੇ ਇਹ ਕੰਪਨੀ ਕੋਲ ਜਿਹੜਾ ਕੈਸ਼ ਵੱਡੀ ਮਾਤਰਾ ਦੇ, ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀ, ਕਿਉਂਕਿ ਘਰ ਦਾ ਭੇਤੀ ਸੀ ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਹੈ। ਸਰ, ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ ਸੀ? ਨਹੀਂ, ਕੁਛ ਨੌਜਵਾਨ ਹੁੰਦੇ ਆ ਮਿਹਨਤ ਕਰਕੇ ਤਰੱਕੀ ਕਰਕੇ ਅਮੀਰ ਹੁੰਦੇ ਆ, ਅਤੇ ਕੁਛ ਨੌਜਵਾਨ ਆ ਜਿਹੜੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ, ਇਹਨਾਂ ਦੀ ਮੋਟੋਸ ਓਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇਖੀ, ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ, ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਅਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਅਤੇ ਹੁਣ ਕਿਉਂਕਿ ਥੋੜ੍ਹਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਅਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ ਗਏ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ, 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ 'ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿੰਦਾ। ਪਰ ਹਾਂ, ਜਿਵੇਂ ਤੁਸੀਂ ਦੱਸਿਆ, ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ, ਉਹ ਕੁਐਸਚਨ ਅਰਾਈਜ਼ ਹੋਣ 'ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ, ਅਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ 2 ਜਿਹੜੇ ਭੱਜੇ ਆ, ਮਨਜਿੰਦਰ ਜਿਹੜੀ ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ, ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਦੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ, ਨਾਲ ਸੀ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ ਜਿਹੜੀ, ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਸੁੰਦਰੀ, ਹਾਂ ਜਿਹੜੀ ਉਹਨੂੰ ਉਹਦੇ
ਦੇ ਵਿੱਚ ਹੈ ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ ਕਾਰ ਦੇ ਬੋਨਟ ਦੇ ਉੱਤੇ ਇੱਕ ਉਹ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ ਰੀਲ ਜਿਹੜੀ ਬਣਾਈ ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ ਉਹ ਪੈਸਿਆਂ ਦੀ ਹੁਣੇ ਸਟੋਰੀ ਠੀਕ ਹੈ ਤੇ ਬਿਲਕੁਲ ਮਨਦੀਪ ਸਿੱਧੂ ਨੇ ਕਮਿਸ਼ਨਰ ਨੇ ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ ਇਹਦੇ ਵਿੱਚ ਮਾਸਟਰ ਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ ਪੂਰੀ ਪਲੈਨਿੰਗ ਕੀਤੀ ਔਰ ਜਨਵਰੀ ਤੋਂ ਹੀ ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ ਲੂਪ ਪੋਲਸ ਕੀ ਨੇ ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ ਤੇ ਇਸੇ ਦਾ ਫਾਇਦਾ ਚੁੱਕਿਆ ਗਿਆ ਇਸੇ ਦਾ ਫਾਇਦਾ ਚੁੱਕਿਆ ਗਿਆ ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜਿਸ਼ ਹੈ ਉਹ ਗੜੀ ਗਈ ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ ਜਿਹੜੀ ਇੱਕ ਅਹਿਮ ਗੱਲ ਜਿਹੜੀ ਦੱਸੀ ਹੈ ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ ਲਾਸਟ ਸੈਚਰਡੇ ਸੰਡੇ ਹੁੰਦਾ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਹ ਵਰ ਜਾਂਦਾ ਕਿਉਂਕਿ ਸੈਚਰਡੇ ਸੰਡੇ ਜਿਹੜਾ ਆਫ ਹੁੰਦਾ ਇਸ ਕਰਕੇ ਏਟੀਐਮ ਜਾਂ ਬੈਂਕ 'ਚ ਪੈਸਾ ਨਹੀਂ ਪਹੁੰਚਦਾ ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਸੀ ਔਰ ਲਗਾਤਾਰ ਇੱਕ 20-25 ਦਿਨ ਪਹਿਲਾਂ ਮਿਲੇ ਸੀਗੇ ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ ਇੱਕ ਗੱਡੀ ਕਰੂਜ਼ ਗੱਡੀ ਦੱਸੀ ਜਾ ਰਹੀ ਹੈ ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ ਤੇ ਦੋ ਬਾਈਕਾਂ ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ ਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ ਇਹ ਦੋਵਾਂ ਦੀ ਸਟੋਰੀ ਇਹ ਡਾਕੂ ਹਸੀਨਾ ਮਨਦੀਪ ਕੌਰ ਤੇ ਇਹਦਾ ਜਿਹੜਾ ਹਸਬੰਡ ਹੈ ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੰਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ ਪਹਿਲਾਂ ਰੈਕੀ ਹੋਈ ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ ਔਰ 10 ਲੋਕਾਂ ਦੀ ਟੀਮ ਯਾਨੀ ਕਿ ਇਹ ਜਿਹੜੇ ਡਾਕੂ ਸੀਗੇ 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹਾਲਾਂਕਿ ਪੁਲਿਸ ਦੇ 6ਵੇਂ ਜਿਹੜਾ ਐਕਿਊਜ਼ ਜਿਹੜਾ ਦੱਸਿਆ ਜਾ ਰਿਹਾ ਨਰਿੰਦਰ ਸਿੰਘ ਇਹਦੇ ਵਿੱਚ ਕਾਬੂ ਕੀਤਾ ਗਿਆ ਜਿਹੜਾ 6ਵਾਂ ਐਕਿਊਜ਼ ਹੈ ਹੁਣੇ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ ਲੇਕਿਨ ਇੱਕ ਵੱਡੀ ਲੁੱਟ ਜਿਹੜੀ ਹੈਗੀ ਹੈ ਬਹੁਤ ਇੱਕ ਫਿਲਮੀ ਸਟਾਈਲ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਿੱਦਾਂ ਸਰ ਨੇ ਵੀ ਦੱਸਿਆ ਕਿ ਇਹ ਪੂਰਾ ਜਿਹੜਾ ਹੈਗਾ ਕਮ ਟਾਈਮ 'ਚ ਕਿੰਨਾ ਜਿਹੜਾ ਕਰੋੜਪਤੀ ਬਣਨ ਦੀ ਜਿਹੜੀ ਖੁਆਈ ਸੀਗੀ ਜਾਂ ਫਿਰ ਸੁਪਨਾ ਸੀਗਾ ਉਹਨਾਂ ਦਾ ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ 5 ਕਰੋੜ ਦੀ ਇਹਦੇ ਵਿੱਚ ਰਿਕਵਰੀ ਗਗਨ ਹੋ ਚੁੱਕੀ ਹੈ 5 ਕਰੋੜ ਦੀ ਲੇਕਿਨ ਦੂਜਾ ਸਵਾਲ ਇੱਕ ਹੋਰ ਖੜਾ ਹੁੰਦਾ ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਜਿਹੜੀ ਸੀਐਮਐਸ ਹੈ ਹਾਲਾਂਕਿ ਲੂਪ ਪੋਲਸ ਕਈ ਨੇ ਉਹਦੇ ਚਾਹੇ ਸੀਸੀਟੀਵੀ ਦੀ ਗੱਲ ਹੋਵੇ ਚਾਹੇ ਅੰਦਰ ਦੇ ਚੈਸ ਸਿਸਟਮ ਦੀ ਗੱਲ ਹੋਵੇ ਚਾਹੇ ਉਹਨਾਂ ਦੇ ਐਮਰਜੈਂਸੀ ਗੇਟ ਦੀ ਗੱਲ ਹੋਵੇ ਕਈ ਲੂਪ ਪੋਲਸ ਉੱਥੇ ਮਿਲੇ ਹੈ ਲੇਕਿਨ ਦੂਜੇ ਪਾਸੇ ਜਿਹੜੀ ਫਿਗਰ ਦਿੱਤੀ ਗਈ ਹੈ ਕੰਪਨੀ ਦੇ ਜਿਹੜੇ ਮੈਨੇਜਮੈਂਟ ਵੱਲੋਂ ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੱਕ ਜ਼ਰੂਰ ਲੱਗ ਰਿਹਾ ਹੈ ਜਿਹਦੇ ਕਰਕੇ ਇੱਕ ਐਸਆਈਟੀ ਜਿਹੜੀ ਹੈਗੀ 5 ਮੈਂਬਰੀ ਐਸਆਈਟੀ ਜਿਹੜੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹਦੇ ਵਿੱਚ ਬਣਾਈ ਗਈ ਹੈ ਜੋ ਕਿ ਹੁਣ ਪੂਰੇ ਜਿਹੜੇ ਕੰਪਨੀ ਦੇ ਮੈਨੇਜਮੈਂਟਸ ਹੈ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰੂਗੀ ਕਿ ਆਖਿਰ ਫਿਗਰ ਕਿੰਨੀ ਸੀਗੀ ਕਿਉਂਕਿ ਤਿੰਨ ਬੈਗ ਸੀਗੇ ਇੱਕ ਬੈਗ 'ਚ 3 ਕਰੋੜ ਦੂਜੇ ਬੈਗ 'ਚ 3 ਕਰੋੜ ਅਤੇ ਤੀਜੇ ਬੈਗ 'ਚ DVR ਵੀ ਸੀਗੀ ਇਹਨਾਂ ਦਾ ਜਿਹੜਾ ਸਮਾਨ ਲੈ ਕੇ ਆਏ ਸੀਗੇ ਜਿਹੜਾ ਵੀ ਇਹਨਾਂ ਦਾ ਸਮਾਨ ਸੀਗਾ ਉਹਦੇ ਵਿੱਚ ਉਹ ਅਤੇ ਬਾਕੀ ਪੈਸਾ ਯਾਨੀ ਕਿ 3 ਬੈਗ ਲੈ ਕੇ ਗਏ ਨੇ ਤਾਂ ਫਿਰ 8 ਕਰੋੜ ਉਨਾ ਜਿਹੜਾ 8.5 ਕਰੋੜ ਕਰੀਬ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈ ਆਖਿਰ ਕਿੰਨੇ ਪੈਸੇ ਸੀਗੇ ਇਹ ਬਹੁਤ ਵੱਡਾ ਸਵਾਲ ਇਹਦੇ ਵਿੱਚ ਹੈਗਾ ਇਸ ਕਰਕੇ ਪੁਲਿਸ ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਬਹੁਤ ਵੱਡੀ ਗੱਲ ਹੈ ਕਿ ਹਾਲਾਂਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਲੇਕਿਨ ਇਹ ਡਾਕੂ ਹਸੀਨਾ ਜਿਹੜੀ ਜ਼ਿਕਰ ਹੋ ਰਿਹਾ ਜਿਹੜਾ ਫਰਾਰ ਚੱਲ ਰਹੀ ਹੈ ਸਾਡੇ ਨਾਲ ਜਿਹੜੇ ਲੁਧਿਆਣਾ ਦੇ ਕਮਿਸ਼ਨਰ ਨੇ ਉਹ ਮਨਦੀਪ ਸਿੱਧੂ ਉਹ ਵੀ ਜੁੜਨਗੇ ਮਨਦੀਪ ਸਰ ਇਹਦੇ ਵਿੱਚ ਇੱਕ ਸਵਾਲ ਜਿਹੜਾ ਹੈਗਾ ਬਾਰ ਬਾਰ ਹੋ ਰਿਹਾ ਕਿ ਜਿਹੜੀ ਡਾਕੂ ਹਸੀਨਾ ਉਹ ਇਹਦੇ ਵਿੱਚ ਮਾਸਟਰ ਮਾਈਂਡ ਹੈ ਤੇ ਮਨਜਿੰਦਰ ਹੈਗਾ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਕੋਈ ਨਹੀਂ ਹੈ ਲਗਾਤਾਰ ਪੁਲਿਸ ਟ੍ਰੇਸ ਕਰ ਰਹੀ ਸੀ ਲਗਾਤਾਰ ਟੈਕਨੀਕਲ ਪੁਆਇੰਟ ਤੇ ਗੱਲਾਂ ਹੋ ਰਹੀ ਸੀ ਲੇਕਿਨ ਇੱਕ ਫਿਲਮੀ ਸਟਾਈਲ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਥੋਂ ਫਰਾਰ ਹੋ ਗਿਆ ਨਾ ਇਹਦੇ ਵਿੱਚ ਬਿਲਕੁਲ ਇਹ ਗੱਲ ਕਵਾਂਗੇ ਇੱਕ ਜਿਹੜੀ ਜਿਹਨੂੰ ਮਨਦੀਪ ਔਰ ਫਮੋਨਾ ਜਿਹੜੀ ਉਹ ਲੜਕੀ ਸੀ ਉਹ ਤੇ ਉਹਦੇ ਨਾਲ ਜਿਹੜਾ ਕੰਪਨੀ ਦੇ ਵਿੱਚ ਇੰਪਲਾਈ ਸੀ ਪਿਛਲੇ 4 ਸਾਲ ਤੋਂ ਮਨਜਿੰਦਰ ਇਹਨਾਂ ਨੇ ਆਪਸ ਦੇ ਵਿੱਚ ਪਲਾਨ ਕਰਕੇ ਇਹਨੂੰ ਐਗਜ਼ੀਕਿਊਟ ਕੀਤਾ ਪਰ ਕਿਉਂ ਪਲਾਨ ਕੀਤਾ ਇੱਥੇ ਸਵਾਲ ਇਹ ਪੈਦਾ ਹੁੰਦਾ ਇਹ ਇਸ ਲਈ ਪਲਾਨ ਕੀਤਾ ਇਹਨਾਂ ਨੇ ਕਿਹਾ ਵੀ ਬਹੁਤ ਹੀ ਲੂਜ਼ ਸੁਰੱਖਿਆ ਇੰਤਜ਼ਾਮ ਹੈ ਕੈਸ਼ ਨੂੰ ਇਹਨਾਂ ਨੇ ਇਸ ਢੰਗ ਨਾਲ ਡੀਲ ਕਰਦੇ ਆ ਜਿਵੇਂ ਬੱਚੇ ਡੀਲ ਕਰਦੇ ਆ
ਪਰ ਇਹਦੇ ਵਿੱਚ ਕ੍ਰਿਮੀਨਲ ਬਾਕੀਆਂ ਲਈ ਵੀ ਲੈਸਨ ਹੈ। ਇਹਨਾਂ ਨੇ ਕਿਹਾ, ਦਸਾਂ ਨੇ ਪਲਾਨ ਕੀਤਾ ਵੀ ਕੋਈ ਵੀ ਮੋਬਾਈਲ ਉੱਥੇ ਲੈ ਕੇ ਨਹੀਂ ਜਾਣਾ, ਤੇ ਜਦੋਂ ਮੋਬਾਈਲ ਨਹੀਂ ਲੈ ਕੇ ਗਏ ਗਏ, ਸ਼ਾਤਰ ਸੀ ਸਰ, ਸ਼ਾਤਰ ਸੀ, ਸ਼ਾਤਰ ਸੀ ਜਾਂ ਇਹ ਸਮਝਦੇ ਸੀ ਵੀ ਜੈਦ ਮੋਬਾਈਲ ਨਹੀਂ ਲੈ ਕੇ ਜਾਂਦੇ, ਪੁਲਿਸ ਮੋਬਾਈਲਾਂ ਤੋਂ ਟਰੇਸ ਕਰ ਲੈਂਦੀ ਹੈ। ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ, ਹਿਊਮਨ ਇੰਟੈਲੀਜੈਂਸ ਹੈ, ਉਹ ਬੜਾ ਵੱਡਾ ਰੋਲ ਅਦਾ ਕਰਦੇ ਆ। ਸਾਡੀਆਂ ਬਹੁਤ ਸਾਰੇ ਵਿੰਗਸ ਹੈ, ਬੜੇ ਸਪੈਸ਼ਲਾਈਜ਼ਡ, ਬੜੇ ਮਾਹਰ ਵਿੰਗ ਹੈ, ਸਾਡੀ ਟੀਮ ਬੜੀ ਕਮਿਟਡ ਹੈ, ਮੋਟੀਵੇਟਡ ਹੈ। ਇਸ ਕਰਕੇ ਅਸੀਂ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਕਿ ਮਨਜਿੰਦਰ ਹੈ ਜਾਂ ਮਨਦੀਪ ਹੈ, ਹੋਰ ਜਿਹੜੇ ਸਾਥੀ ਹੈ, ਕਿੰਨੇ ਦਿਨਾਂ ਤੋਂ ਰੈਕੀ ਕਰ ਰਹੇ ਸੀ, ਪਲੈਨਿੰਗ ਕਿਸ ਤਰ੍ਹਾਂ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਇਹ ਲਗਭਗ ਜਨਵਰੀ ਤੋਂ ਮਿਲੇ, ਇਹਨਾਂ ਨੇ ਮੁੱਢਲੇ ਤੌਰ 'ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ। ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ। ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ, 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਾਣੇ ਮੇਨ ਸ਼ਾਮਿਲ ਹੋਏ ਸੀ, ਜਿਹੜਾ ਮਨੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ ਅਤੇ ਮਨਦੀਪ, ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ। ਫਿਰ ਇੱਕ ਹੋਰ ਗੱਲ ਵੀ, ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਕਿਉਂਕਿ ਸਨਿਚਰਵਾਰ ਨੂੰ, ਐਤਵਾਰ, ਜਿਹੜਾ ਸੈਕਿੰਡ ਸੈਟਰਡੇ ਅਤੇ 4th ਸੈਟਰਡੇ ਬੈਂਕ ਬੰਦ ਹੁੰਦੇ ਆ, ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ, ਜਿਹੜਾ ਜਮ੍ਹਾਂ ਕਰਾਉਣਾ ਹੁੰਦਾ। ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ, ਫਰਾਈਡੇ ਰਾਤ ਨੂੰ, ਅਤੇ ਇਹ ਕੰਪਨੀ ਕੋਲ ਜਿਹੜਾ ਕੈਸ਼ ਵੱਡੀ ਮਾਤਰਾ ਦੇ, ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀ, ਕਿਉਂਕਿ ਘਰ ਦਾ ਭੇਤੀ ਸੀ ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਅਦਾ। ਸਰ ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ? ਨਹੀਂ, ਕੁਛ ਨੌਜਵਾਨ ਹੁੰਦੇ ਆ ਮਿਹਨਤ ਕਰਕੇ, ਤਰੱਕੀ ਕਰਕੇ ਅਮੀਰ ਹੁੰਦੇ ਆ, ਅਤੇ ਕੁਛ ਨੌਜਵਾਨ ਹੈ ਜਿਹੜੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ ਇਹਨਾਂ ਦੀ ਮੋਟਰ ਸੋਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ, ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਅਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਅਤੇ ਹੁਣ ਕਿਉਂਕਿ ਥੋੜ੍ਹਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਅਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ, 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ, ਪਰ ਹਾਂ ਜਿਵੇਂ ਤੁਸੀਂ ਦੱਸਿਆ ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ। ਉਹ ਕੁਐਸਚਨ ਅਰਾਈਜ਼ ਹੋਣ ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ ਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ 2 ਜਿਹੜੇ ਭੱਜੇ ਆ, ਮਨਜਿੰਦਰ, ਜਿਹੜੀ ਮਨਦੀਪ, ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ, ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਦੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ, ਨਾਲ ਸੀ ਤੇ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ, ਜਿਹੜੀ ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਜਿਹੜੀ ਉਹਨੂੰ ਉਹਦੇ ਵਿੱਚ ਹੈ, ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ, ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ, ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ, ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ, ਕਾਰ ਦੇ ਬੋਨਟ ਦੇ ਉੱਤੇ ਇੱਕ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ, ਰੀਲ ਜਿਹੜੀ ਬਣਾਈ, ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ, ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ, ਉਹ ਪੈਸਿਆਂ ਦੀ ਹੁਣੇ ਸਟੋਰੀ। ਠੀਕ ਹੈ, ਤਾਂ ਬਿਲਕੁਲ ਮਨਦੀਪ ਸਿੱਧੂ ਨੇ, ਕਮਿਸ਼ਨਰ ਨੇ, ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ, ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ, ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ ਇਹਦੇ ਵਿੱਚ ਮਾਸਟਰ ਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ, ਪੂਰੀ ਪਲੈਨਿੰਗ ਕੀਤੀ, ਔਰ ਜਨਵਰੀ ਤੋਂ ਹੀ, ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ, ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ। ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ, ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ, ਲੂਪ ਪੋਲਸ ਕੀ ਨੇ, ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ, ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ, ਤੇ ਇਸੇ ਦਾ ਫਾਇਦਾ ਚੁੱਕਿਆ ਗਿਆ, ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜਿਸ਼ ਹੈ ਉਹ ਗੜੀ ਗਈ, ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ, ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ
लास्ट सैटरडे संडे होंदा उहदे विच कैश जिहड़ा हैगा उह वर जांदा क्योंकि सैटरडे संडे जिहड़ा ऑफ होंदा इस करके एटीएम या बैंक च पैसा नहीं पहुंचदा कैश वैना च ही पैसा होंदा जिहड़े भी ऑफिस है उत्थे ही पैसा होंदा और यह वड्डी इहनां दी जिहड़ी हैगी प्लानिंग सी और लगातार एक 20-25 दिन पहला मिले सीगे और मिलन तो बाद डेट जिहड़ी है फाइनल की गई सी कि इस दिन इस पूरी वारदात नूं अंजाम दिता जाएगा एक गड्डी क्रूज गड्डी दसी जा रही है मनजिंदर की गड्डी दसी जा रही है ते दो बाइकां ते सवार होकर सारे उत्थे पहुंचे सी ते कैश वैन कौन लैके गया सीगा कैश वैन लैके गया सीगा मनजिंदर लेकिन इहदे विच बहुत गगन अहम हो जाती है ए स्टोरी ए दोवां दी स्टोरी ए डाकू हसीना मनदीप कौर ते इहदा जिहड़ा हसबंड है इहदे विच बहुत अहम एक कड़ी हो जाती है कि आखिर ये दोवें हसबेंड वाइफ ने मिलकर मनजिंदर नाल ये पूरी वारदात की प्लैनिंग की पहला रैकी हुई रैकी करन तो बाद पूरी प्लैनिंग चलती रही और 10 लोगों की टीम यानी कि ये जिहड़े डाकू सीगे 10 जिहड़े करोड़पति जिहड़े लुटेरे सीगे उन्होंने किस तरह इस पूरी वारदात को अंजाम देने तो बाद पूरा जिहड़ा हैगा ये पूरी लुट की वारदात को अंजाम दिता हालांकि पुलिस ने 6वें जिहड़ा एक्यूज जिहड़ा दस्सिया जा रहा नरिंदर सिंह इहदे विच काबू किया गया जिहड़ा 6वां एक्यूज है हुणे जिहड़ी जानकारी पुलिस ने साझा की है लेकिन एक बड़ी लुट जिहड़ी हैगी बहुत एक फिल्मी स्टाइल दे नाल इस पूरी वारदात नूं अंजाम दिता जिदा सर ने भी दस्या कि यह पूरा जिहड़ा हैगा कम टाइम च किन्ना जिहड़ा करोड़पति बनन की जिहड़ी ख्वाही सीगी या फिर सपना सीगा उन्हां दा और यही कारण सीगा कि उन्होंने पूरी लुट की वारदात नूं अंजाम दिता 5 करोड़ की इहदे विच रिकवरी गगन हो चुकी है 5 करोड़ की लेकिन दूजा सवाल एक होर खड़ा हुंदा है जिहड़ी भी कंपनी ने फिगर दिती है जिहड़ी भी कंपनी ने फिगर दिती है जिहड़ी सीएमएस है हालांकि लूपहोल्स कई ने उहदे चाहे सीसीटीवी की गल होवे चाहे अंदर दे चेस सिस्टम की गल होवे चाहे उन्होंने एमरजेंसी गेट की गल होवे कई लूपहोल्स उत्थे मिले हैं लेकिन दूजे पासे जिहड़ी फिगर दिती गई है कंपनी के जिहड़े मैनेजमेंट वल्लों उत्थे भी किते ना किते जिहड़ा हैगा शक जरूर लग रहा है जिहदे करके एक एसआईटी जिहड़ी हैगी 5 मैंबरी एसआईटी जिहड़ी है स्पैशल इन्वेस्टिगेशन टीम उहदे विच बनाई गई है जो कि हुण पूरे जिहड़े कंपनी के मैनेजमेंट्स हैं जिहड़े लोग ने उन्हां नाल गलबात करूगी कि आखिर फिगर किन्नी सी क्योंकि तीन बैग एक बैग च 3 करोड़ दूजे बैग च 3 करोड़ ते तीजे बैग च डीवीआर भी सी इन्हों का जिहड़ा समान लैके आए थे जिहड़ा भी इन्हों का समान सीगा उहदे विच ओ ते बाकी पैसा यानी कि 3 बैग लैके गए ने तो फिर 8 करोड़ उन्ना जिहड़ा 8.5 करोड़ करीब जिहड़ा हैगा उन्हां दी जिहड़ी कर रहे हैं आखिर किन्ने पैसे सीगे ये बहुत बड़ा सवाल इहदे विच हैगा इस करके पुलिस हुण लगातार इहदे विच इन्वेस्टिगेशन कर रही है बहुत वड्डी गल है कि हालांकि कोई क्रिमिनल बैकग्राउंड नहीं है लेकिन ये डाकू हसीना जिहड़ी जिक्र हो रहा है जिहड़ा फरार चल रही है साडे नाल जिहड़े लुधियाना दे कमिश्नर ने वह मनदीप सिद्धू वह भी जुड़नगे मनदीप सर इहदे विच एक सवाल जिहड़ा हैगा बार बार हो रहा है कि जिहड़ी डाकू हसीना वह इहदे विच मास्टर माइंड है ते मनजिंदर हैगा क्रिमिनल बैकग्राउंड इन्हां दा कोई नहीं है लगातार पुलिस ट्रेस कर रही थी लगातार टेक्निकल पॉइंट ते गल्लां हो रही थी लेकिन एक फिल्मी स्टाइल च पूरी वारदात नूं अंजाम दिता ते इत्थों फरार हो गया ना इहदे विच बिल्कुल ये गल कहांगे एक जिहड़ी जिन्हों मनदीप उर्फ मोना जिहड़ी उह लड़की सी उह ते उहदे नाल जिहड़ा कंपनी दे विच इंप्लॉय सी पिछले 4 साल तों मनजिंदर इन्हां ने आपस दे विच प्लान करके इहनूं एग्जीक्यूट कीता पर क्यों प्लान कीता इत्थे सवाल इह पैदा हुंदा इह इस लई प्लान कीता इन्हां ने कहा भी बहुत ही लूज सुरक्षा इंतजाम है कैश नूं इन्हां ने इस ढंग नाल डील करदे आ जिवें बच्चे डील करदे आ ते इन्हां ने इहनूं कहा सौखे ढंग दे नाल लुट्टिया जा सकदा इन्हां ने पूरी तैयारी करके आपदे वल्लों पूरे एहतियात वरते पर इहदे विच क्रिमिनल बाकियां लई भी लैसन है इन्हां ने कहा दसां ने प्लान कीता भी कोई भी मोबाइल उत्थे लैके नहीं जाना ते जदों मोबाइल नहीं लैके गए गए शातर सी जां इह समझदे सी भी जैद मोबाइल नहीं लैके जांदे पुलिस मोबाइलां तों ट्रेस कर लैंदी है पर इन्हां नूं इह समझणा चाहीदा ह्यूमन इंटैलीजेंस है उह बड़ा वड्डा रोल अदा करदे आ साडियां बहुत सारे विंग्स है बड़े स्पैशलाइज्ड बड़े माहर विंग है ਸਾਡੀ ਟੀਮ ਬੜੀ ਕਮਿਟਿਡ ਹੈ ਮੋਟੀਵੇਟਿਡ ਹੈ ਇਸ ਕਰਕੇ ਅਸੀਂ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆਇਆ ਕਿ ਮਨਜਿੰਦਰ ਹੈ ਜਾਂ ਮਨਦੀਪ ਹੈ ਹੋਰ ਜਿਹੜੇ ਸਾਥੀ ਹੈ ਕਿੰਨੇ ਦਿਨਾਂ ਤੋਂ ਰੈਕੀ ਕਰ ਰਹੇ ਸੀ ਪਲੈਨਿੰਗ ਕਿਸ ਤਰ੍ਹਾਂ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇਹ ਲਗਭਗ ਜਨਵਰੀ ਤੋਂ ਮਿਲੇ ਇਹਨਾਂ ਨੇ ਮੁੱਢਲੇ ਤੌਰ ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ ਹੈ ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਣੇ ਮੇਨ ਸ਼ਾਮਲ ਹੋਏ ਸੀ ਜਿਹੜਾ ਮਨੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ ਅਤੇ ਮਨਦੀਪ ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ ਫਿਰ ਇੱਕ ਹੋਰ ਗੱਲ ਵੀ ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿਉਂਕਿ ਸਨਿਚਰਵਾਰ ਨੂੰ ਐਤਵਾਰ ਜਿਹੜਾ ਸੈਕਿੰਡ ਸੈਟਰਡੇ ਅਤੇ 4th ਸੈਟਰਡੇ ਬੈਂਕ ਬੰਦ ਹੁੰਦੇ ਹੈ ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ ਜਿਹੜਾ ਜਮ੍ਹਾਂ ਕਰਾਉਣਾ ਹੁੰਦਾ ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ ਫਰਾਈਡੇ ਰਾਤ ਨੂੰ ਅਤੇ ਇਹ ਕੰਪਨੀ ਕੋਲੇ ਜਿਹੜਾ ਕੈਸ਼ ਵੱਡੀ ਮਾਤਰਾ ਦੇ ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀਗਾ ਕਿਉਂਕਿ ਘਰ ਦਾ ਭੇਤੀ ਸੀ
ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਅਦਾ। ਸਰ ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ ਸੀ? ਨਹੀਂ, ਕੁਛ ਨੌਜਵਾਨ ਹੁੰਦੇ ਆ ਮਿਹਨਤ ਕਰਕੇ ਤਰੱਕੀ ਕਰਕੇ ਅਮੀਰ ਹੁੰਦੇ ਆ, ਤੇ ਕੁਛ ਨੌਜਵਾਨ ਆ ਜਿਹੜੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ ਸਰ, ਇਹਨਾਂ ਦੀ ਮੋਟਸ ਆਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ। ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਤੇ ਹੁਣ ਕਿਉਂਕਿ ਥੋੜਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ? ਪਹਿਲਾਂ 11 ਕਰੋੜ ਦੀ ਗੱਲ ਕੀਤੀ, 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ। ਪਰ ਹਾਂ, ਜਿਵੇਂ ਤੁਸੀਂ ਦੱਸਿਆ, ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ। ਉਹ ਕੁਐਸਚਨ ਅਰਾਈਜ਼ ਹੋਣ ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ, ਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ ਦੋ ਜਿਹੜੇ ਭੱਜੇ ਆ, ਮਨਜਿੰਦਰ ਜਿਹੜੀ, ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਸ ਤੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਸਰ, ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ। ਨਾਲ ਸੀ ਤੇ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ ਜਿਹੜੀ, ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਸੁੰਦਰੀ, ਹਾਂ ਜਿਹੜੀ ਜਿਹੜੀ ਉਹਨੂੰ ਉਹਦੇ ਵਿੱਚ ਹੈ, ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ, ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ, ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ, ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ, ਕਾਰ ਦੇ ਬੋਨਟ ਦੇ ਉੱਤੇ ਇੱਕ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ, ਰੀਲ ਜਿਹੜੀ ਬਣਾਈ, ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ, ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ, ਉਹ ਪੈਸਿਆਂ ਦੀ ਹੁਣ ਸਟੋਰੀ। ਠੀਕ ਹੈ, ਤੇ ਬਿਲਕੁਲ ਮਨਦੀਪ ਸਿੱਧੂ ਨੇ, ਕਮਿਸ਼ਨਰ ਨੇ, ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ, ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ, ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ, ਇਹਦੇ ਵਿੱਚ ਮਾਸਟਰ ਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ, ਪੂਰੀ ਪਲੈਨਿੰਗ ਕੀਤੀ, ਔਰ ਜਨਵਰੀ ਤੋਂ ਹੀ, ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ, ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ। ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ, ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ, ਲੂਪ ਪੋਲਸ ਕੀ ਨੇ, ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ, ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ, ਤੇ ਇਸੇ ਦਾ ਫਾਇਦਾ ਚੁੱਕਿਆ ਗਿਆ, ਇਸੇ ਦਾ ਫਾਇਦਾ ਚੁੱਕਿਆ ਗਿਆ, ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜਿਸ਼ ਹੈ ਉਹ ਗੜੀ ਗਈ, ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ, ਜਿਹੜੀ ਇੱਕ ਅਹਿਮ ਗੱਲ ਜਿਹੜੀ ਦੱਸੀ ਹੈ ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ ਲਾਸਟ ਸੈਚਰਡੇ ਸੰਡੇ ਹੁੰਦਾ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਹ ਵਰ ਜਾਂਦਾ, ਕਿਉਂਕਿ ਸੈਚਰਡੇ ਸੰਡੇ ਜਿਹੜਾ ਆਫ ਹੁੰਦਾ, ਇਸ ਕਰਕੇ ATM ਜਾਂ ਬੈਂਕ 'ਚ ਪੈਸਾ ਨਹੀਂ ਪਹੁੰਚਦਾ, ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ, ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ, ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਸੀ, ਔਰ ਲਗਾਤਾਰ ਇੱਕ 20-25 ਦਿਨ ਪਹਿਲਾਂ ਮਿਲੇ ਸੀਗੇ, ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ। ਇੱਕ ਗੱਡੀ ਕਰੂਜ਼ ਗੱਡੀ ਦੱਸੀ ਜਾ ਰਹੀ ਹੈ, ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ, ਤੇ 2 ਬਾਈਕਾਂ ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ, ਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ? ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ। ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ, ਇਹ ਦੋਵਾਂ ਦੀ ਸਟੋਰੀ, ਇਹ ਡਾਕੂ ਹਸੀਨਾ ਮਨਦੀਪ ਕੌਰ ਤੇ ਇਹਦਾ ਜਿਹੜਾ ਹਸਬੰਡ ਹੈ, ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੰਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ। ਪਹਿਲਾਂ ਰੈਕੀ ਹੋਈ, ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ, ਔਰ 10 ਲੋਕਾਂ ਦੀ ਟੀਮ, ਯਾਨੀ ਕਿ ਇਹ ਜਿਹੜੇ ਡਾਕੂ ਸੀਗੇ, 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ, ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਪੁਲਿਸ ਦੇ 6ਵੇਂ ਜਿਹੜਾ ਐਕਿਊਜ਼ ਜਿਹੜਾ ਦੱਸਿਆ ਜਾ ਰਿਹਾ ਨਰਿੰਦਰ ਸਿੰਘ ਇਹਦੇ ਵਿੱਚ ਕਾਬੂ ਕੀਤਾ ਗਿਆ, ਜਿਹੜਾ 6ਵਾਂ ਐਕਿਊਜ਼ ਹੈ ਹੁਣੇ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ। ਲੇਕਿਨ ਇੱਕ ਵੱਡੀ ਲੁੱਟ ਜਿਹੜੀ ਹੈਗੀ ਹੈ, ਬਹੁਤ ਇੱਕ ਫਿਲਮੀ ਸਟਾਈਲ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿੱਦਾਂ ਸਰ ਨੇ ਵੀ ਦੱਸਿਆ ਕਿ
ਇਹ ਪੂਰਾ ਜਿਹੜਾ ਹੈਗਾ ਕੰਮ ਟਾਈਮ 'ਚ ਕਿੰਨਾ ਜਿਹੜਾ ਕਰੋੜਪਤੀ ਬਣਨ ਦੀ ਜਿਹੜੀ ਖੁਆਈ ਸੀਗੀ ਜਾਂ ਫਿਰ ਸਪਨਾ ਸੀਗਾ ਉਹਨਾਂ ਦਾ, ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 5 ਕਰੋੜ ਦੀ ਇਹਦੇ ਵਿੱਚ ਰਿਕਵਰੀ ਗਗਨ ਹੋ ਚੁੱਕੀ ਹੈ 5 ਕਰੋੜ ਦੀ। ਲੇਕਿਨ ਦੂਜਾ ਸਵਾਲ ਇੱਕ ਹੋਰ ਖੜਾ ਹੁੰਦਾ, ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ, ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ, ਜਿਹੜੀ CMS ਹੈ, ਹਾਲਾਂਕਿ ਲੂਪ ਹੋਲਸ ਕਈ ਨੇ ਉਹਦੇ, ਚਾਹੇ CCTV ਦੀ ਗੱਲ ਹੋਵੇ, ਚਾਹੇ ਅੰਦਰ ਦੇ ਚੈਸ ਸਿਸਟਮ ਦੀ ਗੱਲ ਹੋਵੇ, ਚਾਹੇ ਉਹਨਾਂ ਦੇ ਐਮਰਜੈਂਸੀ ਗੇਟ ਦੀ ਗੱਲ ਹੋਵੇ, ਕਈ ਲੂਪ ਹੋਲਸ ਉੱਥੇ ਮਿਲੇ ਹੈ। ਲੇਕਿਨ ਦੂਜੇ ਪਾਸੇ ਜਿਹੜੀ ਫਿਗਰ ਦਿੱਤੀ ਗਈ ਹੈ ਕੰਪਨੀ ਦੇ ਜਿਹੜੇ ਮੈਨੇਜਮੈਂਟ ਵੱਲੋਂ, ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੱਕ ਜ਼ਰੂਰ ਲੱਗ ਰਿਹਾ ਹੈ, ਜਿਹਦੇ ਕਰਕੇ ਇੱਕ SIT ਜਿਹੜੀ ਹੈਗੀ, 5 ਮੈਂਬਰੀ SIT ਜਿਹੜੀ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਦੇ ਵਿੱਚ ਬਣਾਈ ਗਈ ਹੈ, ਜੋ ਕਿ ਹੁਣ ਪੂਰੇ ਜਿਹੜੇ ਕੰਪਨੀ ਦੇ ਮੈਨੇਜਮੈਂਟਸ ਹੈ, ਜਿਹੜੇ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰੂਗੀ ਕਿ ਆਖਿਰ ਫਿਗਰ ਕਿੰਨੀ ਸੀਗੀ, ਕਿਉਂਕਿ ਤਿੰਨ ਬੈਗ ਸੀਗੇ। ਇੱਕ ਬੈਗ 'ਚ 3 ਕਰੋੜ, ਦੂਜੇ ਬੈਗ 'ਚ 3 ਕਰੋੜ, ਅਤੇ ਤੀਜੇ ਬੈਗ 'ਚ DVR ਵੀ ਸੀਗੀ, ਇਹਨਾਂ ਦਾ ਜਿਹੜਾ ਸਮਾਨ ਲੈ ਕੇ ਆਏ ਸੀਗੇ, ਜਿਹੜਾ ਵੀ ਇਹਨਾਂ ਦਾ ਸਮਾਨ ਸੀਗਾ ਉਹਦੇ ਵਿੱਚ ਉਹ, ਅਤੇ ਬਾਕੀ ਪੈਸਾ, ਯਾਨੀ ਕਿ 3 ਬੈਗ ਲੈ ਕੇ ਗਏ ਨੇ। ਤਾਂ ਫਿਰ 8 ਕਰੋੜ ਕਰੀਬ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈ, ਆਖਿਰ ਕਿੰਨੇ ਪੈਸੇ ਸੀਗੇ? ਇਹ ਬਹੁਤ ਵੱਡਾ ਸਵਾਲ ਇਹਦੇ ਵਿੱਚ ਹੈਗਾ, ਇਸ ਕਰਕੇ ਪੁਲਿਸ ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ। ਬਹੁਤ ਵੱਡੀ ਗੱਲ ਹੈ ਕਿ ਹਾਲਾਂਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ, ਲੇਕਿਨ ਇਹ ਡਾਕੂ ਹਸੀਨਾ ਜਿਹੜੀ ਜ਼ਿਕਰ ਹੋ ਰਿਹਾ, ਜਿਹੜਾ ਫਰਾਰ ਚੱਲ ਰਹੀ ਹੈ। ਸਾਡੇ ਨਾਲ ਜਿਹੜੇ ਲੁਧਿਆਣਾ ਦੇ ਕਮਿਸ਼ਨਰ ਨੇ ਉਹ ਮਨਦੀਪ ਸਿੱਧੂ, ਉਹ ਵੀ ਜੁੜਨਗੇ। ਮਨਦੀਪ ਸਰ, ਇਹਦੇ ਵਿੱਚ ਇੱਕ ਸਵਾਲ ਜਿਹੜਾ ਹੈਗਾ ਬਾਰ ਬਾਰ ਹੋ ਰਿਹਾ ਕਿ ਜਿਹੜੀ ਡਾਕੂ ਹਸੀਨਾ ਉਹ ਇਹਦੇ ਵਿੱਚ ਮਾਸਟਰ ਮਾਇੰਡ ਹੈ ਤੇ ਮਨਜਿੰਦਰ ਹੈਗਾ, ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਕੋਈ ਨਹੀਂ ਹੈ। ਲਗਾਤਾਰ ਪੁਲਿਸ ਟ੍ਰੇਸ ਕਰ ਰਹੀ ਸੀ, ਲਗਾਤਾਰ ਟੈਕਨੀਕਲ ਪੁਆਇੰਟ ਤੇ ਗੱਲਾਂ ਹੋ ਰਹੀ ਸੀ, ਲੇਕਿਨ ਇੱਕ ਫਿਲਮੀ ਸਟਾਈਲ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਥੋਂ ਫਰਾਰ ਹੋ ਗਿਆ ਨਾ। ਇਹਦੇ ਵਿੱਚ ਬਿਲਕੁਲ ਇਹ ਗੱਲ ਕਵਾਂਗੇ, ਇੱਕ ਜਿਹੜੀ ਜਿਹਨੂੰ ਮਨਦੀਪ ਉਰਫ ਮੋਨਾ ਜਿਹੜੀ ਉਹ ਲੜਕੀ ਸੀ, ਉਹ ਤੇ ਉਹਦੇ ਨਾਲ ਜਿਹੜਾ ਕੰਪਨੀ ਦੇ ਵਿੱਚ ਇੰਪਲਾਈ ਸੀ ਪਿਛਲੇ 4 ਸਾਲ ਤੋਂ ਮਨਜਿੰਦਰ, ਇਹਨਾਂ ਨੇ ਆਪਸ ਦੇ ਵਿੱਚ ਪਲਾਨ ਕਰਕੇ ਇਹਨੂੰ ਐਗਜ਼ੀਕਿਊਟ ਕੀਤਾ। ਪਰ ਕਿਉਂ ਪਲਾਨ ਕੀਤਾ, ਇੱਥੇ ਸਵਾਲ ਇਹ ਪੈਦਾ ਹੁੰਦਾ, ਇਹ ਇਸ ਲਈ ਪਲਾਨ ਕੀਤਾ, ਇਹਨਾਂ ਨੇ ਕਿਹਾ ਵੀ ਬਹੁਤ ਹੀ ਲੂਜ਼ ਸੁਰੱਖਿਆ ਇੰਤਜ਼ਾਮ ਹੈ, ਕੈਸ਼ ਨੂੰ ਇਹਨਾਂ ਨੇ ਇਸ ਢੰਗ ਨਾਲ ਡੀਲ ਕਰਦੇ ਆ ਜਿਵੇਂ ਬੱਚੇ ਡੀਲ ਕਰਦੇ ਆ, ਅਤੇ ਇਹਨਾਂ ਨੇ ਇਹਨੂੰ ਕਿਹਾ ਸੌਖੇ ਢੰਗ ਦੇ ਨਾਲ ਲੁੱਟਿਆ ਜਾ ਸਕਦਾ। ਇਹਨਾਂ ਨੇ ਪੂਰੀ ਤਿਆਰੀ ਕਰਕੇ ਆਪਦੇ ਵੱਲੋਂ ਪੂਰੇ ਇਤਿਆਦ ਵਰਤੇ, ਪਰ ਇਹਦੇ ਵਿੱਚ ਕ੍ਰਿਮੀਨਲ ਬਾਕੀਆਂ ਲਈ ਵੀ ਲੈਸਨ ਹੈ। ਇਹਨਾਂ ਨੇ ਕਿਹਾ, ਦਸਾਂ ਨੇ ਪਲਾਨ ਕੀਤਾ ਵੀ ਕੋਈ ਵੀ ਮੋਬਾਈਲ ਉੱਥੇ ਲੈ ਕੇ ਨਹੀਂ ਜਾਣਾ, ਤੇ ਜਦੋਂ ਮੋਬਾਈਲ ਨਹੀਂ ਲੈ ਕੇ ਗਏ ਸ਼ਾਤਰ ਸੀ ਜਾਂ ਇਹ ਸਮਝਦੇ ਸੀ ਵੀ ਜੈਦ ਮੋਬਾਈਲ ਨਹੀਂ ਲੈ ਕੇ ਜਾਂਦੇ, ਪੁਲਿਸ ਮੋਬਾਈਲਾਂ ਤੋਂ ਟਰੇਸ ਕਰ ਲੈਂਦੀ ਹੈ। ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ, ਹਿਊਮਨ ਇੰਟੈਲੀਜੈਂਸ ਹੈ, ਉਹ ਬੜਾ ਵੱਡਾ ਰੋਲ ਅਦਾ ਕਰਦੇ ਆ। ਸਾਡੀਆਂ ਬਹੁਤ ਸਾਰੇ ਵਿੰਗਸ ਹੈ, ਬੜੇ ਸਪੈਸ਼ਲਾਈਜ਼ਡ, ਬੜੇ ਮਾਹਰ ਵਿੰਗ ਹੈ, ਸਾਡੀ ਟੀਮ ਬੜੀ ਕਮਿਟਡ ਹੈ, ਮੋਟੀਵੇਟਡ ਹੈ, ਇਸ ਕਰਕੇ ਅਸੀਂ। ਸਰ, ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਕਿ ਮਨਜਿੰਦਰ ਹੈ ਜਾਂ ਮਨਦੀਪ ਹੈ, ਹੋਰ ਜਿਹੜੇ ਸਾਥੀ ਹੈ, ਕਿੰਨੇ ਦਿਨਾਂ ਤੋਂ ਰੈਕੀ ਕਰ ਰਹੇ ਸੀ, ਪਲੈਨਿੰਗ ਕਿਸ ਤਰ੍ਹਾਂ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਇਹ ਲਗਭਗ ਜਨਵਰੀ ਤੋਂ ਮਿਲੇ, ਇਹਨਾਂ ਨੇ ਮੁੱਢਲੇ ਤੌਰ 'ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ। ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ, ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ, 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਣੇ ਮੇਨ ਸ਼ਾਮਲ ਹੋਏ ਸੀ, ਜਿਹੜਾ ਮਨੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ, ਅਤੇ ਮਨਦੀਪ, ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ। ਫਿਰ ਇੱਕ ਹੋਰ ਗੱਲ ਵੀ, ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਕਿਉਂਕਿ ਸਨਿਚਰਵਾਰ ਨੂੰ, ਐਤਵਾਰ ਜਿਹੜਾ ਸੈਕਿੰਡ ਸੈਟਰਡੇ ਅਤੇ 4th Saturday ਬੈਂਕ ਬੰਦ ਹੁੰਦੇ ਹੈ, ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ, ਜਿਹੜਾ ਜਮ੍ਹਾਂ ਕਰਾਉਣਾ ਹੁੰਦਾ। ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ, ਫਰਾਈਡੇ ਰਾਤ ਨੂੰ, ਅਤੇ ਇਹ ਕੰਪਨੀ ਕੋਲ ਜਿਹੜਾ ਕੈਸ਼ ਵੱਡੀ ਮਾਤਰਾ ਦੇ, ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀਗਾ, ਕਿਉਂਕਿ ਘਰ ਦਾ ਭੇਤੀ ਸੀ ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਹੈ। ਸਰ, ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ ਸੀ? ਨਹੀਂ, ਕੁਛ ਨੌਜਵਾਨ ਹੁੰਦੇ ਆ ਮਿਹਨਤ ਕਰਕੇ, ਤਰੱਕੀ ਕਰਕੇ ਅਮੀਰ ਹੁੰਦੇ ਆ, ਅਤੇ ਕੁਛ ਨੌਜਵਾਨ ਹੈ ਜਿਹੜੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ, ਇਹਨਾਂ ਦੀ ਮੋਟਸ ਓਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ, ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਅਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਅਤੇ ਹੁਣ ਕਿਉਂਕਿ ਥੋੜ੍ਹਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਅਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ, 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ 'ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿੰਦਾ, ਪਰ ਹਾਂ
ਜਿਵੇਂ ਤੁਸੀਂ ਦੱਸਿਆ ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ, ਉਹ ਕੁਐਸਚਨ ਅਰਾਈਜ਼ ਹੋਣ 'ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ ਅਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ ਦੋ ਜਿਹੜੇ ਭੱਜੇ ਆ ਮਨਜਿੰਦਰ, ਜਿਹੜੀ ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਦੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ, ਨਾਲ ਸੀ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ, ਜਿਹੜੀ ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਜਿਹੜੀ ਉਹਨੂੰ ਉਹਦੇ ਵਿੱਚ ਹੈ, ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ, ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ, ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ, ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ, ਕਾਰ ਦੇ ਬੋਨਟ ਦੇ ਉੱਤੇ ਇੱਕ ਉਹ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ ਰੀਲ ਜਿਹੜੀ ਬਣਾਈ, ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ, ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ, ਉਹ ਪੈਸਿਆਂ ਦੀ ਹੁਣੇ ਸਟੋਰੀ। ਠੀਕ ਹੈ, ਤੇ ਬਿਲਕੁਲ ਮਨਦੀਪ ਸਿੱਧੂ ਨੇ, ਕਮਿਸ਼ਨਰ ਨੇ, ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ, ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ, ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ, ਇਹਦੇ ਵਿੱਚ ਮਾਸਟਰਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ, ਪੂਰੀ ਪਲੈਨਿੰਗ ਕੀਤੀ, ਔਰ ਜਨਵਰੀ ਤੋਂ ਹੀ, ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ, ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ। ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ, ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ, ਲੂਪ ਪੋਲਸ ਕੀ ਨੇ, ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ, ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ, ਤੇ ਇਸੇ ਦਾ ਫਾਇਦਾ ਚੁੱਕਿਆ ਗਿਆ, ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜਿਸ਼ ਹੈ ਉਹ ਗੜੀ ਗਈ, ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ, ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ ਲਾਸਟ ਸੈਚਰਡੇ ਸੰਡੇ ਹੁੰਦਾ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਹ ਵਰ ਜਾਂਦਾ, ਕਿਉਂਕਿ ਸੈਚਰਡੇ ਸੰਡੇ ਜਿਹੜਾ ਆਫ ਹੁੰਦਾ, ਇਸ ਕਰਕੇ ATM ਜਾਂ ਬੈਂਕ 'ਚ ਪੈਸਾ ਨਹੀਂ ਪਹੁੰਚਦਾ, ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ, ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ, ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਸੀ, ਔਰ ਲਗਾਤਾਰ 20-25 ਦਿਨ ਪਹਿਲਾਂ ਮਿਲੇ ਸੀਗੇ, ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ। ਇੱਕ ਗੱਡੀ ਕਰੂਜ਼ ਗੱਡੀ ਦੱਸੀ ਜਾ ਰਹੀ ਹੈ, ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ, ਅਤੇ 2 ਬਾਈਕਾਂ 'ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ, ਅਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ? ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ। ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ, ਇਹ ਦੋਵਾਂ ਦੀ ਸਟੋਰੀ, ਇਹ ਡਾਕੂ ਹਸੀਨਾ ਮਨਦੀਪ ਕੌਰ ਅਤੇ ਇਹਦਾ ਜਿਹੜਾ ਹਸਬੰਡ ਹੈ, ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੰਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ। ਪਹਿਲਾਂ ਰੈਕੀ ਹੋਈ, ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ, ਔਰ 10 ਲੋਕਾਂ ਦੀ ਟੀਮ, ਯਾਨੀ ਕਿ ਇਹ ਜਿਹੜੇ ਡਾਕੂ ਸੀਗੇ, 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ, ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਪੁਲਿਸ ਦੇ 6ਵੇਂ ਜਿਹੜਾ ਐਕਿਊਜ਼ ਜਿਹੜਾ ਦੱਸਿਆ ਜਾ ਰਿਹਾ ਨਰਿੰਦਰ ਸਿੰਘ ਇਹਦੇ ਵਿੱਚ ਕਾਬੂ ਕੀਤਾ ਗਿਆ, ਜਿਹੜਾ 6ਵਾਂ ਐਕਿਊਜ਼ ਹੈ ਹੁਣੇ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ। ਲੇਕਿਨ ਇੱਕ ਵੱਡੀ ਲੁੱਟ ਜਿਹੜੀ ਹੈਗੀ ਹੈ, ਬਹੁਤ ਇੱਕ ਫਿਲਮੀ ਸਟਾਈਲ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿੱਦਾਂ ਸਰ ਨੇ ਵੀ ਦੱਸਿਆ ਕਿ ਇਹ ਪੂਰਾ ਜਿਹੜਾ ਹੈਗਾ ਕਮ ਟਾਈਮ 'ਚ ਕਿੰਨਾ ਜਿਹੜਾ ਕਰੋੜਪਤੀ ਬਣਨ ਦੀ ਜਿਹੜੀ ਖੁਆਈ ਸੀਗੀ ਜਾਂ ਫਿਰ ਸੁਪਨਾ ਸੀਗਾ ਉਹਨਾਂ ਦਾ, ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 5 ਕਰੋੜ ਦੀ ਇਹਦੇ ਵਿੱਚ ਰਿਕਵਰੀ ਗਗਨ ਹੋ ਚੁੱਕੀ ਹੈ 5 ਕਰੋੜ ਦੀ। ਲੇਕਿਨ ਦੂਜਾ ਸਵਾਲ ਇੱਕ ਹੋਰ ਖੜਾ ਹੁੰਦਾ, ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ, ਜਿਹੜੀ CMS ਹੈ, ਹਾਲਾਂਕਿ ਲੂਪ ਪੋਲਸ ਕਈ ਨੇ ਉਹਦੇ, ਚਾਹੇ CCTV ਦੀ ਗੱਲ ਹੋਵੇ, ਚਾਹੇ ਅੰਦਰ ਦੇ ਚੈਸ ਸਿਸਟਮ ਦੀ ਗੱਲ ਹੋਵੇ, ਚਾਹੇ ਉਹਨਾਂ ਦੇ ਐਮਰਜੈਂਸੀ ਗੇਟ ਦੀ ਗੱਲ ਹੋਵੇ, ਕਈ ਲੂਪ ਪੋਲਸ ਉੱਥੇ ਮਿਲੇ ਹੈ। ਲੇਕਿਨ ਦੂਜੇ ਪਾਸੇ ਜਿਹੜੀ ਫਿਗਰ ਦਿੱਤੀ ਗਈ ਹੈ ਕੰਪਨੀ ਦੇ ਜਿਹੜੇ ਮੈਨੇਜਮੈਂਟ ਵੱਲੋਂ, ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੱਕ ਜ਼ਰੂਰ ਲੱਗ ਰਿਹਾ ਹੈ, ਜਿਹਦੇ ਕਰਕੇ ਇੱਕ SIT ਜਿਹੜੀ ਹੈਗੀ, 5 ਮੈਂਬਰੀ SIT ਜਿਹੜੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਦੇ ਵਿੱਚ ਬਣਾਈ ਗਈ ਹੈ, ਜੋ ਕਿ ਹੁਣ ਪੂਰੇ ਜਿਹੜੇ ਕੰਪਨੀ ਦੇ ਮੈਨੇਜਮੈਂਟਸ ਹੈ, ਜਿਹੜੇ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰੂਗੀ ਕਿ ਆਖਿਰ ਫਿਗਰ ਕਿੰਨੀ ਸੀਗੀ, ਕਿਉਂਕਿ ਤਿੰਨ ਬੈਗ ਸੀਗੇ, ਇੱਕ ਬੈਗ 'ਚ 3 ਕਰੋੜ, ਦੂਜੇ ਬੈਗ 'ਚ 3 ਕਰੋੜ, ਅਤੇ ਤੀਜੇ ਬੈਗ 'ਚ DVR ਵੀ ਸੀਗੀ, ਇਹਨਾਂ ਦਾ ਜਿਹੜਾ ਸਮਾਨ ਲੈ ਕੇ ਆਏ ਸੀਗੇ, ਜਿਹੜਾ ਵੀ ਇਹਨਾਂ ਦਾ ਸਮਾਨ ਸੀਗਾ ਉਹਦੇ ਵਿੱਚ ਉਹ, ਅਤੇ ਬਾਕੀ ਪੈਸਾ, ਯਾਨੀ ਕਿ 3 ਬੈਗ ਲੈ ਕੇ ਗਏ ਨੇ, ਤਾਂ ਫਿਰ 8 ਕਰੋੜ 19 ਜਿਹੜਾ 8 ਸਾਢੇ 8 ਕਰੋੜ ਕਰੀਬ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈ।
ਆਖਿਰ ਕਿੰਨੇ ਪੈਸੇ ਸੀਗੇ? ਇਹ ਬਹੁਤ ਵੱਡਾ ਸਵਾਲ ਇਹਦੇ ਵਿੱਚ ਹੈਗਾ, ਇਸ ਕਰਕੇ ਪੁਲਿਸ ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ। ਬਹੁਤ ਵੱਡੀ ਗੱਲ ਹੈ ਕਿ ਹਾਲਾਂਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ, ਲੇਕਿਨ ਇਹ ਡਾਕੂ ਹਸੀਨਾ ਜਿਹੜੀ ਜ਼ਿਕਰ ਹੋ ਰਿਹਾ, ਜਿਹੜਾ ਫਰਾਰ ਚੱਲ ਰਹੀ ਹੈ। ਸਾਡੇ ਨਾਲ ਜਿਹੜੇ ਲੁਧਿਆਣਾ ਦੇ ਕਮਿਸ਼ਨਰ ਨੇ ਉਹ ਮਨਦੀਪ ਸਿੱਧੂ, ਉਹ ਵੀ ਜੁੜਨਗੇ। ਮਨਦੀਪ ਸਰ, ਇਹਦੇ ਵਿੱਚ ਇੱਕ ਸਵਾਲ ਜਿਹੜਾ ਹੈਗਾ ਬਾਰ ਬਾਰ ਹੋ ਰਿਹਾ ਕਿ ਜਿਹੜੀ ਡਾਕੂ ਹਸੀਨਾ ਉਹ ਇਹਦੇ ਵਿੱਚ ਮਾਸਟਰ ਮਾਇੰਡ ਹੈ ਤੇ ਮਨਜਿੰਦਰ ਹੈਗਾ, ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਕੋਈ ਨਹੀਂ ਹੈ। ਲਗਾਤਾਰ ਪੁਲਿਸ ਟ੍ਰੇਸ ਕਰ ਰਹੀ ਸੀ, ਲਗਾਤਾਰ ਟੈਕਨੀਕਲ ਪੁਆਇੰਟ ਤੇ ਗੱਲਾਂ ਹੋ ਰਹੀ ਸੀ, ਲੇਕਿਨ ਇੱਕ ਫਿਲਮੀ ਸਟਾਈਲ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਥੋਂ ਫਰਾਰ ਹੋ ਗਿਆ। ਨਾ ਇਹਦੇ ਵਿੱਚ ਬਿਲਕੁਲ ਇਹ ਗੱਲ ਕਹਾਂਗੇ, ਇੱਕ ਜਿਹੜੀ ਜਿਹਨੂੰ ਮਨਦੀਪ ਉਰਫ ਮੋਨਾ ਜਿਹੜੀ ਉਹ ਲੜਕੀ ਸੀ, ਉਹ ਤੇ ਉਹਦੇ ਨਾਲ ਜਿਹੜਾ ਕੰਪਨੀ ਦੇ ਵਿੱਚ ਇੰਪਲਾਈ ਸੀ ਪਿਛਲੇ 4 ਸਾਲ ਤੋਂ ਮਨਜਿੰਦਰ, ਇਹਨਾਂ ਨੇ ਆਪਸ ਦੇ ਵਿੱਚ ਪਲਾਨ ਕਰਕੇ ਇਹਨੂੰ ਐਗਜ਼ੀਕਿਊਟ ਕੀਤਾ। ਪਰ ਕਿਉਂ ਪਲਾਨ ਕੀਤਾ, ਇੱਥੇ ਸਵਾਲ ਇਹ ਪੈਦਾ ਹੁੰਦਾ, ਇਹ ਇਸ ਲਈ ਪਲਾਨ ਕੀਤਾ, ਇਹਨਾਂ ਨੇ ਕਿਹਾ ਵੀ ਬਹੁਤ ਹੀ ਲੂਜ਼ ਸੁਰੱਖਿਆ ਇੰਤਜ਼ਾਮ ਹੈ, ਕੈਸ਼ ਨੂੰ ਇਹਨਾਂ ਨੇ ਇਸ ਢੰਗ ਨਾਲ ਡੀਲ ਕਰਦੇ ਆ ਜਿਵੇਂ ਬੱਚੇ ਡੀਲ ਕਰਦੇ ਆ, ਤੇ ਇਹਨਾਂ ਨੇ ਇਹਨੂੰ ਕਿਹਾ ਸੌਖੇ ਢੰਗ ਦੇ ਨਾਲ ਲੁੱਟਿਆ ਜਾ ਸਕਦਾ। ਇਹਨਾਂ ਨੇ ਪੂਰੀ ਤਿਆਰੀ ਕਰਕੇ ਆਪਦੇ ਵੱਲੋਂ ਪੂਰੇ ਇਤਿਆਦ ਵਰਤੇ, ਪਰ ਇਹਦੇ ਵਿੱਚ ਕ੍ਰਿਮੀਨਲ ਬਾਕੀਆਂ ਲਈ ਵੀ ਲੈਸਨ ਹੈ। ਇਹਨਾਂ ਨੇ ਕਿਹਾ ਦਸਾਂ ਨੇ ਪਲਾਨ ਕੀਤਾ ਵੀ ਕੋਈ ਵੀ ਮੋਬਾਈਲ ਉੱਥੇ ਲੈ ਕੇ ਨਹੀਂ ਜਾਣਾ, ਤੇ ਜਦੋਂ ਮੋਬਾਈਲ ਨਹੀਂ ਲੈ ਕੇ ਗਏ ਸ਼ਾਤਰ ਸੀ ਜਾਂ ਇਹ ਸਮਝਦੇ ਸੀ ਵੀ ਜੈਦ ਮੋਬਾਈਲ ਨਹੀਂ ਲੈ ਕੇ ਜਾਂਦੇ, ਪੁਲਿਸ ਮੋਬਾਈਲਾਂ ਤੋਂ ਟਰੇਸ ਕਰ ਲੈਂਦੀ ਹੈ। ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹਿਊਮਨ ਇੰਟੈਲੀਜੈਂਸ ਹੈ, ਉਹ ਬੜਾ ਵੱਡਾ ਰੋਲ ਅਦਾ ਕਰਦੇ ਆ। ਸਾਡੀਆਂ ਬਹੁਤ ਸਾਰੇ ਵਿੰਗਸ ਹੈ, ਬੜੇ ਸਪੈਸ਼ਲਾਈਜ਼ਡ, ਬੜੇ ਮਾਹਰ ਵਿੰਗ ਹੈ, ਸਾਡੀ ਟੀਮ ਬੜੀ ਕਮਿਟਡ ਹੈ, ਮੋਟੀਵੇਟਡ ਹੈ, ਇਸ ਕਰਕੇ ਅਸੀਂ। ਸਰ, ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਕਿ ਮਨਜਿੰਦਰ ਹੈ ਜਾਂ ਮਨਦੀਪ ਹੈ, ਹੋਰ ਜਿਹੜੇ ਸਾਥੀ ਹੈ, ਕਿੰਨੇ ਦਿਨਾਂ ਤੋਂ ਰੈਕੀ ਕਰ ਰਹੇ ਸੀ, ਪਲੈਨਿੰਗ ਕਿਸ ਤਰ੍ਹਾਂ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਇਹ ਲਗਭਗ ਜਨਵਰੀ ਤੋਂ ਮਿਲੇ, ਇਹਨਾਂ ਨੇ ਮੁੱਢਲੇ ਤੌਰ 'ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ। ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ, ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਾਣੇ ਮੇਨ ਸ਼ਾਮਲ ਹੋਏ ਸੀ, ਜਿਹੜਾ ਮਣੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ ਅਤੇ ਮਨਦੀਪ, ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ। ਫਿਰ ਇੱਕ ਹੋਰ ਗੱਲ ਵੀ, ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਕਿਉਂਕਿ ਸਨਿਚਰਵਾਰ ਨੂੰ ਐਤਵਾਰ ਜਿਹੜਾ ਸੈਕਿੰਡ ਸੈਟਰਡੇ ਅਤੇ 4th ਸੈਟਰਡੇ ਬੈਂਕ ਬੰਦ ਹੁੰਦੇ ਆ, ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ, ਜਿਹੜਾ ਜਮ੍ਹਾਂ ਕਰਾਉਣਾ ਹੁੰਦਾ। ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ ਫਰਾਈਡੇ ਰਾਤ ਨੂੰ, ਅਤੇ ਇਹ ਕੰਪਨੀ ਕੋਲ ਜਿਹੜਾ ਕੈਸ਼ ਵੱਡੀ ਮਾਤਰਾ ਦੇ, ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀ, ਕਿਉਂਕਿ ਘਰ ਦਾ ਭੇਤੀ ਸੀ ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਅਦਾ। ਸਰ, ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ? ਨਹੀਂ, ਕੁਛ ਨੌਜਵਾਨ ਹੁੰਦੇ ਆ ਮਿਹਨਤ ਕਰਕੇ ਤਰੱਕੀ ਕਰਕੇ ਅਮੀਰ ਹੁੰਦੇ ਆ, ਅਤੇ ਕੁਛ ਨੌਜਵਾਨ ਹੈ ਜਿਹੜੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ, ਇਹਨਾਂ ਦੀ ਮੋਟਸ ਆਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ, ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਅਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਅਤੇ ਹੁਣ ਕਿਉਂਕਿ ਥੋੜ੍ਹਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਅਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ, 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ, ਪਰ ਹਾਂ ਜਿਵੇਂ ਤੁਸੀਂ ਦੱਸਿਆ ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ। ਉਹ ਕੁਐਸਚਨ ਅਰਾਈਜ਼ ਹੋਣ ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ ਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ 2 ਜਿਹੜੇ ਭੱਜੇ ਆ, ਮਨਜਿੰਦਰ ਜਿਹੜੀ ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਦੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਸਰ, ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ। ਨਾਲ ਸੀ ਤੇ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ ਜਿਹੜੀ, ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਸੁੰਦਰੀ, ਹਾਂ ਜਿਹੜੀ ਉਹਨੂੰ ਉਹਦੇ
ਵਿੱਚ ਹੈ ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ ਕਾਰ ਦੇ ਬੋਨਟ ਦੇ ਉੱਤੇ ਇੱਕ ਉਹ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ ਰੀਲ ਜਿਹੜੀ ਬਣਾਈ ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ ਉਹ ਪੈਸਿਆਂ ਦੀ ਹੁਣ ਸਟੋਰੀ ਠੀਕ ਹੈ ਤੇ ਬਿਲਕੁਲ ਮਨਦੀਪ ਸਿੱਧੂ ਨੇ ਕਮਿਸ਼ਨਰ ਨੇ ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ ਇਹਦੇ ਵਿੱਚ ਮਾਸਟਰਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ ਪੂਰੀ ਪਲੈਨਿੰਗ ਕੀਤੀ ਔਰ ਜਨਵਰੀ ਤੋਂ ਹੀ ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ ਲੂਪ ਪੋਲਸ ਕੀ ਨੇ ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ ਤੇ ਇਸੇ ਦਾ ਫਾਇਦਾ ਚੁੱਕਿਆ ਗਿਆ ਇਸੇ ਦਾ ਫਾਇਦਾ ਚੁੱਕਿਆ ਗਿਆ ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜ਼ਿਸ਼ ਹੈ ਉਹ ਗੜੀ ਗਈ ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ ਜਿਹੜੀ ਇੱਕ ਅਹਿਮ ਗੱਲ ਜਿਹੜੀ ਦੱਸੀ ਹੈ ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ ਲਾਸਟ ਸੈਚਰਡੇ ਸੰਡੇ ਹੁੰਦਾ ਹੈ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਹ ਵਰ ਜਾਂਦਾ ਕਿਉਂਕਿ ਸੈਚਰਡੇ ਸੰਡੇ ਜਿਹੜਾ ਆਫ ਹੁੰਦਾ ਇਸ ਕਰਕੇ ਏਟੀਐਮ ਜਾਂ ਬੈਂਕ 'ਚ ਪੈਸਾ ਨਹੀਂ ਪਹੁੰਚਦਾ ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ ਹੈ ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ ਹੈ ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਸੀ ਔਰ ਲਗਾਤਾਰ ਇੱਕ 20-25 ਦਿਨ ਪਹਿਲਾਂ ਮਿਲੇ ਸੀਗੇ ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ ਇੱਕ ਗੱਡੀ ਕਰੂਜ਼ ਗੱਡੀ ਦੱਸੀ ਜਾ ਰਹੀ ਹੈ ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ ਤੇ 2 ਬਾਈਕਾਂ ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ ਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ ਇਹ ਦੋਵਾਂ ਦੀ ਸਟੋਰੀ ਇਹ ਡਾਕੂ ਹਸੀਨਾ ਮਨਦੀਪ ਕੌਰ ਤੇ ਇਹਦਾ ਜਿਹੜਾ ਹਸਬੰਡ ਹੈ ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੰਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ ਪਹਿਲਾਂ ਰੈਕੀ ਹੋਈ ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ ਔਰ 10 ਲੋਕਾਂ ਦੀ ਟੀਮ ਯਾਨੀ ਕਿ ਇਹ ਜਿਹੜੇ ਡਾਕੂ ਸੀਗੇ 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹਾਲਾਂਕਿ ਪੁਲਿਸ ਦੇ 6ਵੇਂ ਜਿਹੜਾ ਐਕਿਊਜ਼ ਜਿਹੜਾ ਦੱਸਿਆ ਜਾ ਰਿਹਾ ਨਰਿੰਦਰ ਸਿੰਘ ਇਹਦੇ ਵਿੱਚ ਕਾਬੂ ਕੀਤਾ ਗਿਆ ਜਿਹੜਾ 6ਵਾਂ ਐਕਿਊਜ਼ ਹੈ ਹੁਣੇ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ ਲੇਕਿਨ ਇੱਕ ਵੱਡੀ ਲੁੱਟ ਜਿਹੜੀ ਹੈਗੀ ਹੈ ਬਹੁਤ ਇੱਕ ਫਿਲਮੀ ਸਟਾਈਲ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਿੱਦਾਂ ਸਰ ਨੇ ਵੀ ਦੱਸਿਆ ਕਿ ਇਹ ਪੂਰਾ ਜਿਹੜਾ ਹੈਗਾ ਕਮ ਟਾਈਮ 'ਚ ਕਿੰਨਾ ਜਿਹੜਾ ਕਰੋੜਪਤੀ ਬਣਨ ਦੀ ਜਿਹੜੀ ਖੁਆਈ ਸੀਗੀ ਜਾਂ ਫਿਰ ਸਪਨਾ ਸੀਗਾ ਉਹਨਾਂ ਦਾ ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ 5 ਕਰੋੜ ਦੀ ਇਹਦੇ ਵਿੱਚ ਰਿਕਵਰੀ ਗਗਨ ਹੋ ਚੁੱਕੀ ਹੈ 5 ਕਰੋੜ ਦੀ ਲੇਕਿਨ ਦੂਜਾ ਸਵਾਲ ਇੱਕ ਹੋਰ ਖੜਾ ਹੁੰਦਾ ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ ਜਿਹੜੀ ਸੀਐਮਐਸ ਹੈ ਹਾਲਾਂਕਿ ਲੂਪ ਪੋਲਸ ਕਈ ਨੇ ਉਹਦੇ ਚਾਹੇ ਸੀਸੀਟੀਵੀ ਦੀ ਗੱਲ ਹੋਵੇ ਚਾਹੇ ਅੰਦਰ ਦੇ ਚੈਸ ਸਿਸਟਮ ਦੀ ਗੱਲ ਹੋਵੇ ਚਾਹੇ ਉਹਨਾਂ ਦੇ ਐਮਰਜੈਂਸੀ ਗੇਟ ਦੀ ਗੱਲ ਹੋਵੇ ਕਈ ਲੂਪ ਪੋਲਸ ਉੱਥੇ ਮਿਲੇ ਹੈ ਲੇਕਿਨ ਦੂਜੇ ਪਾਸੇ ਜਿਹੜੀ ਫਿਗਰ ਦਿੱਤੀ ਗਈ ਹੈ ਕੰਪਨੀ ਦੇ ਜਿਹੜੇ ਮੈਨੇਜਮੈਂਟ ਵੱਲੋਂ ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੱਕ ਜ਼ਰੂਰ ਲੱਗ ਰਿਹਾ ਹੈ ਜਿਹਦੇ ਕਰਕੇ ਇੱਕ ਐਸਆਈਟੀ ਜਿਹੜੀ ਹੈਗੀ 5 ਮੈਂਬਰੀ ਐਸਆਈਟੀ ਜਿਹੜੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹਦੇ ਵਿੱਚ ਬਣਾਈ ਗਈ ਹੈ ਜੋ ਕਿ ਹੁਣ ਪੂਰੇ ਜਿਹੜੇ ਕੰਪਨੀ ਦੇ ਮੈਨੇਜਮੈਂਟਸ ਹੈ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰੂਗੀ ਕਿ ਆਖਿਰ ਫਿਗਰ ਕਿੰਨੀ ਸੀਗੀ ਕਿਉਂਕਿ 3 ਬੈਗ ਸੀਗੇ ਤਿੰਨ ਬੈਗ ਇੱਕ ਬੈਗ 'ਚ 3 ਕਰੋੜ ਦੂਜੇ ਬੈਗ 'ਚ 3 ਕਰੋੜ ਅਤੇ ਤੀਜੇ ਬੈਗ 'ਚ DVR ਵੀ ਸੀਗੀ ਇਹਨਾਂ ਦਾ ਜਿਹੜਾ ਸਮਾਨ ਲੈ ਕੇ ਆਏ ਸੀਗੇ ਜਿਹੜਾ ਵੀ ਇਹਨਾਂ ਦਾ ਸਮਾਨ ਸੀਗਾ ਉਹਦੇ ਵਿੱਚ ਉਹ ਅਤੇ ਬਾਕੀ ਪੈਸਾ ਯਾਨੀ ਕਿ 3 ਬੈਗ ਲੈ ਕੇ ਗਏ ਨੇ ਤਾਂ ਫਿਰ 8 ਕਰੋੜ ਉਨਾ ਜਿਹੜਾ 8.5 ਕਰੋੜ ਕਰੀਬ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈ ਆਖਿਰ ਕਿੰਨੇ ਪੈਸੇ ਸੀਗੇ ਇਹ ਬਹੁਤ ਵੱਡਾ ਸਵਾਲ ਇਹਦੇ ਵਿੱਚ ਹੈਗਾ ਇਸ ਕਰਕੇ ਪੁਲਿਸ ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਬਹੁਤ ਵੱਡੀ ਗੱਲ ਹੈ ਕਿ ਹਾਲਾਂਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਲੇਕਿਨ ਇਹ ਡਾਕੂ ਹਸੀਨਾ ਜਿਹੜੀ ਜ਼ਿਕਰ ਹੋ ਰਿਹਾ ਜਿਹੜਾ ਫਰਾਰ ਚੱਲ ਰਹੀ ਹੈ ਸਾਡੇ ਨਾਲ ਜਿਹੜੇ ਲੁਧਿਆਣਾ ਦੇ ਕਮਿਸ਼ਨਰ ਨੇ ਉਹ ਮਨਦੀਪ ਸਿੱਧੂ ਉਹ ਵੀ ਜੁੜਨਗੇ ਮਨਦੀਪ ਸਰ ਇਹਦੇ ਵਿੱਚ ਇੱਕ ਸਵਾਲ ਜਿਹੜਾ ਹੈਗਾ ਬਾਰ ਬਾਰ ਹੋ ਰਿਹਾ ਕਿ ਜਿਹੜੀ ਡਾਕੂ ਹਸੀਨਾ ਉਹ ਇਹਦੇ ਵਿੱਚ ਮਾਸਟਰ ਮਾਈਂਡ ਹੈ ਤੇ ਮਨਜਿੰਦਰ ਹੈਗਾ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਕੋਈ ਨਹੀਂ ਹੈ ਲਗਾਤਾਰ ਪੁਲਿਸ ਟ੍ਰੇਸ ਕਰ ਰਹੀ ਸੀ ਲਗਾਤਾਰ ਟੈਕਨੀਕਲ ਪੁਆਇੰਟ ਤੇ ਗੱਲਾਂ ਹੋ ਰਹੀ ਸੀ ਲੇਕਿਨ ਇੱਕ ਫਿਲਮੀ ਸਟਾਈਲ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਥੋਂ ਫਰਾਰ ਹੋ ਗਿਆ ਨਾ ਇਹਦੇ ਵਿੱਚ ਬਿਲਕੁਲ ਇਹ ਗੱਲ ਕਵਾਂਗੇ ਇੱਕ ਜਿਹੜੀ ਜਿਹਨੂੰ ਮਨਦੀਪ ਉਰਫ ਮੋਨਾ ਜਿਹੜੀ ਉਹ ਲੜਕੀ ਸੀ ਉਹ ਤੇ ਉਹਦੇ ਨਾਲ ਜਿਹੜਾ ਕੰਪਨੀ ਦੇ ਵਿੱਚ ਇੰਪਲਾਈ ਸੀ ਪਿਛਲੇ 4 ਸਾਲ ਤੋਂ ਮਨਜਿੰਦਰ ਇਹਨਾਂ ਨੇ ਆਪਸ ਦੇ ਵਿੱਚ ਪਲਾਨ ਕਰਕੇ ਇਹਨੂੰ ਐਗਜ਼ੀਕਿਊਟ ਕੀਤਾ ਪਰ ਕਿਉਂ ਪਲਾਨ ਕੀਤਾ ਇੱਥੇ ਸਵਾਲ ਇਹ ਪੈਦਾ ਹੁੰਦਾ ਇਹ ਇਸ ਲਈ ਪਲਾਨ ਕੀਤਾ ਇਹਨਾਂ ਨੇ ਕਿਹਾ ਵੀ ਬਹੁਤ ਹੀ ਲੂਜ਼ ਸੁਰੱਖਿਆ ਇੰਤਜ਼ਾਮ ਹੈ ਕੈਸ਼ ਨੂੰ ਇਹਨਾਂ ਨੇ ਇਸ ਢੰਗ ਨਾਲ ਡੀਲ ਕਰਦੇ ਆ ਜਿਵੇਂ ਬੱਚੇ ਡੀਲ ਕਰ
पर ਇਹਦੇ ਵਿੱਚ ਕ੍ਰਿਮੀਨਲ ਬਾਕੀਆਂ ਵਾਲੇ ਵੀ ਲੈਸਨ ਹੈ। ਇਹਨਾਂ ਨੇ ਕਿਹਾ ਦਸਾਂ ਨੇ ਪਲਾਨ ਕੀਤਾ ਵੀ ਕੋਈ ਵੀ ਮੋਬਾਈਲ ਉੱਥੇ ਲੈ ਕੇ ਨਹੀਂ ਜਾਣਾ, ਤੇ ਜਦੋਂ ਮੋਬਾਈਲ ਨਹੀਂ ਲੈ ਕੇ ਗਏ ਸ਼ਾਤਰ ਸੀ ਜਾਂ ਇਹ ਸਮਝਦੇ ਸੀ ਵੀ ਜਾਇਦ ਮੋਬਾਈਲ ਨਹੀਂ ਲੈ ਕੇ ਜਾਂਦੇ, ਪੁਲਿਸ ਮੋਬਾਈਲਾਂ ਤੋਂ ਟਰੇਸ ਕਰ ਲੈਂਦੀ ਹੈ। ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹਿਊਮਨ ਇੰਟੈਲੀਜੈਂਸ ਹੈ, ਉਹ ਬੜਾ ਵੱਡਾ ਰੋਲ ਅਦਾ ਕਰਦੇ ਆ। ਸਾਡੀਆਂ ਬਹੁਤ ਸਾਰੇ ਵਿੰਗਸ ਹੈ, ਬੜੇ ਸਪੈਸ਼ਲਾਈਜ਼ਡ ਬੜੇ ਮਾਹਰ ਵਿੰਗ ਹੈ, ਸਾਡੀ ਟੀਮ ਬੜੀ ਕਮਿਟਡ ਹੈ, ਮੋਟੀਵੇਟਡ ਹੈ। ਇਸ ਕਰਕੇ ਅਸੀਂ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਕਿ ਮਨਜਿੰਦਰ ਹੈ ਜਾਂ ਮਨਦੀਪ ਹੈ, ਹੋਰ ਜਿਹੜੇ ਸਾਥੀ ਹੈ, ਕਿੰਨੇ ਦਿਨਾਂ ਤੋਂ ਇਹ ਰੈਕੀ ਕਰ ਰਹੇ ਸੀ, ਪਲੈਨਿੰਗ ਕਿਸ ਤਰ੍ਹਾਂ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਇਹ ਲਗਭਗ ਜਨਵਰੀ ਤੋਂ ਮਿਲੇ, ਇਹਨਾਂ ਨੇ ਮੁੱਢਲੇ ਤੌਰ 'ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ। ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ। ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਾਣੇ ਮੇਨ ਸ਼ਾਮਲ ਹੋਏ ਸੀ, ਜਿਹੜਾ ਮਣੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ ਅਤੇ ਮਨਦੀਪ। ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ। ਫਿਰ ਇੱਕ ਹੋਰ ਗੱਲ ਵੀ, ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਕਿਉਂਕਿ ਸਨਿਚਰਵਾਰ ਨੂੰ ਐਤਵਾਰ ਜਿਹੜਾ ਸੈਕਿੰਡ ਸੈਟਰਡੇ ਅਤੇ 4th ਸੈਟਰਡੇ ਬੈਂਕ ਬੰਦ ਹੁੰਦੇ ਆ, ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ, ਜਿਹੜਾ ਜਮ੍ਹਾਂ ਕਰਾਉਣਾ ਹੁੰਦਾ। ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ ਫਰਾਈਡੇ ਰਾਤ ਨੂੰ, ਅਤੇ ਇਹ ਕੰਪਨੀ ਕੋਲ ਜਿਹੜਾ ਕੈਸ਼ ਵੱਡੀ ਮਾਤਰਾ ਦੇ, ਯਾਨੀ ਕਿ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀਗਾ, ਕਿਉਂਕਿ ਘਰ ਦਾ ਭੇਤੀ ਸੀ ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਅਦਾ। ਸਰ ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ ਸੀ? ਨਹੀਂ, ਕੁਝ ਨੌਜਵਾਨ ਹੁੰਦੇ ਆ ਮਿਹਨਤ ਕਰਕੇ ਤਰੱਕੀ ਕਰਕੇ ਅਮੀਰ ਹੁੰਦੇ ਆ, ਅਤੇ ਕੁਝ ਨੌਜਵਾਨ ਆ ਜਿਹੜੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ ਇਹਨਾਂ ਦੀ ਮੋਟੋਸ ਓਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇਖੀ, ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ। ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਅਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਅਤੇ ਹੁਣ ਕਿਉਂਕਿ ਥੋੜ੍ਹਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਅਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ, 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ 'ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿੰਦਾ। ਪਰ ਹਾਂ, ਜਿਵੇਂ ਤੁਸੀਂ ਦੱਸਿਆ, ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ। ਉਹ ਕੁਐਸਚਨ ਅਰਾਈਜ਼ ਹੋਣ 'ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ, ਅਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ 2 ਜਿਹੜੇ ਭੱਜੇ ਆ, ਮਨਜਿੰਦਰ ਜਿਹੜੀ ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ, ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਦੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ। ਨਾਲ ਸੀ ਤੇ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ, ਜਿਹੜੀ ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਜਿਹੜੀ ਉਹਨੂੰ ਉਹਦੇ ਵਿੱਚ ਹੈ, ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ, ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ, ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ, ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ, ਕਾਰ ਦੇ ਬੋਨਟ ਦੇ ਉੱਤੇ ਇੱਕ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ, ਰੀਲ ਜਿਹੜੀ ਬਣਾਈ, ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ, ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ, ਉਹ ਪੈਸਿਆਂ ਦੀ ਹੁਣੇ ਸਟੋਰੀ। ਠੀਕ ਹੈ, ਤਾਂ ਬਿਲਕੁਲ ਮਨਦੀਪ ਸਿੱਧੂ ਨੇ, ਕਮਿਸ਼ਨਰ ਨੇ, ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ, ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ, ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ, ਇਹਦੇ ਵਿੱਚ ਮਾਸਟਰ ਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ, ਪੂਰੀ ਪਲੈਨਿੰਗ ਕੀਤੀ, ਔਰ ਜਨਵਰੀ ਤੋਂ ਹੀ, ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ, ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ। ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ, ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ, ਲੂਪ ਪੋਲਸ ਕੀ ਨੇ, ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ, ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ, ਤੇ ਇਸੇ ਦਾ ਫਾਇਦਾ ਚੁੱਕਿਆ ਗਿਆ, ਇਸੇ ਦਾ ਫਾਇਦਾ ਚੁੱਕਿਆ ਗਿਆ, ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜਿਸ਼ ਹੈ ਉਹ ਗੜੀ ਗਈ, ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ, ਜਿਹੜੀ ਇੱਕ ਅਹਿਮ ਗੱਲ ਜਿਹੜੀ ਦੱਸੀ ਹੈ ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ
ਹੈ ਲਾਸਟ ਸੈਟਰਡੇ ਸੰਡੇ ਹੁੰਦਾ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਹ ਵਰ ਜਾਂਦਾ ਕਿਉਂਕਿ ਸੈਟਰਡੇ ਸੰਡੇ ਜਿਹੜਾ ਆਫ ਹੁੰਦਾ ਇਸ ਕਰਕੇ ਏਟੀਐਮ ਜਾਂ ਬੈਂਕ 'ਚ ਪੈਸਾ ਨਹੀਂ ਪਹੁੰਚਦਾ ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਸੀ ਔਰ ਲਗਾਤਾਰ ਇੱਕ 20-25 ਦਿਨ ਪਹਿਲਾਂ ਮਿਲੇ ਸੀਗੇ ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ ਇੱਕ ਗੱਡੀ ਕਰੂਜ਼ ਗੱਡੀ ਦੱਸੀ ਜਾ ਰਹੀ ਹੈ ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ ਤੇ ਦੋ ਬਾਈਕਾਂ ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ ਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ ਇਹ ਦੋਵਾਂ ਦੀ ਸਟੋਰੀ ਇਹ ਡਾਕੂ ਹਸੀਨਾ ਮਨਦੀਪ ਕੌਰ ਤੇ ਇਹਦਾ ਜਿਹੜਾ ਹਸਬੰਡ ਹੈ ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੰਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ ਪਹਿਲਾਂ ਰੈਕੀ ਹੋਈ ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ ਔਰ 10 ਲੋਕਾਂ ਦੀ ਟੀਮ ਯਾਨੀ ਕਿ ਇਹ ਜਿਹੜੇ ਡਾਕੂ ਸੀਗੇ 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹਾਲਾਂਕਿ ਪੁਲਿਸ ਦੇ 6ਵੇਂ ਜਿਹੜਾ ਐਕਿਊਜ਼ ਜਿਹੜਾ ਦੱਸਿਆ ਜਾ ਰਿਹਾ ਨਰਿੰਦਰ ਸਿੰਘ ਇਹਦੇ ਵਿੱਚ ਕਾਬੂ ਕੀਤਾ ਗਿਆ ਜਿਹੜਾ 6ਵਾਂ ਐਕਿਊਜ਼ ਹੈ ਹੁਣੇ ਜਿਹੜੀ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ ਲੇਕਿਨ ਇੱਕ ਵੱਡੀ ਲੁੱਟ ਜਿਹੜੀ ਹੈਗੀ ਹੈ ਬਹੁਤ ਇੱਕ ਫਿਲਮੀ ਸਟਾਈਲ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਿੱਦਾਂ ਸਰ ਨੇ ਵੀ ਦੱਸਿਆ ਕਿ ਇਹ ਪੂਰਾ ਜਿਹੜਾ ਹੈਗਾ ਕਮ ਟਾਈਮ 'ਚ ਕਿੰਨਾ ਜਿਹੜਾ ਕਰੋੜਪਤੀ ਬਣਨ ਦੀ ਜਿਹੜੀ ਖੁਆਈ ਸੀਗੀ ਜਾਂ ਫਿਰ ਸੁਪਨਾ ਸੀਗਾ ਉਹਨਾਂ ਦਾ ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ 5 ਕਰੋੜ ਦੀ ਇਹਦੇ ਵਿੱਚ ਰਿਕਵਰੀ ਗਗਨ ਹੋ ਚੁੱਕੀ ਹੈ 5 ਕਰੋੜ ਦੀ ਲੇਕਿਨ ਦੂਜਾ ਸਵਾਲ ਇੱਕ ਹੋਰ ਖੜਾ ਹੁੰਦਾ ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਹੈ ਜਿਹੜੀ ਵੀ ਕੰਪਨੀ ਨੇ ਫਿਗਰ ਦਿੱਤੀ ਜਿਹੜੀ ਸੀਐਮਐਸ ਹੈ ਹਾਲਾਂਕਿ ਲੂਪ ਹੋਲਸ ਕਈ ਨੇ ਉਹਦੇ ਚਾਹੇ ਸੀਸੀਟੀਵੀ ਦੀ ਗੱਲ ਹੋਵੇ ਚਾਹੇ ਅੰਦਰ ਦੇ ਚੈਸ ਸਿਸਟਮ ਦੀ ਗੱਲ ਹੋਵੇ ਚਾਹੇ ਉਹਨਾਂ ਦੇ ਐਮਰਜੈਂਸੀ ਗੇਟ ਦੀ ਗੱਲ ਹੋਵੇ ਕਈ ਲੂਪ ਹੋਲਸ ਉੱਥੇ ਮਿਲੇ ਹੈ ਲੇਕਿਨ ਦੂਜੇ ਪਾਸੇ ਜਿਹੜੀ ਫਿਗਰ ਦਿੱਤੀ ਗਈ ਹੈ ਕੰਪਨੀ ਦੇ ਜਿਹੜੇ ਮੈਨੇਜਮੈਂਟ ਵੱਲੋਂ ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼ੱਕ ਜ਼ਰੂਰ ਲੱਗ ਰਿਹਾ ਹੈ ਜਿਹਦੇ ਕਰਕੇ ਇੱਕ ਐਸਆਈਟੀ ਜਿਹੜੀ ਹੈਗੀ 5 ਮੈਂਬਰੀ ਐਸਆਈਟੀ ਜਿਹੜੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹਦੇ ਵਿੱਚ ਬਣਾਈ ਗਈ ਹੈ ਜੋ ਕਿ ਹੁਣ ਪੂਰੇ ਜਿਹੜੇ ਕੰਪਨੀ ਦੇ ਮੈਨੇਜਮੈਂਟਸ ਹੈ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰੂਗੀ ਕਿ ਆਖਿਰ ਫਿਗਰ ਕਿੰਨੀ ਸੀਗੀ ਕਿਉਂਕਿ 3 ਬੈਗ ਸੀਗੇ ਤਿੰਨ ਬੈਗ ਇੱਕ ਬੈਗ 'ਚ 3 ਕਰੋੜ ਦੂਜੇ ਬੈਗ 'ਚ 3 ਕਰੋੜ ਅਤੇ ਤੀਜੇ ਬੈਗ 'ਚ DVR ਵੀ ਸੀਗੀ ਇਹਨਾਂ ਦਾ ਜਿਹੜਾ ਸਮਾਨ ਲੈ ਕੇ ਆਏ ਸੀਗੇ ਜਿਹੜਾ ਵੀ ਇਹਨਾਂ ਦਾ ਸਮਾਨ ਸੀਗਾ ਉਹਦੇ ਵਿੱਚ ਉਹ ਅਤੇ ਬਾਕੀ ਪੈਸਾ ਯਾਨੀ ਕਿ 3 ਬੈਗ ਲੈ ਕੇ ਗਏ ਨੇ ਤਾਂ ਫਿਰ 8 ਕਰੋੜ ਉਨਾ ਜਿਹੜਾ 8.5 ਕਰੋੜ ਕਰੀਬ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈ ਆਖਿਰ ਕਿੰਨੇ ਪੈਸੇ ਸੀਗੇ ਇਹ ਬਹੁਤ ਵੱਡਾ ਸਵਾਲ ਇਹਦੇ ਵਿੱਚ ਹੈਗਾ ਇਸ ਕਰਕੇ ਪੁਲਿਸ ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਬਹੁਤ ਵੱਡੀ ਗੱਲ ਹੈ ਕਿ ਹਾਲਾਂਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਲੇਕਿਨ ਇਹ ਡਾਕੂ ਹਸੀਨਾ ਜਿਹੜੀ ਜ਼ਿਕਰ ਹੋ ਰਿਹਾ ਜਿਹੜਾ ਫਰਾਰ ਚੱਲ ਰਹੀ ਹੈ ਸਾਡੇ ਨਾਲ ਜਿਹੜੇ ਲੁਧਿਆਣਾ ਦੇ ਕਮਿਸ਼ਨਰ ਨੇ ਉਹ ਮਨਦੀਪ ਸਿੱਧੂ ਉਹ ਵੀ ਜੁੜਨਗੇ ਮਨਦੀਪ ਸਰ ਇਹਦੇ ਵਿੱਚ ਇੱਕ ਸਵਾਲ ਜਿਹੜਾ ਹੈਗਾ ਬਾਰ ਬਾਰ ਹੋ ਰਿਹਾ ਕਿ ਜਿਹੜੀ ਡਾਕੂ ਹਸੀਨਾ ਉਹ ਇਹਦੇ ਵਿੱਚ ਮਾਸਟਰ ਮਾਈਂਡ ਹੈ ਤੇ ਮਨਜਿੰਦਰ ਹੈਗਾ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਕੋਈ ਨਹੀਂ ਹੈ ਲਗਾਤਾਰ ਪੁਲਿਸ ਟ੍ਰੇਸ ਕਰ ਰਹੀ ਸੀ ਲਗਾਤਾਰ ਟੈਕਨੀਕਲ ਪੁਆਇੰਟ ਤੇ ਗੱਲਾਂ ਹੋ ਰਹੀ ਸੀ ਲੇਕਿਨ ਇੱਕ ਫਿਲਮੀ ਸਟਾਈਲ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਥੋਂ ਫਰਾਰ ਹੋ ਗਿਆ ਨਾ ਇਹਦੇ ਵਿੱਚ ਬਿਲਕੁਲ ਇਹ ਗੱਲ ਕਵਾਂਗੇ ਇੱਕ ਜਿਹੜੀ ਜਿਹਨੂੰ ਮਨਦੀਪ ਉਰਫ ਮੋਨਾ ਜਿਹੜੀ ਉਹ ਲੜਕੀ ਸੀ ਉਹ ਤੇ ਉਹਦੇ ਨਾਲ ਜਿਹੜਾ ਕੰਪਨੀ ਦੇ ਵਿੱਚ ਇੰਪਲਾਈ ਸੀ ਪਿਛਲੇ 4 ਸਾਲ ਤੋਂ ਮਨਜਿੰਦਰ ਇਹਨਾਂ ਨੇ ਆਪਸ ਦੇ ਵਿੱਚ ਪਲਾਨ ਕਰਕੇ ਇਹਨੂੰ ਐਗਜ਼ੀਕਿਊਟ ਕੀਤਾ ਪਰ ਕਿਉਂ ਪਲਾਨ ਕੀਤਾ ਇੱਥੇ ਸਵਾਲ ਇਹ ਪੈਦਾ ਹੁੰਦਾ ਇਹ ਇਸ ਲਈ ਪਲਾਨ ਕੀਤਾ ਇਹਨਾਂ ਨੇ ਕਿਹਾ ਵੀ ਬਹੁਤ ਹੀ ਲੂਜ਼ ਸੁਰੱਖਿਆ ਇੰਤਜ਼ਾਮ ਹੈ ਕੈਸ਼ ਨੂੰ ਇਹਨਾਂ ਨੇ ਇਸ ਢੰਗ ਨਾਲ ਡੀਲ ਕਰਦੇ ਆ ਜਿਵੇਂ ਬੱਚੇ ਡੀਲ ਕਰਦੇ ਆ ਅਤੇ ਇਹਨਾਂ ਨੇ ਇਹਨੂੰ ਕਿਹਾ ਸੌਖੇ ਢੰਗ ਦੇ ਨਾਲ ਲੁੱਟਿਆ ਜਾ ਸਕਦਾ ਇਹਨਾਂ ਨੇ ਪੂਰੀ ਤਿਆਰੀ ਕਰਕੇ ਆਪਦੇ ਵੱਲੋਂ ਪੂਰੇ ਇਤਿਆਦ ਵਰਤੇ ਪਰ ਇਹਦੇ ਵਿੱਚ ਕ੍ਰਿਮੀਨਲ ਬਾਕੀਆਂ ਲਈ ਵੀ ਲੈਸਨ ਹੈ ਇਹਨਾਂ ਨੇ ਕਿਹਾ ਦਸਾਂ ਨੇ ਪਲਾਨ ਕੀਤਾ ਵੀ ਕੋਈ ਵੀ ਮੋਬਾਈਲ ਉੱਥੇ ਲੈ ਕੇ ਨਹੀਂ ਜਾਣਾ ਤੇ ਜਦੋਂ ਮੋਬਾਈਲ ਨਹੀਂ ਲੈ ਕੇ ਗਏ ਸ਼ਾਤਰ ਸੀ ਜਾਂ ਇਹ ਸਮਝਦੇ ਸੀ ਵੀ ਜੈਦ ਮੋਬਾਈਲ ਨਹੀਂ ਲੈ ਕੇ ਜਾਂਦੇ ਪੁਲਿਸ ਮੋਬਾਈਲਾਂ ਤੋਂ ਟਰੇਸ ਕਰ ਲੈਂਦੀ ਹੈ ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹਿਊਮਨ ਇੰਟੈਲੀਜੈਂਸ ਹੈ ਉਹ ਬੜਾ ਵੱਡਾ ਰੋਲ ਅਦਾ ਕਰਦੇ ਆ ਸਾਡੀਆਂ ਬਹੁਤ ਸਾਰੇ ਵਿੰਗਸ ਹੈ ਬੜੇ ਸਪੈਸ਼ਲਾਈਜ਼ਡ ਬੜੇ ਮਾਹਰ ਵਿੰਗ ਹੈ ਸਾਡੀ ਟੀਮ ਬੜੀ ਕਮਿਟਡ ਹੈ ਮੋਟੀਵੇਟਡ ਹੈ ਇਸ ਕਰਕੇ ਅਸੀਂ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆਇਆ ਕਿ ਮਨਜਿੰਦਰ ਹੈ ਜਾਂ ਮਨਦੀਪ ਹੈ ਹੋਰ ਜਿਹੜੇ ਸਾਥੀ ਹੈ ਕਿੰਨੇ ਦਿਨਾਂ ਤੋਂ ਰੈਕੀ ਕਰ ਰਹੇ ਸੀ ਪਲੈਨਿੰਗ ਕਿਸ ਤਰ੍ਹਾਂ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇਹ ਲਗਭਗ ਜਨਵਰੀ ਤੋਂ ਮਿਲੇ ਇਹਨਾਂ ਨੇ ਮੁੱਢਲੇ ਤੌਰ ਤੇ ਤਿਆਰੀ ਕਰ ਲਈ ਜਿਹੜੀ ਵੀ ਇਵੇਂ ਕੀਤਾ ਜਾ ਸਕਦਾ ਫਿਰ ਕਈ ਮੀਟਿੰਗਾਂ 'ਚ ਡਿਸਕਸ ਹੋਇਆ ਲਾਸਟ ਜਿਹੜੀ ਇਦੋਂ ਮਹੀਨਾ ਕੁ ਪਹਿਲਾਂ 20 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ 5 ਜਣੇ ਮੇਨ ਸ਼ਾਮਲ ਹੋਏ ਸੀ ਜਿਹੜਾ ਮਨੀ ਅਤੇ ਉਹਦੇ ਵਿੱਚੋਂ 2 ਜਿਹੜੇ ਅਸੀਂ ਅਰੈਸਟ ਕੀਤੇ ਹੋਏ ਉਹ ਅਤੇ ਮਨਦੀਪ ਇਹਨਾਂ ਨੇ ਬਹਿ ਕੇ ਫਾਈਨਲ ਪਲਾਨ ਕੀਤਾ ਵੀ ਇਸ ਤਰੀਕ ਨੂੰ ਆਪਾਂ ਇੱਥੇ ਮਿਲਾਂਗੇ ਫਿਰ ਇੱਕ ਹੋਰ ਗੱਲ ਵੀ ਇਹ ਜਿਹੜਾ ਸ਼ੁੱਕਰਵਾਰ ਦੀ ਰਾਤ ਨੂੰ ਕਿਉਂ ਯੂਜ਼ ਕੀਤਾ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿਉਂਕਿ ਸਨਿਚਰਵਾਰ ਨੂੰ ਐਤਵਾਰ ਜਿਹੜਾ ਸੈਕਿੰਡ ਸੈਟਰਡੇ ਅਤੇ 4th ਸੈਟਰਡੇ ਬੈਂਕ ਬੰਦ ਹੁੰਦੇ ਹੈ ਉਸ ਦਿਨ ਮੈਕਸੀਮਮ ਕੈਸ਼ ਹੈ ਜਿਹੜਾ ਡਿਪੋਜ਼ਿਟ ਕਰਨਾ ਹੁੰਦਾ ਜਿਹੜਾ ਜਮ੍ਹਾਂ ਕਰਾਉਣਾ ਹੁੰਦਾ ਇਹਨਾਂ ਨੂੰ ਇਹ ਪਤਾ ਸੀ ਵੀ ਸੈਕਿੰਡ ਸੈਟਰਡੇ ਨੂੰ ਆਪਾਂ ਕਰਾਂਗੇ ਫਰਾਈਡੇ ਰਾਤ ਨੂੰ ਅਤੇ ਇਹ ਕੰਪਨੀ ਕੋਲ ਜਿਹੜਾ ਕੈਸ਼ ਵੱਡੀ ਮਾਤਰਾ ਦੇ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਪਤਾ ਸੀ ਕਿਉਂਕਿ ਘਰ ਦਾ ਭੇਤੀ
ਤੇ ਲੰਕਾ ਨੂੰ ਢਾਉਣ ਦੇ ਵਿੱਚ ਉਹਦਾ ਹੀ ਮੇਜਰ ਰੋਲ ਅਦਾ। ਸਰ ਕੋਈ ਕ੍ਰਾਈਮ ਸਟੋਰੀ ਦੇਖੀ ਸੀ ਇਹਨਾਂ ਨੇ ਜਾਂ ਕੋਈ ਫਿਲਮ ਸੀਰੀਜ਼ ਦੇਖੀ ਸੀ ਇਹਨਾਂ ਨੇ, ਪੂਰਾ ਪਲੈਨਿੰਗ ਕੀਤੀ ਸੀ? ਨਹੀਂ, ਕੁਛ ਨੌਜਵਾਨ ਹੁੰਦੇ ਆ ਮਿਹਨਤ ਕਰਕੇ ਤਰੱਕੀ ਕਰਕੇ ਅਮੀਰ ਹੁੰਦੇ ਆ, ਤੇ ਕੁਛ ਨੌਜਵਾਨ ਆ ਜਿਹੜੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸਿਰਜ ਲੈਂਦੇ ਆ। ਇਹ ਮੈਨੂੰ ਲੱਗਦਾ ਉਹ ਭੜਕੇ ਨੌਜਵਾਨ ਸੀ ਜਿਨ੍ਹਾਂ ਨੇ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਸਿਰਜਿਆ ਸੀ। ਸੇਵਾ ਵੀ ਅਕਿਊਜ਼ ਫੜ ਲਿਆ ਗਿਆ। ਸਰ ਇਹਨਾਂ ਦੀ ਮੋਟਿਵ ਆਪਰੈਂਡੀ ਕੀ, ਮਤਲਬ ਇਸ ਤਰ੍ਹਾਂ ਦੀ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਸ ਤਰ੍ਹਾਂ ਇਹਨਾਂ ਨੇ ਅੱਗੇ ਡਿਵਾਈਡ ਕਰਨਾ ਸੀਗਾ, ਕਿਸ ਤਰ੍ਹਾਂ ਦੀ? ਨਹੀਂ, ਇਹਨਾਂ ਨੇ ਇਹ ਕਿਹਾ ਸੀ ਬਰਾਬਰ ਦਾ ਹਿੱਸਾ, ਇਹਨਾਂ ਨੇ ਬਾਕੀ ਬੰਦਿਆਂ ਨੂੰ ਮੋਟੀਵੇਟ ਕਰਨ ਲਈ ਪਹਿਲਾਂ ਇਹਨਾਂ ਨੇ ਕਿਹਾ ਸਾਡਾ ਹਿੱਸਾ ਜ਼ਿਆਦਾ, ਤੇ ਜਦੋਂ ਦੂਜਿਆਂ ਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਸਭ ਨੂੰ ਬਰਾਬਰ ਹਿੱਸਾ ਦਿੱਤਾ ਜਾਊਗਾ। ਤੇ ਹੁਣ ਕਿਉਂਕਿ ਥੋੜਾ ਜਿਹਾ ਪੈਸਾ ਕਿੰਨਾ ਸੀ ਉਹਦੇ ਬਾਰੇ ਸਾਨੂੰ ਕੰਪਨੀ ਵੱਲੋਂ ਵੀ ਤੇ ਜਿਹੜਾ ਫੜਿਆ ਗਿਆ ਮਨਜਿੰਦਰ ਵੱਲੋਂ ਕੁਛ ਕੁ ਸ਼ੰਕਾ, ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਝੂਠਾ, ਪਰ ਸ਼ੰਕੇ ਬਹੁਤ ਖੜੇ ਹੋ। ਇੱਕ ਸਵਾਲ ਹੋਰ ਹੈ ਸਰ, ਕਿਤੇ ਨਾ ਕਿਤੇ ਕੰਪਨੀ ਨੇ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ 11 ਕਰੋੜ ਦੀ ਗੱਲ ਕੀਤੀ 70 ਲੱਖ ਦੀ, ਉਸ ਤੋਂ ਬਾਅਦ ਜਿਹੜਾ ਡਿਫਰੈਂਸ ਆਇਆ ਕਾਫੀ ਵੱਡਾ ਡਿਫਰੈਂਸ ਹੈ। ਇਹ ਸਧਾਰਨ ਤੌਰ ਤੇ ਕਿਹਾ ਜਾਵੇ ਤਾਂ ਮੈਂ ਇਹਨੂੰ ਕਿਸੇ ਨੂੰ, ਕਿਉਂਕਿ ਪੁਲਿਸ ਅਫਸਰ ਤੱਥਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ, ਪਰ ਹਾਂ ਜਿਵੇਂ ਤੁਸੀਂ ਦੱਸਿਆ ਇੱਕ ਕੁਐਸਚਨ ਤਾਂ ਅਰਾਈਜ਼ ਹੋ ਗਿਆ। ਉਹ ਕੁਐਸਚਨ ਅਰਾਈਜ਼ ਹੋਣ ਤੇ ਅਸੀਂ ਸੀਨੀਅਰ 5 ਮੈਂਬਰਾਂ ਦੀ ਜਿਹੜੀ ਟੀਮ ਬਣਾ ਦਿੱਤੀ ਹੈ ਉਹਨੂੰ ਬੜੀ ਡੂੰਘਾਈ ਨਾਲ ਕਰਾਂਗੇ ਤੇ ਅਸੀਂ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦਾਂਗੇ। ਉਹ ਉਹਨਾਂ ਦੇ ਦੋ ਜਿਹੜੇ ਭੱਜੇ ਆ, ਮਨਜਿੰਦਰ ਜਿਹੜੀ, ਮਨਦੀਪ ਜਿਹੜੀ ਲੜਕੀ ਹੈ ਮੋਨਾ, ਉਹਦਾ ਅਸੀਂ LOC ਜਾਰੀ ਕਰਾਤਾ ਕਿਤੇ ਕਿ ਆਪਣੇ ਦੇਸ਼ ਛੱਡ ਕੇ ਨਾ ਚਲੀ ਜਾ। ਉਦੋਂ ਪਹਿਲਾਂ ਕਿਤੇ ਚਲੀ ਗਈ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਹੁਣ ਅਸੀਂ ਉਹ ਏਅਰਪੋਰਟਸ ਨੂੰ ਵੀ ਸਚੇਤ। ਇੱਕ ਤਸਵੀਰ ਤੁਸੀਂ ਸਾਂਝਾ ਕੀਤੀ ਹੈ ਸਾਡੇ ਨਾਲ, ਇਹ ਵਾਲੀ, ਇਹ ਹਸਬੰਡ ਹੈ, ਇਹਦਾ ਕੀ ਰੋਲ ਹੈ ਇਹਦੇ ਵਿੱਚ? ਇਹ ਉਸ ਦਿਨ ਵਾਰਦਾਤ ਦੇ ਵਿੱਚ ਇਹਦੇ ਨਾਲ ਸੀਗਾ, ਨਾਲ ਸੀ ਤੇ ਇਹਨੂੰ ਸਾਰਾ ਪਤਾ ਸੀਗਾ? ਨਹੀਂ, ਇਹਨੂੰ ਸਾਰਾ ਪਲੈਨਿੰਗ ਦੇ ਵਿੱਚ ਨਾਲ ਸੀ। ਇਹ ਲੜਕੀ ਦੀ ਜਿਹੜੀ ਫੋਟੋ ਹੈ ਮੋਨਾ ਜਿਹੜੀ, ਇਹ ਉਹ ਹੈ ਜਿਹੜੀ ਡਾਕੂ ਜਿਹਨੂੰ ਸੁੰਦਰੀ ਦਾ, ਹਾਂ ਜਿਹੜੀ ਉਹਨੂੰ ਉਹਦੇ ਵਿੱਚ ਹੈ, ਤੇ ਉਹਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਹਸਬੰਡ ਵਾਈਫ ਦੀਆਂ ਤਸਵੀਰਾਂ। ਇੱਕ ਅਹਿਮ ਗੱਲ ਤੁਸੀਂ ਕੀਤੀ ਕਿ ਇੰਸਟਾ ਤੇ ਜਿਹੜੀ ਡਾਕੂ ਸੀ ਨਾ ਉਹਦੇ ਬ੍ਰਦਰ ਨੇ ਨੋਟਾਂ ਦਾ ਬੈਗ ਲੈ ਕੇ ਜਿਹੜਾ, ਨਹੀਂ ਉਹਨੇ ਕਾਰ ਦੇ ਬੋਨਟ ਤੇ ਰੱਖ ਕੇ, ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ, ਕਾਰ ਦੇ ਬੋਨਟ ਦੇ ਉੱਤੇ ਇੱਕ ਉਹ 500 ਦੇ ਨੋਟਾਂ ਦਾ ਉਹ ਰੱਖ ਕੇ ਇੱਕ ਛੋਟੀ ਜਿਹੀ ਸਟੋਰੀ ਹੈ 15 ਸਕਿੰਟ ਦੀ ਰੀਲ ਜਿਹੜੀ ਬਣਾਈ, ਹਾਂ ਰੀਲ ਬਣਾ ਕੇ ਉਹ ਪੋਸਟ ਕੀਤੀ ਵੀ ਹੈ, ਕਿਉਂਕਿ ਨਵੇਂ ਪੈਸੇ ਆਉਂਦੇ ਕਈ ਵਾਰੀ ਟਿਕਿਆ ਨਹੀਂ ਜਾਂਦਾ, ਉਹ ਪੈਸਿਆਂ ਦੀ ਹੁਣੇ ਸਟੋਰੀ। ਠੀਕ ਹੈ, ਤੇ ਬਿਲਕੁਲ ਮਨਦੀਪ ਸਿੱਧੂ ਨੇ, ਕਮਿਸ਼ਨਰ ਨੇ, ਉਹਨਾਂ ਨੇ ਇੱਕ ਇੱਕ ਪੁਆਇੰਟ ਤੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋਇਆ, ਕਿਸ ਤਰ੍ਹਾਂ ਇਹ ਪੁਲਿਸ ਇਹਨਾਂ ਤੱਕ ਪਹੁੰਚੀ ਹੈ, ਔਰ ਇੱਕ ਜਿਹੜੀ ਮਨਦੀਪ ਦੱਸੀ ਜਾ ਰਹੀ ਹੈ ਇਹਦੇ ਵਿੱਚ ਮਾਸਟਰ ਮਾਈਂਡ ਜਿਹੜਾ ਮਨਜਿੰਦਰ ਹੈ ਉਹਦੇ ਨਾਲ ਮਿਲ ਕੇ ਇਹਨੇ ਹੀ ਪੂਰਾ ਪਲਾਨ ਕੀਤਾ, ਪੂਰੀ ਪਲੈਨਿੰਗ ਕੀਤੀ, ਔਰ ਜਨਵਰੀ ਤੋਂ ਹੀ, ਜਿੱਦਾਂ ਗਗਨ ਸਰ ਨੇ ਦੱਸਿਆ ਕਿ ਜਨਵਰੀ ਤੋਂ ਹੀ ਲਗਾਤਾਰ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਚੱਲ ਰਹੀ ਸੀ, ਕਿਉਂਕਿ ਮਨਜਿੰਦਰ ਬਹੁਤ ਸਾਰੀ ਚੀਜ਼ਾਂ ਇਹਦੇ ਬਾਰੇ ਜਾਣਦਾ ਸੀਗਾ। ਮਨਜਿੰਦਰ ਇਹ ਵੀ ਜਾਣਦਾ ਸੀ ਕਿ ਇਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਪਲੈਨਿੰਗ ਹੋ ਸਕਦੀ ਹੈ, ਕਿਸ ਤਰ੍ਹਾਂ ਉਹਨਾਂ ਦੀ ਕਮਜ਼ੋਰੀ ਹੈ, ਲੂਪ ਪੋਲਸ ਕੀ ਨੇ, ਜਿਹੜੀ ਕੰਪਨੀ ਹੈਗੀ ਹੈ ਉਹਦਾ ਲੂਪ ਪੋਲ ਕੀ ਹੈ, ਇਹ ਸਾਰੀ ਇੱਕ ਇੱਕ ਪੁਆਇੰਟ ਤੇ ਜਾਂਦਾ ਸੀਗਾ ਮਨਜਿੰਦਰ, ਤੇ ਇਸੇ ਦਾ ਫਾਇਦਾ ਚੁੱਕਿਆ ਗਿਆ, ਇਸੇ ਦਾ ਫਾਇਦਾ ਚੁੱਕਿਆ ਗਿਆ, ਔਰ ਇਸ ਵੱਡੀ ਲੂਟ ਦੀ ਵਾਰਦਾਤ ਦੀ ਜਿਹੜੀ ਸਾਜ਼ਿਸ਼ ਹੈ ਉਹ ਗੜੀ ਗਈ, ਔਰ ਉਸ ਤੋਂ ਬਾਅਦ ਲੂਟ ਦੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਸਰ ਨੇ ਜਿਹੜੀ ਦੱਸੀ ਹੈ ਹੈ ਕਿ ਸ਼ੁੱਕਰਵਾਰ ਹੀ ਕਿਉਂ ਚੁਣਿਆ ਗਿਆ ਸੀਗਾ ਇਸ ਪੂਰੀ ਲੂਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸੈਚਰਡੇ ਸੰਡੇ ਜਿਹੜਾ ਲਾਸਟ ਸੈਚਰਡੇ ਸੰਡੇ ਹੁੰਦਾ ਉਹਦੇ ਵਿੱਚ ਕੈਸ਼ ਜਿਹੜਾ ਹੈਗਾ ਉਹ ਵਰ ਜਾਂਦਾ, ਕਿਉਂਕਿ ਸੈਚਰਡੇ ਸੰਡੇ ਜਿਹੜਾ ਆਫ ਹੁੰਦਾ, ਇਸ ਕਰਕੇ ATM ਜਾਂ ਬੈਂਕ 'ਚ ਪੈਸਾ ਨਹੀਂ ਪਹੁੰਚਦਾ, ਕੈਸ਼ ਵੈਨਾਂ 'ਚ ਹੀ ਪੈਸਾ ਹੁੰਦਾ, ਜਿਹੜੇ ਵੀ ਆਫਿਸ ਹੈ ਉੱਥੇ ਹੀ ਪੈਸਾ ਹੁੰਦਾ, ਔਰ ਇਹ ਵੱਡੀ ਇਹਨਾਂ ਦੀ ਜਿਹੜੀ ਹੈਗੀ ਹੈ ਪਲੈਨਿੰਗ ਸੀ, ਔਰ ਲਗਾਤਾਰ ਇੱਕ 20-25 ਦਿਨ ਪਹਿਲਾਂ ਮਿਲੇ ਸੀਗੇ, ਔਰ ਮਿਲਣ ਤੋਂ ਬਾਅਦ ਡੇਟ ਜਿਹੜੀ ਹੈ ਫਾਈਨਲ ਕੀਤੀ ਗਈ ਸੀ ਕਿ ਇਸ ਦਿਨ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ। ਇੱਕ ਗੱਡੀ, ਕਰੂਜ਼ ਗੱਡੀ ਦੱਸੀ ਜਾ ਰਹੀ ਹੈ, ਮਨਜਿੰਦਰ ਦੀ ਗੱਡੀ ਦੱਸੀ ਜਾ ਰਹੀ ਹੈ, ਤੇ 2 ਬਾਈਕਾਂ ਤੇ ਸਵਾਰ ਹੋ ਕੇ ਸਾਰੇ ਉੱਥੇ ਪਹੁੰਚੇ ਸੀ, ਤੇ ਕੈਸ਼ ਵੈਨ ਕੌਣ ਲੈ ਕੇ ਗਿਆ ਸੀਗਾ? ਕੈਸ਼ ਵੈਨ ਲੈ ਕੇ ਗਿਆ ਸੀਗਾ ਮਨਜਿੰਦਰ। ਲੇਕਿਨ ਇਹਦੇ ਵਿੱਚ ਬਹੁਤ ਗਗਨ ਅਹਿਮ ਹੋ ਜਾਂਦੀ ਹੈ ਇਹ ਸਟੋਰੀ, ਇਹ ਦੋਵਾਂ ਦੀ ਸਟੋਰੀ, ਇਹ ਡਾਕੂ ਹਸੀਨਾ ਮਨਦੀਪ ਕੌਰ ਤੇ ਇਹਦਾ ਜਿਹੜਾ ਹਸਬੰਡ ਹੈ, ਇਹਦੇ ਵਿੱਚ ਬਹੁਤ ਅਹਿਮ ਇਹ ਕੜੀ ਹੋ ਜਾਂਦੀ ਹੈ ਕਿ ਆਖਿਰ ਇਹ ਦੋਵੇਂ ਹਸਬੰਡ ਵਾਈਫ ਨੇ ਮਿਲ ਕੇ ਮਨਜਿੰਦਰ ਨਾਲ ਇਹ ਪੂਰੀ ਵਾਰਦਾਤ ਦੀ ਪਲੈਨਿੰਗ ਕੀਤੀ। ਪਹਿਲਾਂ ਰੈਕੀ ਹੋਈ, ਰੈਕੀ ਕਰਨ ਤੋਂ ਬਾਅਦ ਪੂਰੀ ਪਲੈਨਿੰਗ ਚੱਲਦੀ ਰਹੀ, ਔਰ 10 ਲੋਕਾਂ ਦੀ ਟੀਮ, ਯਾਨੀ ਕਿ ਇਹ ਜਿਹੜੇ ਡਾਕੂ ਸੀਗੇ, 10 ਜਿਹੜੇ ਕਰੋੜਪਤੀ ਜਿਹੜੇ ਲੁਟੇਰੇ ਸੀਗੇ, ਉਹਨਾਂ ਨੇ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਇਹ ਪੂਰੀ ਲੁੱਟ